ਪ੍ਰਾਇਮ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਸਾਡੇ ਅੱਜ ਦੇ ਮਹਿਮਾਨ ਰਹਿਣਗੇ ਮਲਵਿੰਦਰ ਸਿੰਘ ਕੰਗ ਸਾਡੇ ਨਾਲ ਨੇ ਕੰਗ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਮਰਨ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਕਿਰਪਾ ਹੈ ਜੀ ਬਾਬੇ ਦੀ ਕਿਰਪਾ ਹੁਣ ਮਲਵਿੰਦਰ ਸਿੰਘ ਕਹਾਂ ਮਲਵਿੰਦਰ ਸਿੰਘ ਕਹਾਂ ਕੰਗ ਸਾਹਿਬ ਕਹਾਂ ਕਿ ਬੱਲੂ ਕਹਾਂ ਨਹੀਂ ਦੇਖੋ ਅਫੀਸ਼ੀਅਲ ਨਾਮ ਮਲਵਿੰਦਰ ਹੈ ਹਮ ਗਰਾਊਂਡ ਦਾ ਨਾਮ ਬੱਲੂ ਹੈ ਹਮ ਤੇ ਮੀਡੀਆ ਦੇ ਕੁਝ ਸਾਥੀ ਮਲਵਿੰਦਰ ਵੀ ਮਤਲਬ ਪ੍ਰੋਨਾਉਂਸ ਕਰ ਦਿੰਦੇ ਆ ਲੇਕਿਨ ਅਫੀਸ਼ੀਅਲ ਜਾਂ ਘਰ ਦਾ ਤੇ ਮਲਵਿੰਦਰ ਹੀ ਹੈ ਅੱਛਾ ਬੱਲੂ ਬੱਦੂ ਨਾ ਕਿਵੇਂ ਪਿਆ ਆ ਇਹ ਬੜੀ ਇੰਟਰਸਟਿੰਗ ਹੈ ਇਹ ਐਕਚੁਅਲ ਸਿਮਰਨ ਮੈਂ ਬੇਸਿਕਲੀ ਬਾਸਕਟਬਾਲ ਦਾ ਪਲੇਅਰ ਹੈ ਜੀ ਅੱਛਾ ਬਾਸਕਟਬਾਲ ਬਹੁਤ ਫਾਸਟ ਗੇਮ ਹੈ ਉੱਚ ਜਦੋਂ ਤੱਕ ਪਾਸ ਮੰਗਣਾ ਤੁਸੀਂ ਬਾਲ ਤੇ ਉਹਨੇ ਕਹਿੰਨਾ ਮਲਵਿੰਦਰ ਪਾਸ ਦੀ ਉਹ ਇੱਕ ਦਿਨ ਮੈਨੂੰ ਕੋਚ ਸਾਹਿਬ ਕਹਿੰਦੇ ਯਾਰ ਜਿੰਨਾ ਚਿਰ ਤੇਰਾ ਨਾਮ ਹੈ ਉਹਨਾਂ ਚ ਤੱਕ ਅਗਲਾ ਸ਼ਾਟ ਮਾਰੇ ਹੁੰਦਾ ਤੇ ਉਹ ਮਲਵਿੰਦਰ ਤੋਂ ਪੈ ਗਿਆ ਮੱਲੂ ਪਹਿਲਾਂ ਮੱਲੂ ਮੇਰਾ ਦੋਸਤ ਸੀ ਰੰਦਾਵਾ ਉਹਦੀ ਡੈਥ ਹੋ ਗਈ ਇੰਟਰਨੈਸ਼ਨਲ ਬਾਸਕਟਬਾਲ ਪਲੇਅਰ ਉਹ ਮੱਲੂ ਮੱਲੂ ਕਿੰਨਾ ਹੁੰਦਾ ਸੀ ਹੋਰ ਤੋਂ ਫਿਰ ਉਹ ਬੱਲੂ ਮੂੰਹ ਚੜ ਗਿਆ ਯਾਨਕੀ ਬਾਸਕਟਬਾਲ ਦੇ ਜਿੰਨੇ ਵੀ ਪਲੇਅਰ ਹੈ ਮੇਰੇ ਲੁਧਿਆਣੇ ਵਾਲੇ ਸਾਥੀ ਉਹ ਬੱਲੂ ਹੀ ਨਾਂ ਤੇ ਜਾਣਦੇ ਅੱਜ ਵੀ ਜੀ ਯੂਨੀਵਰਸਿਟੀ ਆ ਕੇ ਕੰਗ ਤੇ ਘਰ ਚ ਮਲਵਿੰਦਰ ਹਮ ਘਰ ਚ ਮਲਵਿੰਦਰ ਹੈ ਹਾਂ ਉਹ ਚ ਵੀ ਚਾਚਾ ਜੀ ਮੇਰੇ ਮਿੱਲਾ ਕਹਿ ਦਿੰਦੇ ਆ ਉਹ ਜਿਤਨਾ ਪਿੰਡਾਂ ਚ ਆਪਣੇ ਸਾਰੇ ਤਰ੍ਹਾਂ ਹੁੰਦਾ ਲੇਕਿਨ ਇਹ ਇਸ ਤਰ੍ਹਾਂ ਵੀ ਕੋਸਾ ਉਹ ਕਹਿੰਦੇ ਵੀ ਯਾਰ ਜਿੰਨੇ ਚਿਰ ਮਲਵਿੰਦਰ ਕਹਿਣਾ ਉਹਨਾਂ ਚਰਚ ਦੇ ਅਗਲੇ ਨੇ ਸ਼ਾਰਟ ਮਾਰ ਦੇਣਾ ਤੇ ਤੇਰਾ ਸ਼ਾਰਟ ਨਾਮ ਹੋਣਾ ਚਾਹੀਦਾ ਨਿਕਨੇਮ ਐ ਤਰ੍ਹਾਂ ਨਿਕਨੇਮ ਪੈ ਗਿਆ ਗਰਾਊਂਡ ਦਾ ਨਾਮ ਬੱਲੂ ਆ ਬਾਸਕਟਬਾਲ ਵਾਲੇ ਅੱਜ ਵੀ ਉਹੀ ਕਹਿੰਦੇ ਹੁਣ ਵੀ ਜੇ ਕੋਈ ਆਵਾਜ਼ ਮਾਰਦਾ ਬੱਲੂ ਕਹਿੰਦੇ ਜਿਹੜਾ ਮੇਰਾ ਕਾਲਜ ਦਾ ਦੋਸਤ ਹੋਊਗਾ ਲੁਧਿਆਣਾ گورਨਮੈਂਟ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਨਹੀਂ ਲੁਧਿਆਣਾ گورਨਮੈਂਟ ਕਾਲਜ گورਨਮੈਂਟ ਕਾਲਜ ਵਾਲੇ ਦੋਸਤ ਹੈ ਮੋਸਟਲੀ ਤੇ ਉਹ ਸਾਡਾ ਗਰੁੱਪ ਬਾਹਰ ਚਲੇ ਗਿਆ ਮੋਸਟਲੀ 99% ਤੇ ਜਾਂ ਜਿਹੜੇ ਸਾਡੇ ਬਾਸਕਟਬਾਲ ਵਾਲੇ ਆ ਉਹ ਸਾਰੇ ਬੱਲੂ ਹੀ ਕਹਿਣਗੇ ਅੱਜ ਵੀ ਉਹ ਉਹ ਕਿਉਂਕਿ ਉਹਨਾਂ ਦੇ ਮੂੰਹ ਉਹੀ ਚੜਿਆ ਹੋਇਆ ਤੇ ਯੂਨੀਵਰਸਿਟੀ ਵਾਲੇ ਕੰ ਕਹਿਣਗੇ ਭੈਣ ਭਰਾ ਰਿਸ਼ਤੇਦਾਰ ਉਹ ਫਿਰ ਮਲਵਿੰਦਰ ਜਿਹੜਾ ਮੇਰਾ ਅਫੀਸ਼ੀਅਲ ਨਾਮ ਜਿਹਨੂੰ ਕਹਿ ਲੋ ਘਰ ਦਾ ਨਾਮ ਹਾਂ ਐਦਾਂ ਹੈ ਬੰਦੇ ਦੇ ਨਾਮ ਬਹੁਤ ਹੁੰਦੇ ਆ ਹੈਨਾ ਮੈਂ ਕਹਾ ਜਿੰਦੂ ਜਿਹੜਾ ਬਾਸਕਟਬਾਲ ਦੇ ਪਲੇਅਰ ਸੀ ਬੱਲੂ ਕਹਿ ਕੇ ਬੁਲਾਉਂਦੇ ਸੀ ਮੱਲੂ ਕਹਿ ਕੇ ਬੁਲਾਉਂਦੇ ਸੀ ਹਾਂ ਮਲ ਮਲਵਿੰਦਰ ਸਿੰਘ ਕੰ ਗੁੱਡ ਇੱਕ ਗਰਾਊਂਡ ਆ ਇੱਕ ਪੌਲਿਟੈਕਸ ਦੀ ਬਜਟ ਇੱਕ ਡੀ ਜਿਹੜੀ ਤੁਸੀਂ ਗੱਲ ਕੀਤੀ ਹੈ ਗਰਾਊਂਡ ਦੀ ਡੀ ਹੈ ਇੱਕ ਪੌਲਿਟੈਕਸ ਹੈ ਬਿਲਕੁਲ ਮਤਲਬ ਬੰਦੇ ਨੇ ਕਿਹੜੇ ਨਾਂ ਨਾਲ ਸਟੈਬਲਿਸ਼ ਹੋਣਾ ਹੁੰਦਾ ਇਹ ਨਹੀਂ ਪਤਾ ਹੁੰਦਾ ਹਾਲਾਂਕਿ ਪਰ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ ਅੱਜ ਵੀ ਗਰਾਊਂਡ ਵਧੀਆ ਲੱਗਦਾ ਪਰ ਪੌਲਿਟੈਕਸ ਵਧੀਆ ਲੱਗਦਾ ਮੈਨੂੰ ਗਰਾਊਂਡ ਬਿਲਕੁਲ ਕੋਈ 2 1% ਵੀ ਡਾਊਟ ਨਹੀਂ ਮੈਨੂੰ ਉਹਦੇ ਵਿੱਚ 1% ਮੈਂ NBA ਦਾ ਮੈਚ ਹੁਣ ਵੀ ਦੇਖਦਾ ਜੀ ਅੱਜ ਵੀ ਮੈਂ ਦੇਖਿਆ ਅੱਜ ਵੀ ਮੇਰਾ ਗੋਲਡਨ ਸਟੇਟ ਦਾ ਮੈਚ ਸੀਗਾ ਉਹ ਦੇਖਿਆ ਫਿਰ ਮੇਰਾ ਫਿਲਡੈਲਫੀਆ ਮੇਰੀ ਟੀਮ ਹੈ ਇੱਕ ਮੇਰਾ ਕਲੀਪਰ ਹੈ ਜੀ ਲਾਸ ਆਪਣਾ ਲਾਸ ਏਂਜਲਸ ਕਲੀਪਰ ਹੈ ਲਾ ਲਾ ਕਲੀਪਰ ਉੱਚ ਜੋਰਜ ਪੌਲ ਖੇਡਦਾ ਮੇਰਾ ਫੇਵਰਟ ਪਲੇਅਰ ਹੈ ਅੱਜ ਉਹਦਾ ਮੈਚ ਅੱਜ ਵੀ ਮੈਂ ਸਵੇਰੇ ਉੱਠ ਕੇ ਤੜਕੇ ਦੇਖਿਆ ਉਹ ਤੇ ਪਹਿਲਾ ਹੈ ਸ਼ੌਂਕ ਗੇਮਾਂ ਦੇ ਮਾਂ ਪੋਲਿਟਿਕ ਸੈਕੰਡ ਹੈ ਐਮ ਐਮ ਕਵਾ ਉਹ ਕਿਉਂਕਿ ਸਾਡੀ ਪਛਾਣ ਬਾਸਕਟਬਾਲ ਨੇ ਬਣਾਈ ਮੈਂ ਐਵੇਂ ਕਹਾਂ ਮੇਰੀ ਪਛਾਣ ਹੀ ਉੱਥੋਂ ਹੀ ਬਣੀ ਹੈ ਇਹ ਤੇ ਬਾਅਦ ਚੀਜ਼ਾਂ ਜੁੜਦੀਆਂ ਗਈਆਂ ਨਾਲ ਨਾਲ ਤੇ ਰਿਸਪੌਂਸਿਬਿਲਟੀ ਬਣਦੀ ਗਈ ਉਸ ਹੱਬ ਦਾ ਬੰਦਾ ਨਾ ਢਾਲ ਵੀ ਜਾਂਦਾ ਹੈ ਬਿਲਕੁਲ ਤੇ ਗਰਾਉਂਡ ਨੇ ਇੱਕ ਤੇ ਮਤਲਬ ਫਾਈਟਿੰਗ ਸਪਿਰਟ ਹੈ ਉਹ ਗੇਮ ਤੁਹਾਨੂੰ ਸਿਖਾ ਦਿੰਦਾ ਹੈ ਆਪਸ ਇਕੱਠੇ ਰਹਿਣ ਦੀ ਸਪਿਰਟ ਵੀ ਗੇਮਸ ਕੋੰਦਾ ਉੱਚ ਨੀਚ ਦਾ ਭਾਵਕ ਤਰ੍ਹਾਂ ਗੇਮ ਖਤਮ ਕਰਦਾ ਦੇਖੋ ਅਸੀਂ ਜਦੋਂ ਇੰਟਰਵਰਸਟੀ ਖੇਡਣ ਜਾਂਦੇ ਸੀ ਨਾ ਸਿਮਰਨ ਉੱਥੇ ਇੱਕ ਕੁਆਲਟੀ ਹੁੰਦੀ ਇੱਕ ਮੱਗਾ ਹੁੰਦਾ ਟੀਮ ਚ 12 ਪਲੇਅਰ ਹੈ 12 ਪਲੇਅਰ ਚ ਕੋਈ ਕਿਸੇ ਭਾਈਚਾਰੇ ਦਾ ਕੋਈ ਕਿਸੇ ਦਾ ਹੋ ਲੇਕਿਨ ਉਹ ਮੱਗਾ ਮੱਗਾ ਇੱਕ ਹੀ ਹੁੰਦਾ ਔਰ ਤੁਸੀਂ ਅਹੀ ਮੀਮੂ ਫਟਾਫਟ ਜਦੋਂ ਟਾਈਮ ਆਊਟ ਕੋਚ ਨੇ ਲੈਣਾ ਸਾਰਿਆਂ ਨੇ ਮੂੰਹ ਲਾ ਕੇ ਪੀਣਾ ਤੇ ਉਹ ਆਪਣਾ ਤਾਂ ਭਾਈਚਾਰਾ ਉਹ ਮਜ਼ਬੂਤ ਉਹਦੇ ਨਾਲ ਹੁੰਦਾ ਉਹ ਬੜਾ ਵਧੀਆ ਮਤਲਬ ਇਹ ਚੀਜ਼ ਗਰਾਉਂਡ ਹੀ ਸਿਖਾਉਂਦੀ ਹੈ ਮੈਨੂੰ ਲੱਗਦਾ उदो मैं भी सोचता स्कूल टाइम नहीं मैं नहीं, नहीं बहुत पॉजिटिव चीज है मैं उसे भी आ जाना इस तरह ही से, मैं ना एक बार इंडिया टूडे अखबार पढ़ रहा है अखबार नहीं इंडिया टूडे मैगजीन होंगे ਸਾਡੇ ਘਰ ਕਿਤੇ ਐ ਹੱਥ ਲੱਗ ਗਿਆ ਤੇ ਮੇਰੇ ਨਾ ਫਾਦਰ ਸਾਹਿਬ ਨੇ ਦੇਖ ਲਿਆ ਕਹਿੰਦੇ ਆ ਕਿਹੜੀ ਉਦੋਂ ਮੈਂ 8ਵੀਂ 9ਵੀਂ ਚ ਹੁਣਾ ਮਤਲਬ ਐ ਇੰਨੀ ਕਿ ਮੈਨੂੰ ਯਾਦ ਹੈ ਮੈਨੂੰ ਕਹਿੰਦੇ ਵੀ ਆਹ ਕਿਤਾਬਾਂ ਨਹੀਂ ਬੇਟਾ ਪੜਨੀਆਂ ਆਪਾਂ ਪੋਲਿਟਿਕ ਪੋਲਿਟਿਕਸ ਵਾ ਅੱਛਾ ਮੈਂ ਉਦੋਂ ਵੀ ਸਪੋਰਟਸ ਵਾਲਾ ਪੇਜ ਪੜਦਾ ਹੁੰਨਾ ਐ ਲਾਸਟ ਸਪੋਰਟਸ ਬਾਰੇ ਲਿਖਿਆ ਹੁੰਦਾ ਜਾਂ ਫਿਲਮਾਂ ਇੰਡਸਟਰੀਆਂ ਕਿਸੇ ਸਟਾਰ ਬਾਰੇ ਲਿਖਿਆ ਹੁੰਦਾ ਨਾ ਤੇ ਮੈਂ ਜਿੰਨਾ ਚਿਰ ਕਾਲਜ ਰਹਿਣਾ ਸਾਨੂੰ ਅਲਾਦਾ ਯਾਰ ਪੋਲਿਟਿਕਸ ਬੜੀ ਘਟਿਆ ਚੀਜ਼ ਯਾਰ ਇਹ ਤੇ ਇਹ ਨਹੀਂ ਕੰਮ ਕਰਦਾ ਈਵਨ ਪੰਜਾਬ ਯੂਨੀਵਰਸਿਟੀ ਜਦੋਂ ਮੈਂ ਦਾਖਲਾ ਲਿਆ ਮੈਂ ਤੇ ਦਾਖਲਾ ਲਿਆ ਸੀ ਮੈਂ ਲਿਆ 2000 ਚਾ 2000 ਚ ਮੈਂ ਆਇਆ ਯੂਨੀਵਰਸਿਟੀ ਐਮਏ ਹਿਸਟਰੀ ਚ ਮੈਂ ਬੀਚ ਕੋਟੇਜ ਸਪੋਰਟਸ ਕੋਟੇਜ ਮੈਂ ਮੈਂ ਤਾਂ ਹੀ ਕਹਣਾ ਮੇਰਾ ਬੇਸ ਗਰਾਉਂਡ ਬਾਸਕਟਬਾਲ ਹੈ ਜੇ ਮੈਂ ਸਿਮਰਨ ਬਾਸਕਟਬਾਲ ਪਲੇਅਰ ਨਾ ਹੁੰਦਾ ਮੇਰੀ ਯੂਨੀਵਰਸਿਟੀ ਐਡਮਿਸ਼ਨ ਨਹੀਂ ਹੋਣੀ ਸੀ ਆ ਸਿਫ ਸਧਾਰਨ ਮੈਂ ਬਹੁਤ ਅਕੈਡਮਿਕਸ ਅਕੈਡਮੀਕਲੀ ਬੜਾ ਮਜਬੂਤ ਥੋੜੀ ਸੀ ਨਹੀਂ ਨਲਾਇਕ ਵੀ ਨਹੀਂ 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 ਬਿਲਕੁਲ ਤੁਹਾਨੂੰ ਪੂਰਾ ਸਵਾਲ ਹਦ ਕਰ ਗ੍ਰੈਜੂਏਸ਼ਨ ਚ ਕਿੰਨੇ ਕੰਪੀ ਸੀ ਗ੍ਰੈਜੂਏਸ਼ਨ ਚ ਮੇਰੇ ਹੈਗੇ ਆ ਤਕਰੀਬਨ 58% ਦੇ ਕਰੀਬ ਹੈ 58 ਠੀਕ ਹੈ ਸੀ ਕਿ ਬਹੁਤ ਪੜਾਈ हां इस तरह होया 10वीं तक मेरी डिस्टेंशन लागदी रही टॉप मैथ सब्जेक्ट में टॉपर रहा 11वीं में एक बास्केटबॉल शुरू कर ली ते स्वभाविक हु। है गेम ਜਦੋਂ ਤੁਸੀਂ ਇੱਕ ਚੀਜ਼ ਨੂੰ ਹੀ ਧਿਆਨ ਦਿੰਦੇ ਹੋ ਇਹ ਗੱਲ ਪੱਕੀ ਆ ਮੈਂ ਸ਼ੁਰੂ ਤੋਂ ਹੀ ਸੀਰੀਅਸ ਰਹਾ ਪੜਾਈ ਲਈ ਉਹਦਾ ਕਾਰਨ ਹੈ ਮੇਰੇ ਨਾਲ ਚਾਚਾ ਜੀ ਬਹੁਤ ਸਾਡੇ ਤੇ ਫੋਕਸ ਕਰਦੇ ਫਾਦਰ ਸਾਹਿਬ ਵੀ ਕਹਦੇ ਲੇਕਿਨ ਚਾਚਾ ਜੀ ਬਹੁ ਕਰਦੇ ਜੀ ਉਹਨਾਂ ਨੇ ਸਾਨੂੰ ਰਾਤ ਨੂੰ ਵੀ ਪੜਾਉਣਾ ਸਿਆਲ ਹੋਣਾ ਪਵੇ ਟਿਊਸ਼ਨ ਤੇ ਵੀ ਭੇਜਣਾ ਤੇ ਉਹ ਘਰ ਚ ਪੜਾਈ ਚ ਸੀਗਾ ਮਤਲਬ ਐ ਨਹੀਂ ਕਹਿੰਦਾ ਮੈਂ ਹਾਈਲੀ ਇੰਟੈਲੀਜੈਂਟ ਨਹੀਂ ਸੀ ਪਰ ਨੋਰਮਲ ਨਾਲੋਂ ਚੰਗਾ ਸੀ ਹਮ ਮਤਲਬ 20 ਫੁੱਟ ਪੈਂਦੀ ਸੀ ਸਕੂਲ ਪਰ ਬਹੁਤ ਧਨੇ ਮਾਇਟਰ ਕੋਟ ਸਕੂਲਿੰਗ ਕੀਤੀ ਹੈ ਸਕੂਲਿੰਗ ਮੇਰੀ ਹੋਈ ਐਕਚੁਅਲ ਚ ਕੀ ਆ ਸਾਡੇ ਨਾ ਦਾਦੇ ਅਸੀਂ ਬੇਸਿਕਲੀ ਤਰਨ ਧਰਨਦੇ ਆ ਖਡੂਰ ਸਾਹਿਬ ਲੱਗਿਆ ਸਾਡਾ ਪਕੰਗ ਕੱਲਾ ਪਿੰਡ ਹੈ ਮਤਲਬ ਮੇਰੇ ਦਾਦੇ ਨਾ ਬਹੁਤ ਸਾਲ ਪਹਿਲਾਂ एमपी ਚਲੇ ਗਈ ਸੀ ਕਿਉਂਕਿ ਇੱਥੇ ਜ਼ਮੀਨਾਂ ਜਮੋਨਾ ਨਹੀਂ ਸੀਗੀਆਂ ਇੱਥੇ ਗਰੀਬੀ ਵੀ ਸੀਗੀ ਐਵੇਂ ਕਹੀਏ ਜੀ ਤੇ ਉਧਰ ਕੋਈ ਰਿਸ਼ਤੇਦਾਰ ਉਹਨਾਂ ਦੇ ਗਏ ਹੋਣੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਪਰ ਬਜੋ ਦਾਦਿਆਂ ਨੇ ਬੜੀ ਮਿਹਨਤ ਕੀਤੀ ਚਲੋ ਮੈਂ ਤਾਂ ਨਹੀਂ ਗਰੀਬੀ ਵੇਖੀ ਐਵੇਂ ਮੈਂ ਕਹਾਂ ਜੀ ਪਰ ਉੱਥੇ ਸਕੂਲਿੰਗ ਮੇਰੀ ਹੋਈ ਐਮਪੀ ਚ ਹਮ 10ਵੀਂ ਤੱਕ ਗਵਾਲੀਅਰ ਹੋਈ ਜੀ ਪਲੱਸ 1 ਪਲੱਸ 2 ਇੰਦੌਰ ਹੋਈ ਹਮ ਉੱਥੇ ਮੈਂ ਬਾਸਕਟਬਾਲ ਅਕੈਡਮੀ ਚ ਵੀ ਸੀਗਾ ਉਹ ਵੀ ਦੇਸ਼ ਦੀ ਪਹਿਲੀ ਅਕੈਡਮੀ ਸੀ ਹਮ ਗ੍ਰੈਜੂਏਸ਼ਨ ਕਾਲਜ ਲੁਧਿਆਣੇੋਂ ਹੀ ਮੇਰੀ ਗ੍ਰੈਜੂਏਸ਼ਨ ਲੁਧਿਆਣੀ ਪੋਸਟ ਗ੍ਰੈਜੂਏਸ਼ਨ ਸਾਰੀ ਉਹ ਪੰਜਾਬ ਯੂਨੀਵਰਸਿਟੀ ਜੀ ਸੋ ਪੰਜਾਬ ਯੂਨੀਵਰਸਿਟੀ ਚ ਦਾਖਲਾ ਮਿਲਿਆ ਤੇ ਗ੍ਰੈਬ ਬਾਸਕਟਬਾਲ ਦੇ ਬੇਸ ਤੇ ਮਿਲਿਆ ਤੇ ਆਰਮੀ ਚ ਭਰਤੀ ਹੋਣ ਲਈ ਆਇਆ ਸੀ ਮੈਂ ਹਮ ਲੈਫਟਨੈਂਟ ਕਰਨਲ ਬਣ ਹਾਂ ਮੈਨੂੰ ਬਹੁਤ ਮੈਨੂੰ ਆਰਮੀ ਜਾਣ ਦਾ ਬਹੁਤ ਸ਼ੌਂਕ ਸੀ ਹਮ ਤੇ ਮੇਰਾ ਇੱਕ ਦੋਸਤ ਸੀਗਾ ਉਹ ਕਹਿੰਦਾ ਵੀ ਇੱਥੇ ਬਹੁਤ 8 ਸੈਕਟਰ ਕਰਨਲ ਘਰਚਾ ਹੁੰਦੇ ਸੀ ਹੁਣ ਪਤਾ ਨਹੀਂ ਹੈ ਕਿ ਨਹੀਂ ਰੱਬ ਜਾਣੇ ਉਹ ਕੰਦੇਬੀ ਉਹਨਾਂ ਦੀ ਕੋਚਿੰਗ ਬੜੀ ਵਧੀਆ ਹੈ ਤੇ ਤੂੰ ਯੂਨੀਵਰਸਿਟੀ ਦਾਖਲਾ ਲੈ ਲੈ ਹੋਸਟਲ ਨਾਲ ਜੂਗਾ ਤੇ 8 ਸੈਕਟਰ ਨਾਲ ਹੀ ਉੱਥੇ ਸਕੂਟਰ ਸਕੱਟਰ ਰੱਖ ਲਿਓ ਆਪਣਾ ਮੋਟਰਸਾਈਕਲ ਜੋ ਵੀ ਹੈ ਤੇ ਆਪਣੀ ਮੈਂ ਆਇਆ ਉਸ ਚੱਕਰ ਸੀ ਯੂਨੀਵਰਸਿਟੀ ਹੋਰ ਲੈਫਟ ਨੇ ਸੀਡੀਐਸ ਮੈਂ ਫਸਟ ਅਟੈਂਪਟ ਰਿਟਨ ਪਾਸ ਵੀ ਕਰ ਗਿਆ ਜਿਮਾੜਾ ਮੈਂ ਹੁੰਦਾ ਨਾ ਫਿਰ ਮੈਂ ਉਹ ਨਹੀਂ ਟੈਂ ਕਰ ਨਹੀਂ ਮੈਂ ਮਜ਼ਾਕ ਕੀਤਾ ਤੂੰ ਕੋਸੇ ਕਰ ਕੋਸੀ ਹੋ ਰਹੇ ਤੇ ਮੈਂ ਇਹ ਸਾਡੇ ਸ਼ੋਅ ਚ ਨਹੀਂ ਚੱਲੂਗਾ ਨਹੀਂ 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 ਤੁਹਾਡੇ ਸ਼ੋਅ ਮੈਂ ਵੇਖਿਆ ਵਧੀਆ ਤੁਸੀਂ ਮਤਲਬ ਹਲਕੇ ਫੁਲਕੇ ਟੰਗ ਨਾਲ ਕਰਦੇ ਹੋ ਪੋਲਿਟੀਕਲ ਸਟ्रेस ਕੱਟ ਹੁੰਦਾ ਹੈ ਇੱਥੇ ਬਲੰਟ ਜੀਆਂ ਗੱਲਾਂ ਹੋਣਗੀਆਂ ਨਹੀਂ ਨਹੀਂ ਤੁਸੀਂ ਕਹੋ ਕਿ ਆਪਣੇ ਕੋ ਕੋਈ ਐਵੀ ਜੀ ਗੱਲ ਹੈ ਨਹੀਂ ਲਗਾਉਣ ਵਾਲੀ ਬੀਜੀ ਦੀ ਨਾ ਐਵੇਂ ਦੀ ਕੋਈ ਸੰਗ ਸ਼ਰਮ ਮੈਂ ਨਹੀਂ ਕਹਿੰਦੇ ਪਹਿਲਾਂ ਆਉਣਾ ਪੁੱਛੀ ਯਾਰ ਐ ਨਾ ਕਰੀ ਮੈਂ ਕਰਨਾ ਹੀ ਨਹੀਂ ਤੁਹਾਡੇ ਨਾਲ ਸ਼ੋਅ ਇਹ ਨਹੀਂ ਮੈਨੂੰ ਲੱਗਦਾ ਨਹੀਂ ਦੇਖੋ ਹਰ ਇੱਕ ਦਾ ਆਪਣਾ ਸੁਭਾਅ ਆ ਪਰ ਮੈਨੂੰ ਲੱਗਦਾ ਹੈ ਵੀ ਮਾਨਸੂਬ ਦੀ ਸਰਕਾਰ ਦੀ ਜਿਹੜੀ ਅਕਾਉਂਟੇਬਿਲਟੀ ਆ ਜੋ ਟ੍ਰਾਂਸਪਰੈਂਸੀ ਆ ਕੁਝ ਲੁਕਾਉਣ ਲਈ ਤਾਂ ਗੱਲ ਐ ਨਹੀਂ ਆ ਖੁੱਲ ਕੇ ਮੈਨੂੰ ਪਾਰਟੀ ਨੇ ਕਦੀ ਨਹੀਂ ਕਿਹਾ ਵੀ ਅਰਸਤੇ ਬੋਲਣਾ ਜਾਂ ਨਹੀਂ ਬੋਲਣਾ ਜੀ ਕਿਉਂਕਿ ਅਸੀਂ ਸਾਰਾ ਕੁਝ ਪੁੱਛਾਂਗੇ ਨਾ ਡੈਫੀਨਿਟਲੀ ਤੁਹਾਡਾ ਅਧਿਕਾਰ ਆ ਤੁਸੀਂ ਪੁੱਛ ਸਕਦੇ ਹੋ No problem ਅੱਛਾ ਕਾਂਗਸ ਸਾਹਿਬ ਆਪਾਂ ਸਕੂਲਿੰਗ ਤੇ ਸੀਗੇ ਹਾਂ ਸਕੂਲ ਕੋਟ ਕੋਟ ਪਈ ਆ ਕਦੇ ਵਿੱਚ ਸਕੂਲ ਮੈਨੂੰ ਯਾਦ ਕਰ ਸਕੂਲ ਕੋਟ ਨਹੀਂ ਪਈ ਮੈਨੂੰ ਹਮਮ ਨਹੀਂ ਭਾਈ ਕਿਉਂਕਿ ਮੈਂ ਸ਼ਰਪ ਕੀਤੀ ਹੋਈ ਸੀ ਕੁੜੀ ਦੇ ਯਾਦ ਹੋ ਗਈ ਸ਼ਰਾਰਤ ਵੀ ਨਹੀਂ ਕੀਤੀ ਐਵੇਂ ਕਿ ਉਸ ਟਾਈਪ ਦੀ ਸ਼ਰਾਰਤ ਨਹੀਂ ਕੀਤੀ ਹੂੰ ਕਿ ਜਿੱਤਰਾ ਜਿੰਨੂ ਕੁੱਟ ਪੈ ਜੇ ਹੂੰ ਮੜਮਟਾ ਤਾਂ ਚਲੋ ਹੁੰਦਾ ਹੀ ਆ ਜਿਹੜਾ ਹਾਂ ਬੱਚੇ ਸਾਰੇ ਨੂੰ ਹੀ ਦੇਖੋ ਇਹ ਤੇ ਇੱਕ ਨੈਚੁਰਲ ਜਿਹਾ ਪ੍ਰੋਸੈਸ ਹੈ ਉਹ ਸਟੇਜ ਐਫ ਜੀ ਹੁੰਦੀ ਆ ਤੁਸੀਂ ਥੋੜਾ ਬਹੁਤ ਤੇ ਕਰਦੇ ਹੋ ਪਰ ਐਵੇਂ ਦਾ ਕੋਈ ਇਨਸੀਡੈਂਟ ਮੈਨੂੰ ਯਾਦ ਨਹੀਂਗਾ ਵੀ ਜਿਹਦੇ ਲਈ ਮੈਨੂੰ ਬੜਾ ਪਨਿਸ਼ਮੈਂਟ ਮਿਲੀ ਹੋਵੇ ਡਿਫੈਂਸਿਵ ਨਹੀਂ ਹੋਣਾ ਇੱਥੇ ਪ੍ਰੈਸ ਕਾਨਫਰੰਸ ਨਹੀਂ ਕਰਨਾ ਨਾ ਡਿਫੈਂਸਿਵ ਹੋਣੇ ਹਾਂ ਨੈਚੁਰਲ ਨੈਚੁਰਲ ਮੈਚ ਟੈਲੀ ਰੱਖੋ ਗੱਲਾਂ ਕਿਉਂਕਿ ਨਾ ਇਹ ਨਾ ਮੈਨੂੰ ਮਤਲਬ ਘਰ 'ਚ ਸਾਡੇ ਵਧੀਆ ਮਾਹੌਲ ਸੀਗਾ ਮਤਲਬ ਮੇਰੇ ਦਾਦੇ ਹੋਣਾਂ ਨੇ ਬੜੀ ਮਿਹਨਤਾਂ ਕੀਤੀਆਂ ਫਾਦਰ ਸਾਹਿਬ ਹੋਣੇ ਸਾਰੇ ਪੜੇ ਲਿਖੇ ਸੀਗੇ ਭਾਵੇਂ ਅਸੀਂ ਖੇਤੀਬਾੜੀ ਨਾਲ ਜੁੜੇ ਆਂ ਪਰ ਪੜ੍ਹਾਈ ਲਿਖਾਈ ਠੀਕ ਸੀ ਸਾਰਾ ਸਾਡੇ ਦਾਦਿਆਂ ਨੇ ਨਾ ਫਿਰ ਤੈਅ ਕਰ ਲੇ ਮੇਰੇ ਦਾਦੇ ਚਾਰ ਭਰਾ ਸੀ ਜੀ ਸਾਡਾ ਬਾਹ ਅੰਗਾਂ ਤੇ ਬਹੁਤ ਵੱਡਾ ਲਾਣਾ ਬਣ ਗਿਆ ਹੁਣ ਤੇ 40-45 ਜਣੇ ਤੇ ਸਾਡੇ ਇਸ ਟਾਈਮ ਆਊਟ ਆਫ ਇੰਡੀਆ ਰਹਿੰਦੇ ਆ ਆਊਟ ਆਫ ਇੰਡੀਆ ਅੱਛਾ ਜੀ ਆਸਟ੍ਰੇਲੀਆ ਕੈਨੇਡਾ ਅਮਰੀਕਾ 42 ਪਤਾ ਨਹੀਂ 43 ਜਾਣੇ ਸੀ ਪਿਛਲੇ ਸਾਲ ਗਿਨੇ ਵਿਆਹ ਹੀ ਸਾਡੇ ਪਰਿਵਾਰ ਚ ਸਾਰੇ ਵਰਤ ਦੇ ਉਹ ਜਿਹੜੇ ਵੀ ਜਿਹੜੇ ਸਾਰੇ ਵਰਤਦੇ ਆ ਸੀ ਜਦੋਂ ਸਾਡਾ ਪਰਿਵਾਰ ਇਕੱਠਾ ਹੋਵਾਂ ਉਹਨਾਂ ਨੂੰ ਕੋਈ ਫਰਕ ਨਹੀਂਗਾ ਐਵੇਂ ਕਹੀਏ ਮੇਰੀ ਅੱਜ ਆੜੀ ਖੇਤੀ ਬੜੀ ਅਜਬੀ ਸਾਂਝੀ ਹੈ ਮੇਰੇ ਚਾਚਿਆਂ ਨਾਲ ਅੱਛਾ ਕੋਈ ਸਾਡਾ ਫਰਕ ਨਹੀਂਗਾ ਤੁਹਾਡਾ ਕੋਈ ਪਰਮਾਤਮਾ ਦੀ ਕਿਰਪਾ ਹੈ ਤੇ ਜਿਹੜੇ ਸਾਡੇ ਮੇਰੇ ਪਰਦਾਦੀ ਸੀ ਨਾ ਉਹਨਾਂ ਦਾ ਭਰਾ ਸ਼ਹੀਦ ਹੋਇਆ ਸੀ ਜਲੀਆਂ ਵਾਲੇ ਬਾਗ ਚ ਅੱਛਾ ਜੀ ਮੇਰੀ ਪਰਦਾਦੀ ਦਾ ਜੀ ਤੇ ਉਹ ਪਾਠ ਪੂਜਾ ਬਹੁਤ ਕਰਦੇ ਸੀ ਮਤਲਬ ਮੇਰੀ ਪਰਦਾਦੀ ਦਾ ਸਾਰਾ ਦੇਣਾ ਸੀ ਜਿੰਨਾ ਕੁ ਸੰਭਾਲ ਹੈ ਮੈਨੂੰ ਬਹੁਤ ਸਾਡੇ ਛੋਟਿਆਂ ਦਾ ਹੀ ਡੈੱਡ ਉਹ ਹਰ ਟਾਈਮ ਪਾਠ ਪੂਜਾ ਹੀ ਕਰਦੇ ਸੀ ਉਹ ਪ੍ਰਭਾਵ ਸਾਡੇ ਪਰਿਵਾਰ ਚ ਫਾਦਰ ਸਾਹਿਬ ਤੇ ਵੀ ਆ ਮਾਤਾ ਤੇ ਤੇ ਹੈ ਹੀ ਹੈ ਜੀ ਸਾਡੇ ਪੂਆ ਜੀ ਵੱਡੇ ਆ ਉਹ ਅੱਜ ਵੀ ਪ੍ਰਕਾਸ਼ ਕਰਦੇ ਆ ਘਰ ਗੁਰੂ ਸਾਹਿਬ ਦਾ ਉਹਨਾਂ ਤੇ ਮਤਲਬ ਸਾਡੇ ਡਿਸਪਲਿਨ ਜਿਹਾ ਸੀਗਾ ਮਤਲਬ ਜਿਹੜਾ ਬੇਸਿਕ ਡਿਸਪਲਿਨ ਮੈਂ ਨਹੀਂ ਕਹਿੰਦਾ ਬਹੁਤ ਫੌਜੀਆ ਵਰਗਾ ਵੀ ਨਹੀਂ ਸੀ ਜੇ ਭੌਜੀ ਬਣ ਜਾਂਦੇ ਫਿਰ ਤੁਸੀਂ ਹਾਂ ਇਲਾਹਾਬਾਦ ਆ ਗਿਆ ਮੇਰਾ ਇੰਟਰਵਿਊ ਅੱਛਾ ਸੀਰੀਅਸ ਮੈਂ ਕਲੀਅਰ ਕਰ ਲਿਆ। ਆਇਦਰ ਮੈਨੂੰ ਪੂਸੂ ਦਾ ਪ੍ਰਧਾਨ ਬਣਾਤਾ ਤੇ ਪੂਸੂ ਦੇ ਮੋਹ ਨੇ ਮੈਨੂੰ ਉਹ ਮਤਲਬ ਮੈਨੂੰ ਇੰਟਰਵਿਊ ਜਾਣ ਨਹੀਂ ਨੀ ਦਿੱਤਾ। ਆ ਉਹ ਗਏ ਹੀ ਨਹੀਂ ਫਿਰ ਮੈਂ ਫਿਰ ਉਦੋਂ ਨੂੰ ਇੱਥੇ ਜ਼ਿੰਮੇਵਾਰੀਆਂ ਪੈ ਗਿਆ। ਕਿ ਕਿ ਫੌਜੀ ਨਹੀਂ ਬੰਨਣਾ ਫਿਰ ਹਾਂ ਇਹ ਕਹਿ ਸਕਦੇ ਆ ਤੁਸੀਂ ਪੋਲੀਟੀਸ਼ਨ ਬਣ। ਦੇਖੋ ਪੋਲਿਟਿਕਸ ਬੇਸਿਕਲੀ ਤੇ ਸਿਮਰਨ ਪੋਜੀਟਿਵ ਵਰ্ল্ড ਹੈ। ਤੁਹਾਡੇ ਜਿੰਦਗੀ ਨੂੰ ਤੁਹਾਡੇ ਆਲੇ-ਦੁਆਲੇ ਨੂੰ ਤੁਹਾਡੀ ਸੁਸਾਇਟੀ ਨੂੰ ਤੁਹਾਡੇ ਸਟੇਟ ਨੂੰ ਤੁਹਾਡੇ ਮੁਲਕ ਨੂੰ ਅਗਰ ਕੋਈ ਤਬਦੀਲ ਕਰ ਸਕਦਾ ਤਾਂ ਪੋਲਿਟਿਕ ਸਭ ਤੋਂ ਵੱਡੇ ਤਰੀਕੇ ਨਾਲ ਕਰ ਸਕਦੀ ਹਰ ਚੀਜ਼ ਤੁਹਾਡੀ ਪੋਲਿਟੀਕਲ ਫੈਸਲਾ ਪੋਲਿਟਿਕਸੀ ਲੈਂਦੀ ਹੈ ਆਪਾਂ ਉਹਨੂੰ ਕਿ ਤਰ੍ਹਾਂ ਗਲਤ ਗਏ ਇਹ ਚੀਜ਼ ਸਾਨੂੰ ਸਿਖਾਈ ਯੂਨੀਵਰਸਿਟੀ ਸੈਮੀਨਾਰਾ ਨੇ ਉੱਥੇ ਜਦੋਂ ਵੱਡੇ ਸੈਨਟ ਚ ਵੀ ਰਿਹਾ ਮੈਂ 8 ਸਾਲ ਉੱਥੇ ਬੜੇ ਇੰਟੈਲੈਕਚੁਅਲ ਲੋਕ ਸੀ ਵਿਦਵਾਨ ਲੱਗਦਾ ਫਿਰ ਜਿਵੇਂ ਤੁਸੀਂ ਇੰਟੈਲੈਕਚੁਅਲ ਸ਼ਬਦ ਵੀ ਯੂਜ਼ ਕੀਤਾ ਨਾ ਜੀ ਉੱਥੇ ਵਿਦਵਾਨ ਟਾਈਪ ਲੋਕ ਸੀ ਜਾਂ ਜਿਵੇਂ ਜਿਹੜੀ ਉਹ ਪੋਲਿਟਿਕਸ ਤੁਸੀਂ ਗੱਲ ਕਰਦੇ ਹੋ ਤਾਂ ਮੇਰੇ ਕੋਲ ਨਾ ਥੋੜੇ ਦਿਨ ਪਹਿਲਾਂ ਪਾਰਗਟ ਸਿੰਘ ਆਏ ਅਸੀਂ ਗੱਲ ਕਰਦੇ ਸੀਗੇ ਤੇ ਮੈਂ ਕਿਹਾ ਇਹ ਨਹੀਂ ਦੀ ਨਹੀਂ ਕੀ ਪੜਦੇ ਹੋ ਬੁੱਕਸ ਕੀ ਪੜਦੇ ਹੋ ਪਰ ਮੈਂ ਸਰਦਾਰ ਕਪੂਰ ਸਿੰਘ ਹੋਰਾਂ ਨੂੰ ਪੜ੍ਹ ਰਿਹਾ ਸੱਚੀ ਸਾਖੀ ਹਾਂ ਨਹੀਂ ਹੋਰ ਕੋਈ ਬੁੱਕ ਸੀ ਕੋਈ ਨੂੰ ਸਰਵਾਰਕ ਨੂੰ ਸੰਗੁਰਾ ਵੀ ਪੜ ਰਹੀ ਸੀ ਤੇ ਮੈਨੂੰ ਲੱਗਦਾ ਵੀ ਇਦਾਂ ਦੇ ਪੋਲੀਟੀਸ਼ਨ ਹੋਣੇ ਚਾਹੀਦੇ ਜਿਵੇਂ ਤੁਸੀਂ ਪੋਲੀਟਿਕਸ ਦੀ ਗੱਲ ਕੀਤੀ ਪੋਲੀਟਿਕਸ ਮਤਲਬ ਪੋਜ਼ਿਟਿਵ ਵਰਡ ਪਰਵਰਤਨ ਨੇ ਆਉਂਦੀ ਤੁਸੀਂ ਗੱਲ ਕੀਤੀ ਹੈ ਸਮਾਜ ਦੇ ਵਿੱਚ ਫੈਸਲੇ ਪੋਲੀਟਿਕਸ ਨੇ ਕਰਨਾ ਹਰ ਚੀਜ਼ ਦਾ ਤੁਹਾਨੂੰ ਲੱਗਦਾ ਵੀ ਪੋਲੀਟੀਸ਼ਨ ਜਿਹੜੇ ਇੰਟੈਲੈਕਚੁਅਲ ਹੋਣੇ ਚਾਹੀਦੇ ਡੈਫੀਨਿਟਲੀ ਹੋਣੇ ਚਾਹੀਦੇ ਇੰਟੈਲੈਕਚੁਅਲੀ ਹੋਣੇ ਚਾਹੀਦੇ ਆ ਸੋਸ਼ਲ ਵੀ ਹੋਣੇ ਚਾਹੀਦੇ ਆ ਪੋਲੀਟੀਕਲ ਵੀ ਹੋਣੇ ਚਾਹੀਦੇ ਆ ਪੋਲੀਟੀਕਲ ਤਾਂ ਚਲੋ ਕਲਾਸ ਹੀ ਹੈ ਲੇਕਿਨ ਇੰਟੈਲੈਕਟ ਲੈਵਲ ਉਹਨਾਂ ਦਾ ਡੈਫੀਨਿਟਲੀ ਉਹਨਾ ਜੀ ਦਾ ਪੋਲਿਟਿਕਸ ਜਿੰਨਾ ਚੁਰ ਨੀਤੀ ਨੀਤੀ ਕਾੜਿਓ ਨਾ ਤੁਸੀਂ ਤੇ ਨੀਤੀ ਤਾਂ ਤਾਂ ਹੀ ਘਟ ਸਕਦੇ ਹਾਂ ਜੇ ਦੁਨੀਆ ਭਰ ਦੀਆਂ ਨੀਤੀਆਂ ਦਾ ਗਿਆਨ ਹੋਊਗਾ ਤੁਹਾਨੂੰ ਤੋ ਚ ਬਿਹਤਰ ਕਿ ਤਰ੍ਹਾਂ ਕਰ ਸਕਦੇ ਹਾਂ ਆਪਣੀ ਸਟੇਟ ਲਈ ਆਪਣੇ ਮਲਕ ਲਈ ਪੰਜਾਬ ਦੇ ਪੋਲਿਟਿਸ਼ੀਅਨ ਹੈਗੇ ਨਹੀਂ ਮਤਲਬ ਉਹਨਾਂ ਦੇ ਇੰਟੈਲੈਕਟ ਲੈਵਲ ਹੈਗਾ ਹੀ ਨਾ ਸਾਰਿਆਂ ਦਾ ਨਹੀਂ ਚਲੋ ਮੈਂ ਸਾਰੇ ਇੰਟੈਲੈਕਟ ਨਹੀਂ ਹੁੰਦੇ ਤੇ ਸਾਰੇ ਰੂਲ ਆਊਟ ਵੀ ਨਹੀਂ ਕੀਤੇ ਜਾ ਸਕਦੇ ਚੰਗੇ ਪੋਲਿਟਿਸ਼ੀਅਨ ਵੀ ਹੈਗੇ ਆ ਐਸੀ ਗੱਲ ਨਹੀਂ ਗੀ ਬਹੁਤ ਵੀਰ ਨਹੀਂ ਲੱਗਦਾ नो डाउट रुझान ਘਟ ਗਿਆ रुझान ਨਹੀਂ ਕਹਿ ਲੋ ਮਾਹੌਲ ਨਹੀਂ ਨਾਚਾ ਕੇ ਵੀ ਨਹੀਂ ਕਈ ਕਰ ਬਣ ਪਾਰੇ ਇੱਕ ਪੋਲਿਟਿਕਸ ਦਾ ਨਾ ਸਰੂਪ ਚੇਂਜ ਹੋ ਗਿਆ ਡਿਜੀਟਲ ਬਹੁਤ ਹੋ ਗਿਆ ਫਾਸਟ ਬੜਾ ਹੋ ਗਿਆ ਫਿਰ ਜਿਹਨੂੰ ਕਹਿ ਲੋ ਵੀ ਇੱਕ ਇੱਕ ਤਰ੍ਹਾਂ ਦਾ ਪੇਸ਼ਾ ਵੀ ਹੋ ਗਿਆ ਐਵੇਂ ਕੀ ਹੈ ਪਹਿਲਾਂ ਤਾਂ ਸੇਵਾ ਹੀ ਸੀ ਇਹ ਜਦੋਂ ਪੀੜੀਦਰ ਹੈਰੀਡਿਟਰੀ ਬਣ ਗਏ ਨਾ ਹੁਣ ਚਾਰ ਚਾਰ ਪੀੜੀਆਂ ਇੱਕ ਰਾਜ ਕਰ ਰਹੀਆਂ ਇੱਕ ਉਹ ਮਤਲਬ ਜਿਹੜਾ ਜਿਨਾਂ ਦੇ ਘਰ ਬੱਚਾ ਜਾਂਦਾ ਉਹ ਪਹਿਲਾਂ ਹੀ ਪਤਾ ਹੁੰਦਾ ਇਹਨੇ ਐਮਐਲਐਮਪੀ ਬਣਨੀ ਬਣਨਾ ਉਹਨੇ ਪੋਲਿਟਿਕਸ ਦਾ ਸਰੂਪ ਬਦਲਿਆ ਉਹਨੇ ਪੋਲਿਟਿਕਸ ਨੂੰ ਬਦਲ ਚਲੋ ਆਪਾਂ ਪਰਿਵਾਰ ਸੁਧਾਰਨ ਪਰਿਵਾਰਾਂ ਚ ਜਿਹੜੇ ਲੋਕ ਆਉਣਗੇ ਨਾ ਅਜੇ ਵੀ ਉਹ ਕਿਤੇ ਨਾ ਕਿਤੇ ਇੰਟੈਲੈਕਟ ਵੀ ਹੋਊਗੇ ਦਰਦ ਵੀ ਰੱਖਦੇ ਹੋਣਗੇ ਔਰ ਪ੍ਰੈਕਟੀਕਲੀ ਉਹ ਸੁਧਾਰਨ ਪਰਿਵਾਰਾਂ ਵਿੱਚ ਹੁਣ ਤੁਸੀਂ ਜਿਵੇਂ 92 ਚੁਣ ਕੇ ਆਏ ਥੋੜੀ ਪਾਰਟੀ ਲੱਗਦਾ ਸਧਾਰਨ ਨੰਬਰ 12 ਚ ਜਿਹੜੇ ਆਏ ਕਈ ਕਈ ਪੋਲੀਟੀਕਲ ਨਹੀਂ ਵੀ ਗਏ ਉਹ ਵਿਚਾਰੇ ਆ ਗਏ ਜਾਂ ਬਣ ਗਏ ਉਹਨਾਂ ਨੂੰ ਪੋਲੀਟਿਕਸ ਨਹੀਂ ਆਉਂਦੀ ਜਾਂ ਨਹੀਂ ਪਤਾ ਉਹਨਾਂ ਨੂੰ ਸਿੱਖ ਰਹੇ ਨੇ ਵਾਲੇ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਕੋਲ ਲੱਗਦਾ ਫੋਟੋਗੋਲ ਹੈਗਾ ਤੁਸੀਂ ਚੜ ਕੇ ਆਏ ਹੋ ਜਾਂ ਨੋ ਡਾਊਟ ਨੋ ਡਾਊਟ ਮੈਂ ਮੈਨੂੰ ਮੈਂ ਆਪਣੀ ਪ੍ਰਿਵਿਲੇਜ ਕਾਲਾ ਮੈਨੂੰ ਯੂਨੀਵਰਸਿਟੀ ਨੇ ਬਣਾਇਆ ਕੀਤਾ ਤੇ ਪਰ ਇਹ ਨਹੀਂ ਆਪਾਂ ਉਹਨਾਂ ਨੂੰ ਰੂਲ ਆਊਟ ਨਹੀਂ ਕਰ ਸਕਦੇ ਸਿਮਰਨ ਦੇਖੋ ਇੱਕ ਗੱਲ ਤੇ ਵਧੀਆ ਉਹਨਾਂ ਚੋਂ ਉਹਨਾਂ ਦਾ ਜਿਹੜਾ ਹੈੱਡ ਹੈ ਜਿਹੜਾ ਮੁੱਖ ਮੰਤਰੀ ਹੈ ਨਾ ਸਾਡਾ ਉਹ ਤੇ ਬਿਹਤਰ ਹੈ ਉਹਨੇ ਜਿਹੜਾ ਆਪਣਾ ਜਿਹੜਾ ਉਹਦਾ ਕਲਾਕਾਰ ਵਾਲੀ ਜ਼ਿੰਦਗੀ ਵੀ ਸੀ ਨਾ ਉਰਚ ਵੀ ਸੰਘਰਸ਼ ਕੀਤਾ ਉਰਚ ਵੀ ਉਹਨੇ ਪੋਲਿਟਿਕਸ ਨੂੰ ਟੱਚ ਕੀਤਾ ਚਾਹੇ ਉਹ ਦੂਸਰੇ ਤਰੀਕੇ ਨਾਲ ਕੀਤੀ ਸਟਾਇਰ ਕੀਤੀ ਹੈ ਤੇ ਆਪ ਉਹ 8-9 ਸਾਲ ਪਾਰਲੀਮੈਂਟ ਚ ਰਹਿ ਕੇ ਤੇ ਇਸ ਕਰਕੇ ਤੁਹਾਡੀ ਅਗਵਾਈ ਵਧੀਆ ਬੰਦਾ ਕਰ ਰਿਹਾ ਜਿਹੜਾ ਪ੍ਰੈਕਟੀਕਲੀ ਵੀ ਐਕਸਪੀਰੀਐਂਸਡ ਹੈ ਤੇ ਸਧਾਰਨ ਪਰਿਵਾਰ ਦਾ ਵੀ ਹੈ ਸੰਘਰਸ਼ੋਂ ਵੀ ਨਿਕਲਿਆ ਇਮਾਨਦਾਰ ਵੀ ਹੈ ਨੋ ਡਾਊਟ ਸਾਡੇ ਬਹੁਤ ਸਾਰੇ ਐਮਐਲਏ ਨਵੇਂ ਆ ਉਹਨਾਂ ਨੂੰ ਟਾਈਮ ਲੱਗ ਜੂਆ ਪਰ ਸਿੱਖ ਸਿੱਖ ਇਤਨੀ ਸਿਸਟਮ ਚ ਆਗੇ ਨਾ ਸਿੱਖਣਗੇ ਇਹ ਤਾਂ ਨਹੀਂ ਕਹਾਂ ਵੀ ਉਹਨਾਂ ਤੇ ਚੱਕ ਤੇ ਵੱਡਾ ਇਮਾਨਦਾਰ ਬੰਦੇ ਦਾ ਹੈਗਾ ਨਾ ਵਿਗੜ ਨਹੀਂ ਦਊਗਾ ਘੱਟੋ ਘੱਟ ਵਿਗੜ ਨਹੀਂ ਦਊਗਾ ਵਿਗੜ ਨਹੀਂ ਜੀ ਇੱਥੇ ਆ ਕੇ ਕਹਿੰਦੇ ਕਟੜ ਇਮਾਨਦਾਰੀ ਇਹ ਹੀ ਹੈ ਕਹਿੰਦੇ ਸਾਰਾ ਕੁਝ ਹੋਈ ਜਾਂਦਾ ਮਾਈਨਿੰਗ ਵੀ ਹੋ ਜਾਂਦੀ ਹੈ ਪਰਸੋਂ ਚੋਂ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬੜਾ ਕੁਝ ਕੱਢ ਗਏ ਇਹਨਾਂ ਦਾ ਦਰਦ ਪਤਾ ਕੀ ਹੈ ਸਿਮਰ ਇਹ ਵਿਚਾਰਿਆਂ ਨੇ ਰਾਜ ਭਾਗ ਹੀ ਵੇਖਿਆ ਇਹਨਾਂ ਨੇ ਅੰਗਰੇਜ਼ਾਂ ਦੇ ਟਾਈਮ ਵੀ ਰਾਜ ਭਾਗ ਵੇਖੇ ਆਜ਼ਾਦ ਭਾਰਤ ਤੋਂ ਪਹਿਲਾਂ ਵੀ ਇਹ ਰਾਜ ਭਾਗ ਭੁਗਦੇ ਦੇਸ਼ ਦੀ ਆਜ਼ਾਦੀ ਦੀ ਇਹਨਾਂ ਨੇ ਕੋਈ ਲੜਾਈ ਨਹੀਂ ਲੜੀ ਨਨਕਾਣਾ ਸਾਹਿਬ ਦਾ ਜਦੋਂ ਲੋਕ ਸ਼ਹੀਦ ਹੋ ਰਹੇ ਸੀ ਉਦੋਂ ਵੀ ਇਹਨਾਂ ਦੇ ਵੱਡੇ ਵਡੇਰੇ ਉੱਥੇ ਅੰਗਰੇਜ਼ਾਂ ਦੇ ਨਾਲ ਹੀ ਖੜੇ ਸੀ ਇਹ ਇਤਿਹਾਸ ਕਹਿੰਦਾ ਕਾਲੀ ਦਲ ਨੇ ਤਾਂ ਲੜੀਆਂ ਨਾ ਕਾਲੀ ਦਲ ਨੇ ਲੜਿਆ ਮੈਂ ਤੇ ਕਹ ਰਿਹਾ ਉਹਨ ਕਾਲੀ ਦਲ ਬਾਦਲ ਹੋ ਗਿਆ ਹੈ ਕਾਲੀ ਦਲ ਤੇਰਾ ਪਤਾ ਬਾਦਲ ਨਾ 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 ਕੋਈ ਕੁਸਕੇ ਵਖਾਵੇ ਵਖਾਵੇ ਕੁਸਕੇ ਕੋਈ ਮਣੀਯਾਲੀ ਮੜਾ ਜੇ ਬੋਲਿਆ ਹੀ ਵਿਚਾਰਾ ਉਹ ਮਾਰਿਆ ਚੱਕ ਕੇ ਮੈਂ ਕਿ ਨਾ ਰੀਸੈਂਟ ਟਾਈਮ ਸਾਡੇ ਸਮੇਂ ਸਭ ਤੋਂ ਵਧੀਆ ਜਥੇਦਾਰ ਆਇਆ ਗਿਆਨੀ ਹਰਪ੍ਰੀਤ ਮੈਂ ਨਿੱਜੀ ਤੌਰ ਤੇ ਬੜਾ ਸਤਿਕਾਰ ਕਰਦਾ ਇਸ ਕਰਕੇ ਨਹੀਂ ਸਿਕਿਉਰਟੀ ਵੀ ਤੁਸਾਂ ਕੋਲ ਆਪਸ ਹੀ ਸੀ ਨਹੀਂ ਮੇਰੀ ਬੇਨਤੀ ਸੁਣੋ ਨਹੀਂ 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 ਮੇਰੀ ਸੌਂਡ ਲੌ ਸਿਕਿਉਰਟੀ ਇੱਕ ਮੈਟਰ ਹੈ ਮੈਂ ਇੱਕ ਬੰਦੇ ਦੀ ਕਾਬਲੀਅਤ ਦੀ ਗੱਲ ਕਰ ਰਿਹਾ ਉਹਨਾਂ ਦਾ ਉਹਨਾਂ ਦੀ ਯੋਗਤਾ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਉਹਨਾਂ ਦੀ ਪੰਥਕ ਸੋਚ ਜੀ ਦੇਖੋ ਸੱਚ ਬੋਲਿਆ ਉਹਨਾਂ ਨੇ ਕਿ ਜ਼ਮੀਦਾਰਾਂ ਦੀ ਪਾਰਟੀ ਬਣ ਗਈ ਆ ਸ਼ਾਹੂ ਤਾਂ ਮਾਰੇ ਕੱਢ ਕੇ ਫਿਰ ਕਾਲੇ ਦਲ ਕਿੱਥੇ ਰਿਹਾ ਸੋ ਮੇਰਾ ਮਤਲਬ ਹੈ ਵੀ ਉਕਾਲੀ ਦਲ ਨਹੀਂ ਗਾਓ ਹੁਣ ਉੱਥੇ ਹੁਣ ਇੱਕ ਪਰਿਵਾਰ ਦੀ ਪਾਰਟੀ ਆ 15 ਚੋਂ 7-8 ਬੰਦੇ ਇੱਕ ਪਰਿਵਾਰ ਦੇ ਰਿਸ਼ਤੇਦਾਰ ਹੀ ਮੰਤਰੀ ਬਣ ਜਾਣ ਦੱਸੋ ਤੁਸੀਂ ਇਹਦਾ ਮਤਲਬ ਇਹਦਾ ਮਤਲਬ ਜਾਂ ਤੇ ਪੰਜਾਬ ਚ ਕਾਬਲ ਬੰਦੇ ਨਹੀਂਗੇ ਤੇ ਜਾਂ ਫਿਰ ਇਹ ਤੁਹਾਡਾ ਮੋਹ ਆ ਵੀ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਵਿੱਚ ਵਾੜਨਾ ਨਹੀਂ ਚਾਹੁੰਦੇ ਸੱਤਾ ਤੇ ਕਬਜ਼ਾ ਰੱਖਣਾ ਚਾਹੁੰਦੇ ਇਹਦਾ ਮਤਲਬ ਤੇ ਹੀ ਆ ਅਸ਼ਕੰਗ ਸਾਹਿਬ ਇੱਕ ਇਨਸੀਡੈਂਟ ਵੇਰ ਆ ਨਾ ਸੁਲਤਾਨਪੁਰ ਲੋਧੀ ਗੁੜੀਆਂ ਚੱਲੀਆਂ ਨਾ ਸੁਲਤਾਨਪੁਰ ਲੋਧੀ ਗੁੜੀਆਂ ਚੱਲੀਆਂ ਉਸ ਕਾਲ ਨੂੰ ਲੈ ਕੇ ਵੀ ਚਾਹੇ ਕਾਂਗਰਸ ਆ ਚਾਹੇ ਕਾਲੀ ਦਲ ਵੀ ਹੋ ਗਿਆ ਕਹਿ ਰਿਹਾ ਕਿ ਗੁਰੂ ਘਰ ਦੇ ਉੱਤੇ ਅਟੈਕ ਕਰਤਾ ਜੂੜੇ ਭਾ ਕੇ ਜਾ ਕੇ ਉੱਥੇ ਪੁਲਿਸ ਚਲੀ ਗਈ ਤੇ ਪਾਵਨਮੀ ਬਾਤ ਗਈ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਹੈ ਸਾਰੇ ਇਹਨਾਂ ਨੂੰ ਨਾ ਇਹ ਦਰਦ ਹੈ ਕਿ ਉੱਥੇ ਖੂਨ ਖਰਾਬਾ ਕਿਉਂ ਨਹੀਂ ਹੋਇਆ ਹਾਲਾਂਕਿ ਉੱਥੇ ਇੱਕ ਜਵਾਨ ਸ਼ਹੀਦ ਹੋਇਆ ਦੋ ਧੜਿਆਂ ਦੀ ਲੜਾਈ ਸੀ ਸਾਰਿਆਂ ਨੂੰ ਪਤਾ ਹੈ ਵੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹ ਧੜਿਆਂ ਦੀ ਆਪਸੀ ਲੜਾਈ ਸੀ ਗੁਰਦੁਆਰੇ ਤੇ ਕਬਜ਼ਾ ਲੈ ਕੇ ਸਟੇਟ ਦੀ ਜ਼ਿੰਮੇਵਾਰੀ ਹੈ ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ ਔਰ ਆਜ ਐਸਐਸਪੀ ਦਾ ਵੀ ਬਿਆਨ ਆ ਗਿਆ ਮੇਰੇ ਤੁਹਾਡੇ ਸਟੂਡੀਓ ਹੋਂ ਤੋਂ 10 ਮਿੰਟ ਪਹਿਲਾਂ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਕੋਈ ਪੁਲਿਸ ਵਾਲਾ ਮੁਲਾਜ਼ਮ ਜਿਹੜਾ ਆ ਦਰਬਾਰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਿਆ ਸ਼ੂਜ਼ ਪਾ ਕੇ ਡੈਫੀਨੇਟਲੀ ਵੀਡੀਓਜ਼ ਆਏਗੇ ਜਿਹੜਾ ਆ ਕਹਿੰਦੇ ਆ ਦੇਖੋ ਬਾਹਰ ਕੈਂਪਸ ਮੈਂ ਦਰਬਾਰ ਸਾਹਿਬ ਦੀ ਗੱਲ ਤੇ ਕੈਂਪਸ 'ਚ ਤੇ ਫਰਕ ਹੈ ਨਾ ਕੈਂਪਸ ਤੇ ਆਪਾਂ ਵੀ ਚਲੇ ਜਾਂਦੇ ਆ ਦਰਬਾਰ ਸਾਹਿਬ 'ਚ ਜਾਣਾ ਸ਼ੂਜ਼ ਪਾ ਕੇ ਅਲੱਗ ਉਹ ਉਹ ਬੇਅਦਮੀ ਬਾਉਂਡਰੀ ਦੇ ਅੰਦਰ ਜੇ ਮੈਂ ਗੱਲ ਕਰਾਂ ਬਾਉਂਡਰੀ 'ਚ ਮੰਨ ਲਓ ਮੈਂ ਆਮ ਸਾਹਿਬ ਜਾਂਦੇ ਆਪਾਂ ਆਪਾਂ ਬਾਉਂਡਰੀ ਦੇ ਅੰਦਰ ਤੇ ਸ਼ੂਜ਼ ਪਾ ਕੇ ਜਾਂ ਮੇਰਾ ਮੇਰਾ ਮਤਲਬ ਮੈਂ ਇਸ ਗੱਲ ਤੇ ਹੁੰਦਾ ਹੀ ਨਹੀਂ ਮੈਂ ਤੇ ਗੱਲ ਕਿ ਜਿਹੜਾ ਜੋ ਐਕਸ਼ਨ ਹੋਇਆ ਪੁਲਿਸ ਨੇ ਐਕਸ਼ਨ ਕੀਤਾ ਤੁਸੀਂ ਡਿਫੈਂਡ ਕਰਦੇ ਹੋ ਨਹੀਂ ਮੈਂ ਕੀ ਮੈਂ ਤੁਹਾਨੂੰ ਜਿਵੇਂ ਅਕਾਲੀ ਦਲ ਕਹਿ ਰਿਹਾ ਜਾਂ ਕਾਂਗਰਸ ਕਹਿ ਰਿਹਾ ਮੈਂ ਤਾਂ ਸੱਚਾਈ ਦੱਸ ਰਿਹਾ ਸਿਮਰਨ ਉਹੀ ਗੱਲ ਬਹੁਤ ਵਧੀਆ ਸਵਾਲ ਪਹਿਲੀ ਗੱਲ ਤਾਂ ਦੋ ਤੜਿਆਂ ਦੀ ਲੜਾਈ ਸੀ ਸਟੇਟ ਦਾ ਕੰਮ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮੈਂ ਸਟੇਟ ਦੇ ਇੱਕ ਕਾਸਟ ਇੱਕ ਜਵਾਨ ਨੇ ਸ਼ਹਾਦਤ ਦੇ ਦਿੱਤੀ ਕਿ ਸ਼ਾਂਤੀ ਬਹਾਲ ਰਵੇ ਇਹ ਚੁੰਦੇ ਆ ਵੀ ਉੱਥੇ ਖੂਨ ਖਰਾਬਾ ਕਿਉਂ ਨਹੀਂ ਹੋਇਆ ਇਹਨਾਂ ਦਾ ਜੋਰ ਲੱਗਿਆ ਸੇਮ ਜਦੋਂ ਜਨਾਲੇ ਵਾਲਾ ਕੰਡ ਹੋਇਆ ਸੀ ਨਾ ਸਿਮਰਨ ਉਦੋਂ ਵੀ ਪੁਲਿਸ ਵਾਲੇ ਸਾਥੀਆਂ ਨੇ ਆਪਣੇ ਮੂੰਹ ਤੇ ਆਪਣੇ ਸਿਰਾਂ ਤੇ ਸੱਟਾਂ ਖਾਦੀਆਂ ਸੀ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿੱਤੀ ਸੀ ਜਿਹੜੀ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹਨਾਂ ਨੇ ਪੁਲਿਸ ਭੇਜੀ ਸੀ ਰਾਤ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਵਾਲੇ ਤੇ ਗੋਲੀਆਂ ਚਲਾਉਣ ਲਈ ਕਿੰਨਾ ਫਰਕ ਹੈ ਵਿਕਰਮਜੀਤਿਆ ਕਿੱਥੇ ਮਿਲਾਈ ਜਾਂਦਾ ਉਹਨਾਂ ਨੂੰ ਇੱਕ ਪਾਸੇ ਦੋ ਧੜਿਆਂ ਦੀ ਲੜਾਈ ਚ ਜਵਾਨ ਕੁਰਬਾਨੀ ਦੇ ਗਿਆ ਵੀ ਗੁਰਦੁਆਰੇ ਦੀ ਬੇਅਦਬੀ ਨਾ ਹੋਵੇ ਤੇ ਇੱਕ ਪਾਸੇ ਪੀਸਫੁਲੀ ਦਰਬਾਰ ਸਾਹਿਬ ਤੋਂ ਵੀ ਗੁਰਦੁਆਰੇ ਤੋਂ ਬਾਹਰ ਬੈਠੇ ਲੋਕਾਂ ਤੇ ਉਹ ਵੀ ਬੇਅਦਬੀ ਦਾ ਇਨਸਾਫ ਮੰਗ ਰਹੇ ਤੇ ਪੁਲਿਸ ਭੇਜੀ ਜਾਂਦੀ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦੋ ਤੇ ਪੁਲਿਸ ਕਿਹਨਾਂ ਨੂੰ ਭੇਜੀ ਜਾਂਦੀ ਜਿੰਨਾਂ ਤੇ ਇਲਜ਼ਾਮ ਲੱਗਦੇ ਆ ਨੌਜਵਾਨ ਸਿੱਖਾਂ ਨੂੰ ਸ਼ਹੀਦ ਕਰਨਾ ਇਹ ਐਕਸ਼ਨ ਹੋਇਆ ਤੁਸੀਂ ਜਾਇਜ਼ ਮੰਨਦੇ ਮੈਂ ਕਹਿੰਦਾ ਵੀ ਕੋਈ ਵੀ ਕੋਈ ਵੀ ਚੀਜ਼ ਜਾਇਜ਼ ਕਿਉਂ ਆ ਲੇਕਿਨ ਸਟੇਟ ਚ ਸ਼ਾਂਤੀ ਭਾਈਚਾਰਾ ਬਣਾ ਕੇ ਰੱਖਣਾ ਸੂਬੇ ਦੀ ਜ਼ਿੰਮੇਵਾਰੀ ਆ ਔਰ ਉਹਦੇ ਚ ਐਕਚੁਅਲ ਜਿਹੜੇ ਜਿਹੜੇ ਜ਼ਿੰਮੇਵਾਰ ਲੋਕ ਐ ਉਹਨਾਂ ਤੇ ਕਾਨੂੰਨ ਦੇ ਹਿਸਾਬ ਨਾਲ ਸਖਤ ਕਾਰਵਾਈ ਹੋ ਰਹੀ ਆ ਤੇ ਜਿਵੇਂ ਜਿਹੜੀਆਂ ਫੋਟੋਜ਼ ਜਨਤਾ ਕੀਤੀਆਂ ਚਾਹੇ ਕਾਂਗਰਸ ਨੇ ਚਾਹੇ ਕਾਂਗਰਸ ਨੇ ਕੇ ਯਾਰੀ ਤਾਂ ਸਤਪਾਲ ਵੀਰ ਸਿੰਘ ਨਾਲ ਨਵਾਈ ਜਾ ਰਹੀ ਹੈ ਬਾਬਾ ਬਲਵੀਰ ਸਿੰਘ ਜਿਹੜੇ ਦੇਖੋ ਮੈਂ ਸੰਤਾਂ ਬਾਰੇ ਕਿਸੇ ਵੀ ਮਹਾਪੁਰਸ਼ਾਂ ਬਾਰੇ ਕੋਈ ਮੈਂ ਬਿਆਨ ਨਹੀਂ ਕਰਦਾ ਉਹ ਸਾਰਿਆਂ ਦੇ ਜਾਂਦੇ ਆ ਉਹ ਜਾਂਦੇ ਆ ਉਹਨਾਂ ਦੇ ਵੀ ਗੈਰਨਗੇ ਮੈਨੂੰ ਨਹੀਂ ਪਤਾ ਉਹ ਦੇਖੋ ਉਹ ਤੇ ਆਪਣੀ ਆਪਣੀ ਆਸਥਾ ਹੈ ਨਾ ਤੁਸੀਂ ਵੀ ਕਿਸੇ ਦੇ ਇਹਦੇ ਨਾਲ ਉਹਨੂੰ ਕਿਤਰਾ ਜੋੜੀ ਜਾਂਦੇ ਆ ਇਹਨਾਂ ਦਾ ਐਸੀ ਨਾ ਬਾਬਾ ਮਾਨ ਸਿੰਘ ਤੇ ਬਾਬਾ ਬਲਵੀਰ ਸਿੰਘ ਉਹਨਾਂ ਦਾ ਆਪਣਾ ਕਲੈਸ਼ ਹੈ ਇਹਨੂੰ ਲੈ ਕੇ ਨਿੰਗ ਸਿੰਘ ਜਥੇਬੰਦੀਆਂ ਦਾ ਕਲੈਸ਼ ਸੀ ਸਰਕਾਰ ਕਹਿੰਦੇ ਇੱਕ ਧਰਨਾ ਖੜ ਗਈ ਜਾ ਕੇ ਇਹ ਕਹਿ ਰਹੇ ਆ ਸਰਕਾਰ ਜਦੋਂ ਉੱਥੇ ਝਗੜਾ ਹੋ ਰਿਹਾ ਸੀ ਸਰਕਾਰ ਨੇ ਜਾ ਕੇ ਉਸ ਝਗੜੇ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਉੱਥੇ ਗੋਲੀਵਾਰੀ ਚੱਲੀ ਔਰ ਚ ਜਵਾਨ ਸ਼ਹੀਦ ਹੋ ਗਿਆ ਜਿਹੜੇ ਲੋਕਾਂ ਨੇ ਗੋਲੀ ਚਲਾਈ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋ ਰਹੀ ਆ ਹੋਰ ਕੋਈ ਮਤਲਬ ਨਹੀਂ ਸਾਡਾ ਉੱਥੇ ਧਾਰਮਿਕ ਤੌਰ ਤੇ ਕੋਈ ਇੰਟਰਫਰੈਂਸ ਨਹੀਂ ਲੈਣਾ ਨਹੀਂ ਦੇਣਾ ਸਿਰਫ ਲਾਅ ਐਂਡ ਆਰਡਰ ਦਾ ਹਰਜਿੰਦਰ ਸਿੰਘ ਧਾਮੀਰ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਕਹਿੰਦੀ ਆ ਗੋਲੀਆਂ ਦੀ ਉਹਨਾਂ ਨੇ ਗੱਲ ਕੀਤੀ ਕਿ ਫਲਾਣੇ ਨੇ ਫਲਾਣੇ ਦੇ ਰਾਜ ਦੇ ਆਦੀ ਹੋਗੀ ਜਾਂ ਜਦੋਂ ਉਹਨਾਂ ਨੇ ਗੱਲ ਕੀਤੀ ਗੋਲੀਆਂ ਚੱਲਣ ਦੀਆਂ ਗੱਲਾਂ ਕਹਿੰਦੇ ਹੁਣ ਕੌਣ ਹੋਮ ਮਿਨਿਸਟਰ ਆ ਹੁਣ ਗੁਲੀਆਂ ਕਿਉਂ ਚੱਲ ਰਹੀਆਂ ਗੁਰੂ ਘਰ ਦੇ ਉੱਤੇ ਨਹੀਂ ਗੁਰੂ ਘਰ ਤੇ ਕੋਈ ਗੋੜੀ ਚੱਲੀ ਐ ਦੇਖੋ ਇੰਨਾਂ ਦੀ ਦਰਦ ਪਤਾ ਕਿ ਇਹ ਧਾਮੀ ਸਾਹਿਬ ਤੇ ਚਲੋ ਬੰਦੇ ਭਾਵੇਂ ਚੰਗੇ ਆ ਆਖਿਰਕਾਰ ਅਲਟੀਮੇਟਲੀ ਉਹ ਵੀ ਤੇ ਗੁਲਾਮ ਹੀ ਆ ਜਥੇਦਾਰ ਟੋੜੇ ਵਾਲਾ ਰੋਲ ਤੇ ਨਹੀਂ ਨਾ ਉਹਨਾਂ ਦਾ ਵੀ ਰਿਆ ਜਥੇਦਾਰ ਟੋੜਾ ਸਾਹਿਬ ਸੀਗੇ ਤੇ ਕਿੱਥੇ ਗੱਲ ਤੇ ਉਹਨਾਂ ਨੂੰ ਤੇ ਬੋਲਣਾ ਪੈਣਾ ਨਾ ਕਿ ਇਹ ਬੇਸਿਕਲੀ ਇਸ ਚੋ ਰਾਜਨੀਤੀ ਭਾਲ ਰਿਆ ਆ ਅਕਾਲੀ ਦਲ ਵਾਲੇ ਕਿਰਚੋ ਸਾਡਾ ਪੰਤ ਮਤਲਬ ਸਾਡੀ ਅਕਾਲੀ ਦਲ ਬਾਦਲ ਦੀ ਪੋਲਿਟਿਕਸ ਰਿਵਾਈਵ ਹੋ ਜੇ ਔਰ ਦੂਸਰਾ ਇਹ ਸੁਖਣਾ ਸੁਖ ਰਹੇ ਵੀ ਝਗੜਾ ਮਰਿਆ ਕਿਉਂ ਨਹੀਂ ਕੋਈ ਲੋਕ ਮਰੇ ਨਹੀਂ ਹੁੰਦੇ ਤਾਂ ਲੱਗਦਾ ਰੀਜਨਲ ਪਾਰਟੀ ਜ਼ਰੂਰੀ ਹੁੰਦੀ ਹੈ ਸਟੇਟ ਲੈਸ ਤੇ ਸਾਰੇ ਕਹਿੰਦੇ ਨੇ ਨਿਕੋ No doubt ਰੀਜਨਲ ਪਾਰਟੀ ਹੋਣੀ ਚਾਹੀਦੀ ਹੈ ਲੇਕਿਨ ਓ ਰੀਜਨਲ ਪਾਰਟੀ ਦੇ ਆਪਣੇ ਕੋਈ ਪ੍ਰਿੰਸੀਪਲ ਵੀ ਹੁੰਦੇ ਸਿਧਾਂਤਵੀ ਹੁੰਦੇ ਆ ਪਰਿਵਾਰ ਦੀ ਪਾਰਟੀ ਹੋਣਾ ਜ਼ਰੂਰੀ ਨਹੀਂ ਹੈ ਇਹ ਗਲਤ ਹੈ ਇਹ ਪਰੰਪਰਾ ਗਲਤ ਹੈ ਰੀਜਨਲ ਪਾਰਟੀ ਕੋਈ ਮਾੜੀ ਗੱਲ ਨਹੀਂ ਕੀ ਆ ਤਾਮਿਲਨਾਡੂ ਚ ਵੀ ਹੈ ਰੀਜਨਲ ਪਾਰਟੀ ਵੈਸਟ ਬੰਗਾਲ ਚ ਵੀ ਰੀਜਨਲ ਪਾਰ ਤੈ ਲੰਗਨਾਚ ਵੀ ਅਰिजिनल ਪਾਰਟੀ ਯੂਪੀਚ ਵੀ ਅਰिजिनल ਪਾਰਟੀ ਕਈ ਥਾਂ ਮਾਤੇ ਹੋ ਸਕਦੀਆਂ ਯੂਪੀ ਵਾਲੀ ਚਲੋ ਮੈਂ ਨਹੀਂ ਉਹਨੂੰ ਉਸ ਕੈਟਾਗਰੀ ਚ ਗਿਣੂੰਗਾ ਪਰਿਵਾਰਵਾਦ ਹੈ ਬਾਕੀ ਤੇ ਚਲੋ ਤਿੰਨ ਚਾਰ ਮੈਂ ਤੁਹਾਨੂੰ ਗਣਾਈਆਂ ਅਰिजिनल ਪਾਰਟੀਆਂ ਹੈਗੀਆਂ ਐਕਚੁਅਲ ਚ ਤੇ ਇੱਥੇ ਇੱਕ ਪਰਿਵਾਰ ਦੀ ਪਾਰਟੀ ਹੈ ਲੈਂਡ ਆਰਡਰ ਦੀ ਤੁਸੀਂ ਗੱਲ ਕੀਤੀ ਹੈ ਕਿ ਲੈਂਡ ਆਰਡਰ ਨੂੰ ਬਹਾਲ ਕਰਨ ਦੇ ਲਈ ਸਰਕਾਰ ਦਾ ਕੰਮ ਹੁੰਦਾ ਹੈ ਸਰਕਾਰ ਦੇ ਉੱਤੇ ਵੀ ਕਈ ਮਤਲਬ ਅਲੀਗੇਸ਼ਨ ਜਾਂ ਸਭ ਦੇ ਉੱਤੇ ਚਾਹੇ ਸਿੱਧੂ ਮੂਸੇਵਾਲਾ ਇਨਸੀਡੈਂਟ ਹੋ ਉਹ ਇਨਸੀਡੈਂਟ ਨੂੰ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਉਹ ਦਾਗ ਲੱਗਿਆ ਨਹੀਂ ਦੇਖੋ નોਟ ਆਊਟ ਯਾਰ ਸਿੱਧੂ ਮੂਸੇਵਾਲਾ ਤਾਂ ਬਹੁਤ ਵੱਡਾ ਸਟਾਰ ਸੀ ਇੱਕ ਆਮ ਬੰਦੇ ਦੀ ਵੀ ਜਾਨ ਚਲੇ ਜੇ ਆਪਣੇ ਵਾਸਤੇ ਦੁੱਖ ਦੀ ਗੱਲ ਹੈ ਖੇਤ ਦੀ ਗੱਲ ਹੈ ਅਫਸੋਸ ਦੀ ਗੱਲ ਹੈ ਚ ਕੋਈ ਦੋਰਾ ਹੀ ਨਹੀਂ ਗਈ ਸਿੱਧੂ ਮੂਸੇਵਾਲਾ ਤਾਂ ਬਹੁਤ ਵੱਡਾ ਸਟਾਰ ਸੀ ਲੇਕਿਨ ਇਹ ਕਹਿ ਦੇਣਾ ਵੀ ਜਿਹੜੇ ਮੁਸੇਵਾਲਾ ਸਾਹਿਬ ਨੂੰ ਮਰਵਾਤਾ ਜੀ ਇਹਨਾਂ ਨੇ ਐ ਕਰਤਾ ਜੀ ਮਾਨ ਸਾਹਿਬ ਦੀ ਸਰਕਾਰ ਜਦੋਂ ਦੀ ਆਈ ਹੈ ਉਹਨਾਂ ਨੇ ਹਰ ਇੱਕ ਚਾਏ ਵੱਡਾ ਦੇਖੋ ਕ੍ਰਾਈਮ ਨੂੰ ਸੋਸਾਇਟੀ ਚ ਬਿਲਕੁਲ ਰੂਲ ਆਊਟ ਨਹੀਂ ਕਰ ਸਕਦੇ ਇਹ ਆ ਵੀ ਬਿਹਤਰ ਕਰ ਸਕਦੇ ਹੋ ਲੇਕਿਨ ਜਿੰਨੇ ਜਿੰਨੇ ਵੀ ਲੋਕ ਹੈ ਉਹ ਫੜੇ ਵੀ ਜਾ ਰਿਹਾ ਸਟੇਟ ਸਪான்ਸਰ ਕਰਾਇਮ ਨਹੀਂ ਹੋ ਰਿਹਾ ਜਿਹੜਾ ਕੀ ਇਹਨਾਂ ਵੱਲੋਂ ਬਣਾਏ ਜਾਂਦੇ ਸੀ ਨੌਜਵਾਨਾਂ ਨੂੰ ਗੈਂਗਸਟਰ ਬਣਾਉਣਾ ਨੌਜਵਾਨਾਂ ਨੂੰ ਕਬਜ਼ੇ ਕਰਾਉਣਾ ਨੌਜਵਾਨਾਂ ਨੂੰ ਗਲਤ ਰਸਤਿਆਂ ਤੇ ਪਾਉਣਾ ਸਪੋਰਟਸਮੈਨਾਂ ਨੂੰ ਗੈਂਗਸਟਰ ਬਣਾਉਣਾ ਇਹਨਾਂ ਨੇ ਬਣਾਇਆ ਬਾਲ ਪੜ ਕੇ ਬਣਾਏ ਆ ਉਗਰਾਹੀਆਂ ਕਰਦੇ ਰਹੇ ਆ ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਉਹ ਚੀਜ਼ ਬੰਦ ਕਰਾਈਏ ਜੋ ਮਰਜੀ ਕਰ ਅੱਛਾ ਫੇਰ ਹੈ ਨਾ ਫੈਮਿਲੀ ਤੇ ਆਉਂਦੇ ਆ ਨਾਨ ਪੋਲਿਟਿਕਲ ਗੱਲਾਂ ਕਰਦੇ ਆ ਕਿ ਪੋਲਿਟਿਕਸ ਵਾਲ ਚ ਨਹੀਂ ਆਸੀ ਪੋਲਿਟਿਕਸ ਤੋਂ ਬੰਨ ਰਿਹਾ ਨਹੀਂ ਸਾਡਾ ਪੋਲਿਟਿਕਲ ਬੰਦਾ ਹਾਂ ਇਹ ਤਾਂ ਹੈ ਉਹ ਤਾਂ ਵੀ ਹਮੇਸ਼ਾ ਹੀ ਨਾ ਗੱਲਾਂ ਪੋਲੀਟਿਕਲ ਹੀ ਹੁੰਦੀਆਂ ਆ ਉਹ ਤਾਂ ਜਿੱਤੇ ਸੁਭਾਵਿਕ ਜੀ ਗੱਲ ਹੈ ਆਪਣੇ ਤਾਂ ਪੰਜਾਬ ਚ ਵੈਸੇ ਬਜਾ ਰਵਾਜ ਹੈ ਐਮਪੀ ਚ ਕੀ ਰਵਾਜ ਹੈ ਮੈਂ ਕਹਿੰਦਾ ਪੋਲੀਟਿਕਸ ਹੁਮਾਰੀ ਗੱਲ ਨਹੀਂ ਗਈ ਪੋਲੀਟਿਕ ਤੁਸੀਂ ਸਿਸਟਮ ਬਾਰੇ ਚਰਚਾ ਕਰਨੀ ਚਾਹੀਦੀ ਹੈ ਉਹਦੀਆਂ ਖਾਮੀਆਂ ਚੰਗਿਆਈਆਂ ਤੇ ਬਾਰੇ ਚਰਚਾ ਕਰਨੀ ਚਾਹੀਦੀ ਬਿਹਤਰ ਕਿਤਰਾ ਕਰ ਸਕਦੇ ਸੋਸਾਇਟੀ ਚੋਂ ਹੀ ਲੀਡਰਸ਼ਿਪ ਡਿਵੈਲਪ ਹੋਣੀ ਲੀਡਰਸ਼ਿਪ ਕਿੱਥੋਂ ਹੁੰਦੀ ਹੈ ਸਮਾਜ ਚੋਂ ਹੀ ਹੁੰਦੀ ਹੈ ਨਾ ਹੋਰ ਲੀਡਰਸ਼ਿਪ ਉੱਪਰੋਂ ਸਪੈਸ਼ਲ ਤੇ ਨਹੀਂ ਬਣ ਕੇ ਆ ਜਾਂਦੇ ਬਿਲਕੁਲ ਅੱਛਾ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਤੁਸੀਂ ਕਿਹਾ ਆਮ ਹੀ ਮਤਲਬ ਚਰਚਾਆਂ ਮਾ ਪੋਲਿਟਿਕਸ ਦੀਆਂ ਹੀ ਹੁੰਦੀਆਂ ਸੱਥਾਂ ਤੋਂ ਲੈ ਕੇ ਹਨ ਵਿਆਹਾਂ ਦੇ ਵਿੱਚ ਵੀ ਜ਼ਰਰੇ ਕਿ ਦਿਨ ਵਿਆਹਾਂ ਦਾ ਸੀਸ ਹੈ ਨਾ ਤੇ ਜੇ ਗੱਲ ਐਮਪੀ ਦੀ ਕਰੀਏ ਜੀ ਜੀ ਐਮਪੀ ਦੀ ਖੇਤੀਬਾੜੀ ਕਿਵੇਂ ਦੀ ਆ ਐਮਪੀ ਜਿੱਥੇ ਤੇ ਆਪਣੇ ਲੋਕ ਵਸੇ ਆ ਹਾਂਜੀ ਕੋਟੇ ਚ ਵਸੇ ਆ ਆਪਣੇ ਬਾਜਪੁਰ ਚਲੇ ਜੋ ਜੀ ਜੀ ਰਿਉਪੀ ਚਰ ਉਧਰਪੁਰ ਚਲੇ ਸਾਰਾ ਏਰੀਆ ਸੀ ਘੁੰਮਿਆ ਰਿਸ਼ਤੇਦਾਰੀਆਂ ਹੀ ਪੈਂਦੀਆਂ ਚਲੋ ਇੱਕ ਦੂਜੇ ਨਾਲ ਜਾਂ ਸਾਡੇ ਵੀ ਗੁਆਲਰ ਦੇ ਆਲੇ ਦੁਆਲੇ ਵਪਾਲ ਲੱਗੇ ਸ਼ੋਕਨਗਰ ਪਿੰਡਾ ਜੋ ਮੈਂ ਏਰੀਆ ਦੇਖੇ ਜਿਹੜੇ ਆਪਣੇ ਲੋਕ ਹੈ ਨਾ ਇੰਨਾ ਚ ਪ੍ਰਮਾਤਮਾ ਵੱਲੋਂ ਕਿਰਪਾ ਆ ਇਹ ਤੇ ਉੱਥੇ ਆਵਾਜ਼ ਪੰਜਾਬ ਬਣਦੇ ਸਾਡੇ ਜਿ ਤਰ੍ਹਾਂ ਉੱਥੇ ਨੌਕਰ ਵੀ ਪੰਜਾਬੀ ਬੋਲਦੇ ਆ ਜੀ ਹਾਂ ਉੱਥੇ ਸਾਡੇ ਉਹਨਾਂ ਨੇ ਅਸੀਂ ਕਿੰਨੇ 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 ਚਿਰ ਤੋਂ ਦੇਖ ਰਹੇ ਛੋਟੇ ਛੋਟੇ ਹੁੰਦੇ ਆ ਜੀ ਤੇ ਸਾਡੇ ਆਪਣੀਆਂ ਜ਼ਮੀਨਾਂ ਦਿਖਣ ਵੀ ਅੱਡ ਜਾਣੀਆਂ ਕਿਉਂਕਿ ਮਿਹਨਤ ਨਾਲ ਰਸਤੇ ਬਣਾਏ ਖੇਤ ਬਣਾਏ ਖਾਲਾ ਬਣਾਈਆਂ ਤੇ ਕੰਮ ਕਰਦੇ ਰਹੇ ਹਾਂ ਉਹ ਉਸ ਲੈਵਲ ਤੇ ਨਹੀਂ ਥੋੜਾ ਬਹੁਤ ਤੇ ਕਰਦੀ ਹੈ ਕਿਉਂਕਿ ਖੇਤੀਬਾੜੀ ਆਪਣਾ ਅੱਜ ਵੀ ਪੇਸ਼ਾ ਤੇ ਖੇਤੀਬਾੜੀ ਹੀ ਹੈ ਜੀ ਤੇ ਇਹ ਨਹੀਂ ਆ ਵੀ ਕੰਮ ਮਤਲਬ ਵੀ ਦਿਨ ਰਾਤ ਨਹੀਂ ਕਹਿ ਸਕਦੇ ਲੇਕਿਨ ਕੰਮ ਸਾਰਾ ਕਰੀਦਾ ਖੇਤੀਬਾੜੀ ਦਾ ਪੂਰਾ ਹੁੰਦਾ ਸਾਰਾ ਕਰੀਦਾ ਖੇਤੀ ਕਰੀਦੀ ਅੱਛਾ ਐਮਪੀ ਚੋਧਰ ਕੀ ਫਸਲ ਕਿਹੜੀ ਬੀਜਦੇ ਹੋ ਕੀ ਲਾਉਂਦੇ ਹੋ ਅਸੀਂ ਤੇ ਚੋਨਾ ਕਣ ਕੀ ਕਰਦੇ ਆ ਵਾਦ ਤੋਂ ਬਾਦ ਸਰੋਂ ਅੱਛਾ ਜੀ ਸਰੋਂ ਸਾਡੇ ਬਹੁਤ ਹੁੰਦੀ ਹੈ ਕਿਸੇ ਜ਼ਮਾਨੇ ਗੰਨਾ ਹੁੰਦਾ ਸੀ ਹੁਣ ਪਾਣੀ ਪੋਣੀ ਦੀ ਸਮੱਸਿਆ ਹੁਣ ਨਹੀਂ ਹੁੰਦਾ ਤੇ ਚੋਨਾ ਕਣ ਕੀ ਆ ਉਹ ਨਗੰਗ ਤੇ ਸਰੋਂ ਮੋਟਰਾਂ ਹੀ ਲੱਗੀਆਂ ਫਿਰ ਉਤਰਾਂ ਮੋਟਰਾਂ ਵੀ ਹੈ ਨਹਿਰੀ ਵੀ ਹੈ ਨਹਿਰੀ ਪਾਣੀ ਵੀ ਹੈ ਨਹਿਰੀ ਆ ਸਾਡੇ ਬਾਦਰ ਸਾਹਿਬ ਹੋਣਾ ਨੇ ਦਾਦੇ ਹੋਣਾ ਨੇ ਬੜੀ ਮਿਹਨਤ ਕੀਤੀ ਅਸੀਂ ਉਹ ਬਣਾਏ ਹੋਇਆ ਚਾਰ ਚਾਰ ਪੰਜ ਪੰਜ ਕਿੱਲਿਆਂ ਚ ਜਿਹੜੇ ਖੇਤਾਂ ਚ ਤਲਾਬ ਨਹੀਂ ਕਹਿ ਲੈਂਦੇ ਜਿੱਦਾਂ ਪੱਕੇ ਕਰਾਏ ਆ ਜੀ ਜੀ ਉਹ ਸਟੋਰ ਕਰ ਲੈਂਦੇ ਅਸੀਂ ਪਾਣੀ ਅੱਛਾ ਜੀ ਤੇ ਉਹ ਨਹਿਰੀ ਪਾਣੀ ਸਟੋਰ ਕਰ ਲੈਂਦੇ ਹਾਂ ਨਹਿਰੀ ਪਾਣੀ ਵੀ ਮੋਟਰਾਂ ਵੀ ਜਦੋਂ ਵੇਲੀਆਂ ਉਦੋਂ ਚਲਾ ਲਿਆ ਵਿੱਚ ਹਾਂ ਸੋ ਵਧੀਆ ਐਂ ਚੀ ਗੱਲ ਨਹੀਂ ਬਹੁਤ ਵਧੀਆ ਮਤਲਬ ਲੱਗਦਾ ਜਾ ਕਿ ਪਤਾ ਨਹੀਂ ਲੱਗਦਾ ਉੱਥੇ ਪੰਜਾਬ ਹੈ ਕਿ ਪੰਜਾਬ ਤੋਂ ਬਾਹਰ ਜੀ ਜੀ ਮੈਂ 97 ਚ ਆ ਗਿਆ ਸੀ ਗ੍ਰੈਜੂਏਸ਼ਨ ਚ ਉਧੇ ਆਣੇ ਮੇਰੀ ਥੀ ਤੁਹਾਨੂੰ ਮਤਲਬ ਇਧਰ ਕੀ ਮਤਲਬ ਪੰਜਾਬ ਨਾਲ ਮੋਹ ਸੀਗਾ ਵੀ ਪੰਜਾਬ ਜਾਣਾ ਤਾਂ ਇਹ ਫਿਰ ਲੁਧਿਆਣੇ ਆਪ ਦੇਖੋ ਰੂਟਸ ਤੇ ਆਪਣੀਆਂ ਇਹ ਹੀ ਆ ਨਾ ਆਪ ਨੂੰ ਤਾਂ ਕੋਈ ਛੱਡ ਨਹੀਂ ਸਕਦਾ ਫਿਰ ਆਪਣੇ ਭੈਣ ਭਰਾ ਰਿਸ਼ਤੇਦਾਰਾ ਵੀ ਹੁੰਦੀਆਂ ਫਿਰ ਸਾਡੇ ਸਾਦਰ ਸਾਹਿਬ ਦੀ ਪਹਿਲਾਂ ਤੋਂ ਇੱਛਾ ਸੀ ਵੀ ਬੱਚੇ ਉੱਥੇ ਪੜਨ ਅੱਛਾ ਜੀ ਮੇਰੇ ਤਾਂ ਮੈਨੂੰ ਤਾਂ ਪਹਿਲੇ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਕਿੰਨੇ ਭੈਣ ਭਰਾ ਹੋ ਤੁਸੀਂ ਅਸੀਂ ਦੋ ਭਰਾ ਹਾਂ ਇੱਕ ਸਿਸਟਰ ਹੈ ਮੇਰੇ ਅੱਛਾ ਜੀ ਬ੍ਰਦਰ ਮੇਰਾ ਹੈ ਯੂਕੇ ਚ ਰਹਿੰਦਾ ਇੰਗਲੈਂਡ ਸਿਸਟਰ ਇੱਥੇ ਰਹਿੰਦੇ ਮਾਲੀ ਉਹਨਾਂ ਉਹਨਾਂ ਦੀ ਸਕੂਲਿੰਗ ਤੇ ਉਹ ਉਹ ਮੇਰੇ ਤੋਂ ਛੋਟੇ ਹੈ ਅੱਛਾ ਜੀ ਬ੍ਰਦਰ ਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦਿੱਲੀ ਦੀ ਹੈ ਜੀ ਫਿਰ ਐਮਬੀਏ ਉਹਦੀ ਯੂਕੇ ਦੀ ਹੈ ਹਮ ਤੇ ਸਿਸਟਰ ਦੀ ਤੇ ਉੱਥੋਂ ਦੀ ਹੈ ਮੇਰੇ ਨਾਲ ਹੀ ਸੀ ਜੀ ਜੀ ਹਾਂ ਗੇਮ ਗੇਮ ਵਾਲ ਕੇ ਮੈਂ ਆਇਆ ਤੁਸੀਂ ਬਾਸਕਟਬਾਲ ਹੀ ਮੈਂ ਥੋੜਾ ਬਾਸਕਟਬਾਲ ਇਤਰਾ ਆ ਜਦੋਂ ਮੈਂ ਸਕੂਲ ਪਲੱਸ 1 ਚ ਮੈਨੂੰ ਕਰਦਿਆ ਨੇ ਗਵਾਲੀਅਰ ਰਾਤ ਦਾ ਸ਼ਹਿਰ ਚ ਪੜਨ ਜੀ ਉਹ ਸਾਡਾ ਇੱਥੇ ਟੀਚਰ ਸੀਗੇ ਇੱਕ ਉਹ ਸੀਗੇ ਬਨਰਜੀ ਸਰ ਬਨਰਜੀ ਉਹ ਬੈਸਟ ਬੰਗਾਲ ਦੇ ਉਹ ਕਹਿੰਦੇ ਸੀ ਵੀ ਆਰ ਬੜੀ ਤੇਰੀ ਹਾਈਟ ਬੜੀ ਵਧੀਆ ਤੂੰ ਗੇਮ ਕਿਉਂ ਨਹੀਂ ਕਰਦਾ ਮੈਂ ਵਾਲੀਬਾਲ ਖੇੜਦੇ ਅਸੀਂ ਪਿੰਡ ਵੈਸੇ ਵਾਲੀਬਾਲ ਜਿਹੋ ਤਰ੍ਹਾਂ ਪਿੰਡਾਂ ਚ ਆਪਾਂ ਖੇੜਦੇ ਹੁੰਨੇ ਆ ਉਹ ਤੇ ਖੇੜਦੇ ਆ ਨਸ਼ੌਂਕੀਆ ਤੇ ਉਹ ਮੈਨੂੰ ਕਹਿੰਦੇ ਯਾਰ ਤੂੰ ਆ ਯਾਰ ਮਲਵਿੰਦਰ ਤੇਰੀ ਗੇ ਤੇਰੀ ਹਾਈਟ ਵਧੀਆ ਹਾਈਟ ਮਤਲਬ ਉਸ ਹਾਬ ਨਾਲ ਹਾਲਾਂਕਿ ਬਾਸਕਟਬਾਲ ਦੇ ਹਿਸਾਬ ਨਾਲ ਮੇਰੀ ਹਾਈਟ ਕੋਈ ਜ਼ਿਆਦਾ ਨਹੀਂ ਕੀ ਨਾਰਮਲ ਠੀਕ ਹੈ ਆਪਾਂ ਨਾਰਮਲ ਬੰਦੇਾਂ ਚ ਵਧੀਆ ਹਾਈਟ ਹੁੰਦੀ 6 ਫੁੱਟ 2 ਇੰਚ ਕਾਫੀ ਹੁੰਦੀ ਤੇ ਉਹ ਚਸਕਾ ਲੱਗ ਗਿਆ ਆਪਾਂ ਨੂੰ ਗੇਮ ਦਾ ਸਵੇਰੇ ਸ਼ਾਮ ਨਾਲ ਮੈਨੂੰ ਸੱਦ ਲੈਣਾ ਪਹਿਲੇ 6 ਮਹੀਨਿਆਂ ਚ ਮੈਨੂੰ ਸਟੇਟ ਚੈਂਪੀਅਨਸ਼ਿਪ ਚ ਮੌਕਾ ਮਿਲ ਗਿਆ ਖੇਡਣ ਦਾ ਉੱਥੇ ਮੈਂ ਖੇਡਿਆ ਬੜਾ ਵਧੀਆ ਸਕੂਲ ਚੈਂਪੀਅਨਸ਼ਿਪ ਸੀਗੀ ਸਾਡੀ ਇੰਦੌਰ ਹੋਈ ਸੀ ਤੇ ਮੈਂ ਇਸ ਤਰ੍ਹਾਂ ਫਿਰ ਤਲੋ ਜਿਵੇਂ ਕਹਿ ਲੋ ਬਾਸਕਟਬਾਲ ਚ ਵਸ ਚਲਤੋ ਚਲ ਹਾਂ ਇਹਦਾਂ ਇੱਕ ਬੜਾ ਵਧੀਆ ਸੰਜੋਗ ਮੇਰੇ ਬੇਟੇ ਇਸ ਵਾਰ ਸਬ ਜੂਨੀਅਰ ਨੈਸ਼ਨਲ ਖੇਡ ਕੇ ਆਏ ਆ ਬਾਸਕਟਬਾਲੀ ਟਵਿਨਸ ਹੈ ਮੈਂ ਪਹਿਲੀ ਨੈਸ਼ਨਲ ਆਪਣੀ ਪੌਂਡਿਚੇਰੀ ਖੇਡੀ ਸੀ 94 ਚ ਹਮ ਸਬ ਜੂਨੀਅਰ ਯੂਥ ਨੈਸ਼ਨਲ ਖੇਡੀ ਸੀ ਮੈਂ ਤੇ ਮੇਰੇ ਬੱਚੇ ਵੀ ਸੇਮ ਉਸੇ ਰਜੀਵ ગાંધી ਇੰਡੋਰ ਸਟੇਡੀਅਮ ਚ ਸਬ ਜੂਨੀਅਰ ਖੇਡ ਕੇ ਆਏ ਪਹਿਲੀ ਨੈਸ਼ਨਲ ਇਸ ਸੰਜੋਗ ਦੀ ਗੱਲ ਹੈ ਹਮ ਬਿਲਕੁਲ ਹਾਂ ਉਹ ਚੰਡੀਗੜ੍ਹ ਵੱਲੋਂ ਖੇਡੇ ਮੈਂ ਜੋ ਐਮਪੀ ਵੱਲੋਂ ਖੇਡੇ ਤਾਂ ਅੱਛਾ ਗੇਮ ਦੇ ਵਿੱਚ ਇੰਟਰਸਟ ਸੀਗਾ ਤੁਹਾਡਾ ਤੇ ਘਰਦਿਆਂ ਨੂੰ ਲੋਕਾਂ ਤੋਂ ਪੂਰਾ ਸਹਿਯੋਗ ਸੀਗਾ ਘਰਦੇ ਘਰਦਿਆਂ ਨੇ ਕਦੇ ਨਹੀਂ ਕਿਹਾ ਮੈਂ ਆਪਾਂ ਕਹੀਏ ਨਿਕਨੇਸ਼ ਘਰਦੇ ਇਸ ਗੱਲ ਨੂੰ ਜ਼ੋਰ ਦਿੰਦੇ ਸੀ ਵੀ ਪੜੋ ਪੜਨਾ ਆ ਫਾਦਰ ਸਾਹਿਬ ਨੂੰ ਹੁੰਦਾ ਸੀ ਸਿਵਲ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨਗੇ ਉਸ ਫੀਲਡ ਉਸ ਲਾਈਨ 'ਚ ਜਾਇਓ ਫਾਦਰ ਸਾਹਿਬ ਨੂੰ ਸੀਗਾ ਪੜੋ ਪੜਨਾ ਜ਼ਰੂਰ ਆ ਪ੍ਰਾਇੋਰਟੀ ਪੜਾਈ ਰੱਖਣੀ ਹੈ ਬਾਕੀ ਜੋ ਮਰਜੀ ਕਰੋ ਤੁਸੀਂ ਅੱਛਾ ਫਿਰ ਜਦੋਂ ਗ੍ਰੈਜੂਏਸ਼ਨ ਕਰਨ ਆਏ ਫਿਰ ਗੇਮ ਨਾਲ ਨਾਲ ਚੱਲਦੀ ਰਹੀ ਹਾਂ ਐਕਚੁਅਲ ਕੀ ਹੋਇਆ ਕਿ ਬੜਾ ਵਧੀਆ ਮੈਂ 인ਦੌਰ ਅਕੈਡਮੀ ਸੀਗਾ ਬਾਸਕਟਬਾਲ ਪਲਸ ਪਲਸ 2 ਚਨਾ ਉੱਥੇ ਮੇਰੇ ਨਾਲ ਮੇਰੇ ਦੋ ਦੋਸਤ ਸੀਗੇ ਅੱਜ ਵੀ ਹੈਗੇ ਐ ਇੱਕ ਕੈਨੇਡਾ ਇੱਕ ਇੱਥੇ ਅੰਮ੍ਰਿਤਸਰ ਉਹ ਵੀ ਮੇਰੇ ਨਾਲ ਪੰਜਾਬ ਵੱਲੋਂ ਸਿਲੈਕਟ ਹੋਏ ਸੀ ਅਕੈਡਮੀ ਚ ਉੱਥੇ ਸਿਮਰਨ ਬੜਾ ਵਧੀਆ ਇੰਸਟ ਬੜਾ ਮਤਲਬ ਇੰਟਰਸਟਿੰਗ ਇੰਸਟ ਅਸੀਂ ਉੱਥੇ ਕਰਨਾ ਰਾਜਨ ਸਾਡੇ ਕੋਚ ਸੀ ਪ੍ਰੈਕਟਿਸ ਬਹੁਤ ਕਰਾਉਂਦੇ ਸੀ ਪ੍ਰੈਕਟਿਸ ਮਤਲਬ ਉਸ ਸਰਵਿਸ ਦੇ ਕੋਚ ਰਹੇ ਸੀ ਉਹਨਾਂ ਦੇ ਕੋਚਿੰਗ ਦੇ ਟਾਈਮ ਸਰਵਿਸ ਜ ਲਗਾਤਾਰ 18 ਸਾਲ ਜਿੱਤੀ ਸੀ ਨੈਸ਼ਨਲ ਚੈਂਪੀਅਨ ਉਹ ਸਾਡੇ ਕੋਚ ਸੀਗੇ ਉੱਥੇ ਉਹ ਸਵੇਰੇ 6 ਵਜੇ ਗਰਾਊਂਡ 9:30 ਤੱਕ ਫਿਰ ਅਸੀਂ ਸਕੂਲ ਜਾਣਾ ਫਿਰ ਸ਼ਾਮ ਨੂੰ ਵੀ ਇਸੇ ਤਰੀਕੇ ਨਾਲ 4 ਘੰਟੇ 4:30 4:30 ਬਹੁਤ ਜੀਤੋੜ ਮਿਹਨਤ ਕਰਉਂਦੇ ਪ੍ਰੋਫੈਸ਼ਨਲ ਤਰੀਕੇ ਨਾਲ ਇੱਕ ਵਾਰ ਕੀ ਹੋਇਆ ਅਸੀਂ ਨਾ ਉਸ ਟਲੋ ਤੋਂ ਬਣ ਰਿਆ ਸੀ ਸਾਨੂੰ ਉਹਨਾਂ ਨੇ ਫਲੈਟ ਲੈ ਕੇ ਦਿੱਤੇ ਸੀ 15 18 ਕ ਜਣੇ ਸੀ ਕੀ ਹਾਂ 18 ਜਣੇ ਸੀ ਸਾਰੇ ਇੰਡੀਆ ਚੋਂ ਸਿਲੈਕਟ ਕੀਤੇ ਸੀ ਉਹਨਾਂ ਨੇ ਅਸੀਂ ਨਾ 9:30 ਦੇ ਗਰਾਊਂਡ ਤੋਂ ਆਏ ਤੇ ਇੰਨੇ ਥੱਕੇ ਨਾ ਤੇ ਮੈਂ ਨਾ ਆ ਕੇ ਮੰਜੇ ਤੇ ਡਿੱਗ ਗਿਆ ਤੇ ਮੇਰਾ ਇੱਕ ਦੋਸਤ ਦਾ ਸੁਨੀਲ ਹੈਗਾ ਉਹ ਪੁਲਿਸ ਚ ਹੈ ਹਾਂ ਜੀ ਅਮ ਮਧ ਪ੍ਰਦੇਸ਼ ਪੁਲਿਸ ਜੀ ਮੈਂ ਨੂੰ ਕਹਿਆ ਯਾਰ ਇੰਨੀ ਹਿੰਮਤ ਨਹੀਂ ਕੀਤੀ ਸੁਨੀਲ ਸ਼ੂਜ਼ ਵੀ ਖੋਲਣ ਬ੍ਰੇਕਫਾਸਟ ਟਾਈਮ ਬੰਦ ਹੋਣ ਵਾਲਾ ਹੈ ਬ੍ਰੇਕਫਾਸਟ ਕਰਨੇ ਨੇ ਤੂੰ ਮੇਰੇ ਸ਼ੂਜ਼ ਖੋਲ ਦੇ ਯਾਰ ਉਹ ਕਹਿੰਦਾ ਲਵ ਜਿਤਨਾ ਆਪਸ ਅਸੀਂ ਤੇ ਕੱਪੜੇ ਵੀ ਇੱਕ ਦੂਜੇ ਤੋਂ ਨੇ ਪਲੇਅਰ ਕਰਦੇ ਹੁੰਦੇ ਹਾਸਟਲਾਂ 'ਚ ਵੀ ਯਾਰ ਆ ਮੇਰੇ ਕੱਪੜੇ ਧੋ ਦੀ ਜੀ ਮੇਰੇ ਨਾਲ ਉਹ ਲੇਸਸ ਖੋਲ ਰਿਹਾ ਹੈ ਸ਼ੂਜ਼ ਤੇ ਮੈਂ ਲੰਮਾ ਡਿੱਗ ਗਿਆ ਪਿਆ ਤੇ ਸਾਡੇ ਨਾਲ ਉੱਥੇ ਉਹ ਆ ਗਏ ਸੈਕਟਰੀ ਸ਼ਰਮਾ ਜੀ ਹੁੰਦੇ ਡੈਥ ਹੋ ਗਈ ਉਹਨਾਂ ਦੀ ਜੀ ਐਮ ਸ਼ਰਮਾ ਬਹੁਤ ਵੱਡਾ ਨਾਮ ਬਾਸਕਟਬਾਲ 'ਚ ਉਹਨਾਂ ਨੇ ਮੈਨੂੰ ਉਠਾ ਕੇ ਮੇਰੇ ਥੱਪੜ ਮਾਰਿਆ ਮਤਲਬ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਮੈਨੂੰ ਥੱਪੜ ਐਵੇਂ ਦਾ ਵੱਜਿਆ ਵੀ ਜਿਹੜਾ ਕਿਸੇ ਦੇ ਬੰਦੇ ਨੇ ਕਰਦੇ ਤੇ ਚਲੋ ਮਾਰਦੇ ਹੁੰਦੇ ਆ ਬਾਹਰਲੇ ਬੰਦੇ ਨੇ ਤੇ ਮੈਂ ਕਿਹਾ ਮੈਂ ਤੇ ਅੱਕਾ ਬੱਕਾ ਰਹਿ ਗਿਆ ਸਾਰੇ ਮੁੰਡਿਆਂ ਦੇ ਸਾਹਮਣੇ ਮੈਂ ਕਿਹਾ ਜੀ ਮੇਰੀ ਗਲਤੀ ਕੀ ਆ ਕਹਿੰਦਾ ਆਪ ਲੋਕਾਂ ਨੂੰ ਸ਼ਰਮ ਨਹੀਂ ਆਤੀ ਆਪਣੇ ਜੂਨੀਅਰ ਸੇ ਸ਼ੂਜ਼ ਖਿਲਵਾ ਰਹੇ ਹੋ ਇਹ ਉਹ ਮਤਲਬ ਜਿਸ ਤਰ੍ਹਾਂ ਉਹਨਾਂ ਨੇ ਹਰ ਮਨ ਬੜਾ ਆਦਾਸ ਹੋਇਆ ਤੇ ਅਸੀਂ ਉਹ ਚਲੇ ਗਿਆ ਜਦੋਂ ਉਹਨੂੰ ਦੱਸਿਆ ਕੋਚ ਸਾਹਿਬ ਨੂੰ ਮੈਂ ਕਿਹਾ ਕੋਚ ਸਾਹਿਬ ਮੈਂ ਅਸੀਂ ਤੇ ਆਪਾਂ ਚਾਏ ਸਾਂਜੀ ਤੇ ਕੱਪੜੇ ਵੀ ਦੋਦਨੇ ਇੱਕ ਦੂਜੇ ਦੇ ਸ਼ੂਜ਼ ਖੋਲਣੇ ਕਿੱਡੀ ਗੱਲ ਐ ਤੇ ਸ਼ਰਮਾ ਜੀ ਨੇ ਨਾ ਪੁੱਛ ਹੀ ਲਿੰਦੇ ਮੈਨੂੰ ਵੀ ਆ ਕੀ ਕੰਮ ਕਰ ਮੇਰੇ ਮੈਂ ਕਿਹਾ ਥੱਪੜ ਮਾਰਤਾ ਇਹਨਾਂ ਨੇ ਸਾਨੂੰ ਮੈਂ ਮਤਲਬ ਦਿਲ ਤੇ ਲਾ ਲਈ ਗੱਲ ਤੇ ਅਸੀਂ ਤਿੰਨ ਜਣੇ ਦੋਸ ਸੀਗੇ ਅਸੀਂ ਅਸੀਂ ਨਾ ਮਤਲਬ ਮਨ ਬਣਾ ਲਿਆ ਹੋਣਾ ਅਸੀਂ ਅਕੈਡਮੀ ਚ ਨਹੀਂ ਰਹਿਣਾ ਜੋ ਮਰਜੀ ਹੋ ਜਾ ਸਾਡੀ ਬੇਇੱਜ਼ਤੀ ਕੀਤੀ ਸ਼ਰਮਾ ਜੀ ਨੇ ਸਾਡੀ ਬੇਇੱਜ਼ਤੀ ਕਰਤੀ ਉਹ ਵੀ ਅਮਨਦੀਪ ਵੀ ਉਹ ਕਨੇਡਾ ਅੱਜ ਕੱਲ ਉਹ ਤਾਂ ਇਹ ਬੜਾ ਵੱਡਾ ਪਲੇਅਰ ਸੀ 6 ਫੁੱਟ 10 ਇੰਚ ਦਾ ਜੀ ਤੇ ਸਾਰਾ ਰੀਟਮ era ਦਾ ਦੋਸਤ ਉਹ ਵੀ ਪੱਟੀ 'ਚ ਪੜੋਂਦਾ ਹੁਣ ਅਸੀਂ ਆਗੇ ਛੱਡ ਕੇ ਲੁਧਿਆਣੇ ਸਾਈ ਦੇ ਕੋਚ ਸੀਗੇ ਜੱਗੀ ਕੋਚ ਸਾਹਿਬ ਅੱਜ ਵੀ ਹੈਗੇ ਹੁਣ ਉਹ ਮਹਾਲੀ ਕੋਚਿੰਗ ਦਿੰਦੇ ਆ ਰਿਟਾਇਰਮੈਂਟ ਤੋਂ ਬਾਅਦ ਉਹ ਮੈਨੂੰ ਕਹਿੰਦੇ ਉਹ ਕਹਿੰਦੇ ਸਾਡੇ ਕੋ ਆਜੋ ਤੁਸੀਂ ਕੋਈ ਇਸ ਤਰ੍ਹਾਂ ਮੈਂ ਲੁਧਿਆਣੇ ਆਇਆ ਪੜ ਬੀਏ ਵਨ ਫਿਰ ਸਪੋਰਟਸ ਮਤਲਬ ਸੀਗਾ ਉੱਥੇ ਵੀ ਇਹ ਚ ਸਬਜੈਕਟ ਕਿਹੜੇ ਕਿਹੜੇ ਸੀ ਮੇਰ ਕੋ ਸੀਗਾ ਪੋਲਿਟੀਕਲ ਸਾਇੰਸ ਸੋਸ਼ੀਓਲੋਜੀ ਤੇ ਪੋਲਿਟੀਕਲ ਹਾਂ ਸੋਸ਼ੀਓਲੋਜੀ

ਮੈਂ ਯੂਨੀਵਰਸਿਟੀ ਚ ਭਾਸ਼ਣ ਦਿੰਦਾ ਚਲੋ ਹੁਣ ਉਹਦੋ ਵੀਡੀਓ ਰਿਕਾਰਡਿੰਗ ਦਾ ਜ਼ਮਾਨਾ ਨਹੀਂ ਨੀ ਤੇ 2001-02 ਚ ਮੈਂ ਉੱਥੇ ਕਈ ਭਾਸ਼ਣਾਂ ਚ ਕਿਹਾ ਵੀ ਨੌਜਵਾਨਾਂ ਨੂੰ ਪੋਲਿਟਿਕ ਚ ਆਉਣਾ ਚਾਹੀਦਾ ਅਸੀਂ ਨਹੀਂ ਆਵਾਂਗੇ ਤੇ ਕੌਣ ਆਊਗਾ ਵੀਰ ਨਹੀਂ ਫਿਰ ਲੀਡਰਾਂ ਦੇ ਮੁੰਡੇ ਹੀ ਆਉਣਗੇ ਜਦੋਂ ਅਸੀਂ ਸਪੇਸ ਦੇ ਦਾਂਗੇ ਉਹਨਾਂ ਨੂੰ ਤੇ ਯੂਨੀਵਰਸਿਟੀ ਦੀਆਂ ਪੋਲਿਟਿਕਸ ਹੁੰਦੀ ਵੀ ਕਾਫੀ ਅਸੂਲਾਂ ਵਾਲੀ ਐ ਅਸੀਂ ਗੱਲ ਨਹੀਂ ਪੰਜਾਬ ਯੂਨੀਵਰਸਿਟੀ ਤੇ ਬੜੀ ਵਧੀਆ ਸੀ ਹੁਣ ਤੇ ਚਲੋ ਲਿੰਗ ਦੋ ਆ ਗਈ ਲੀਡਰਸ਼ਿਪ ਹੁਣ ਲੀਡਰਸ਼ਿਪ ਇੱਕ ਨੇਚਰਲ ਨਹੀਂ ਨਾ ਆ ਰਹੀ ਉਦੋਂ ਤਾਂ ਜਿਹੜਾ ਬੰਦਾ ਲੀਡਰ ਹੁੰਦਾ ਹੋਇਆ ਉਹੀ ਇਲੈਕਸ਼ਨ ਲੜਦਾ ਸੀ ਲਿੰਗ ਤੋਂ ਕਮੇਟੀ ਨੇ ਲਾਤਾ ਵੀ ਜਿੱਤੇ ਕੋਈ ਕੇਸ ਹੈ ਜਿਹਦੇ ਲੈਕਚਰ ਸ਼ਾਰਟ ਹੈ ਜਿਹਦਾ ਇੱਕ ਅੱਧੀ ਕੋਈ ਕੰਪਾਰਟਮੈਂਟ ਹੋ ਇਲੈਕਸ਼ਨ ਨਹੀਂ ਲੜ ਸਕਦਾ ਤਾਂ ਉਸ ਕਰਕੇ ਜਿਹੜਾ ਨੇਚਰਲ ਲੀਡਰ ਹੋਰ ਤੇ ਕੇਸ ਵੀ ਹੁੰਦਾ ਕੋਈ ਨਾ ਕੋਈ ਤੇ ਹੁੰਦਾ ਹੀ ਆ ਯਾਰ ਧਰਨੇ ਪ੍ਰਦਰਸ਼ਨ ਕਰਨੇ ਆ ਤੇ ਮਾੜੇ ਮੋਟੇ ਲੈਕਚਰ ਵੀ ਘਟ ਜਾਂਦੇ ਆ ਤੇ ਉਹ ਫਿਰ ਨੇਚਰਲ ਲੀਡਰ ਤੇ ਰਹਿ ਜਾਂਦਾ ਬਿਲਕੁਲ ਹਾਂ ਅਚਕੰਗ ਸਾਹਿਬ ਫਿਰ ਯੂਨੀਵਰਸਿਟੀ 2000 ਚ ਆਏ ਹਾਂ ਉਸੂ ਵਾਲ ਕਿਵੇਂ ਤੁਹਾਨੂੰ ਕਿਉਂ ਮਤਲਬ ਲੱਗਿਆ ਉਸੂ ਕਿਵੇਂ ਜੁਆਇਨ ਕੀਤੀ ਜਾਵੇ ਇਹ ਵੀ ਬੜਾ ਇੰਟਰਸਟਿੰਗ ਹੈ ਪੂਸੂ ਦਾ ਸਿਮਰਨ ਕੀ ਹੋਇਆ ਵੀ ਮੇਰਾ ਦੋਸਤ ਹੈ ਜਿਸ ਕਰਨ ਹੁਣ ਵੀ ਹੈ ਯੂਨੀਵਰਸਿਟੀ ਹੈਡ ਆਊਟ ਪਾਰਟ ਕਰਨ ਜਿਸ ਕਰਨ ਬੜਾਇਆ ਚ ਹੈ ਮੈਂ ਜਿਸ ਕਰਨ ਬਰਾੜ ਬਰਾੜ ਸਾਹਿਬ ਸਾਡੇ ਸੀਨੀਅਰ ਹੈ ਉਹ ਫਿਰ ਬਾਅਦ ਚ ਹੁੰਦੇ ਨਾ ਸੀਨ ਚ ਮੈਂ ਪੰਜ ਨੰਬਰ ਹੋਸਟਲ ਚ ਰਹਿੰਦਾ ਸੀ ਜੀ ਇੱਕ ਮੇਰਾ ਦੋਸਤ ਹੈ ਮੋਹਨ ਸਿੰਘ ਸਰਾ ਉਹ ਅਮਰੀਕਾ ਅੱਜ ਕੱਲ ਉਹ ਵੀ ਬੜਾ ਵੱਡਾ ਆਪਣਾ ਸਾਇੰਟਿਸਟ ਹੈ ਉਹ ਜੀ ਪੀਐਚਡੀ ਕਰਕੇ ਗਿਆ ਹੈ ਕਰਤਾਰ ਢਿੱਲੋਂ ਵੀ ਅੱਜ ਤੁਹਾਡੇ ਮਲੋੜ ਤੋਂ ਆ ਦੋਨੋਂ ਮਾਉਂਟ ਸਿੰਘ ਹਾਂ ਉਹ ਦੋਨੋਂ ਇੱਕ ਅਮਰੀਕਾ ਇੱਕ ਕੈਨੇਡਾ ਮੈਂ 5 ਨੰਬਰ ਹੋਸਟਲ ਚ ਅਸੀਂ ਰਹਿੰਦੇ ਸੀ ਇਕੱਠੇ ਜੇ ਮੈਂ ਖੇਡਦਾ ਸੀ ਜਾਂ ਮੈਂ ਕੋਚਿੰਗ ਜਾਂਦਾ ਸੀ ਆਰਮੀ ਦੀ ਇਨ ਬਿਟਵੀਨ ਯੂਨੀਵਰਸਿਟੀ ਦੇ ਇਲੈਕਸ਼ਨ ਆ ਗਏ ਤੇ ਉਦੋਂ ਤੱਕ ਨਾ ਪੂਸੂ ਜਿਹੜੀ ਸੀ ਨਾ ਪੰਜਾਬ ਇਨਸਟੀਟਿਊਟ ਸਟੂਡੈਂਟ ਯੂਨੀਅਨ ਉਹਦੇ ਮੁਕਾਬਲੇ ਸੋਪੂ ਖੜੀ ਹੋ ਗਈ ਸੀ ਪੂਸੂ ਤਾਂ ਬਹੁਤ ਪੁਰਾਣੀ 90 80s ਦੀ ਹੈ 97 ਚ ਸੋਪੂ ਆ ਗਈ ਸੀ ਸੋਪੂ ਦੋ ਵਾਰ ਜਿੱਤੀ ਵੀ ਰੰਧਾਵਾ ਸਾਹਿਬ ਜਿੱਤੇ ਜਿਹੜੇ ਐਡਵੋਕੇਟ ਹੈ ਅੱਜ ਕੱਲ੍ਹ ਇਨ ਬਿਟਵੀਨ ਪੂਸੂ ਦਾ ਘਟ ਗਿਆ ਮਤਲਬ ਇੱਕ ਦਬਦਬਾ ਤੇ ਜਿਹੜੇ ਹਰਿਆਣੇ ਵਾਲੇ ਜਿਹੜੇ ਨੌਜਵਾਨ ਸੀ ਉਹ ਪੂਸੂ ਚ ਹਾਵੀ ਹੋ ਗਏ ਕਿਉਂਕਿ ਹਰਿਆਣੇ ਤੋਂ ਪੂਪੀ ਸੀਗਾ ਉਹ ਪ੍ਰਧਾਨ ਬਣ ਗਿਆ ਉਹ ਹਰਿਆਣਵੀ ਪੂਸ ਹਾਲਾਂਕਿ ਯੂਨੀਵਰਸਿਟੀ ਸ਼ਾਰੀ ਆਣ ਵੀ ਐਵੇਂ ਦਾ ਕੋਈ ਕਲਚਰ ਸਾਡੇ ਟਾਈਮ ਨਹੀਂ ਸੀਗਾ ਬਰਾੜ ਸਾਹ ਹਾਂ ਬਿਰਕ ਸਾਹਿਬ ਸੀਗੇ ਸਾਡੇ ਸੀਨੀਅਰ ਚਲੋ ਸਾਡੇ ਤੋਂ ਪੁਰਾਣੀਆਂ ਗੱਲਾਂ ਉਹਤੇ ਬਰਾੜ ਸਾਹਿਬ ਨੇ ਜਿਸ ਕਰਨ ਬਰਾੜ ਨੇ ਸੁਣਾਈਆਂ ਨਾ ਉਹ ਤੇ ਸਾਰੀਆਂ ਕਹਾਣੀਆਂ ਸਾਨੂੰ ਜੀ 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 ਸਿਵਰਨ ਕੀ ਹੋਇਆ ਵੀ ਪੂਸੋ ਯਤਗੀ ਅੱਛਾ ਪੂਸੋ ਯਤਨ ਤੋਂ ਪਹਿਲਾਂ ਮੈਂ ਕਿ ਤਰਾ ਆਇਆ ਮੈਨੂੰ ਨਾ ਕਿਹਾ ਕਰਨ ਯਾਰ ਵੀ ਬੜਾ ਲੰਮਾ ਲੰਜਾ ਸਮਾਰਟ ਸਰਦਾਰ ਹੈ ਵੀ ਸੋ ਸਰਦਾਰ ਮੁੰਡੇ ਪੂਸੋ ਪੁੱਛੀਆ ਸਾਰੇ ਪੂਸੋ ਚ ਘਟ ਹੈ ਤੇ ਜਿਹੜੇ ਮੇਰੇ ਦੋਸਤ ਸੀ ਨਾ ਚਾਰ ਪੰਜ ਨੇ ਇਹ ਮੈਨੂੰ ਕਹਿਣ ਯਾਰ ਤੂੰ ਸ਼ਾਮ ਨੂੰ ਨਾ 1 ਘੰਟਾ ਸਾਡੇ ਨਾਲ ਕੱਢ ਲੈ ਕਰ ਆਪਾਂ ਨਾ ਕੰਪੇਨਿੰਗ ਕਰਨ ਚੱਲਿਆ ਕਰਨਾ ਯਾਰ ਆਪਣੇ ਤੇ ਤੂੰ ਵਧੀਆ ਮਤਲਬ ਜਿਤਰਾ ਪਰਸਨਲਿਟੀ ਹੈ ਇਹ ਉਹ ਜਿਤਰਾ ਆਮ ਬੰਦ ਹੈ ਮੈਂ ਉਹਨੂੰ ਲੈ ਜਾਣ ਲੱਗ ਗਿਆ ਮੈਂ ਸ਼ਾਮ ਨੂੰ ਮੈਂ ਵੀ ਤਿਆਰ ਹੋ ਕੇ ਚੱਲੇ ਆਣਾ ਇਹਨਾਂ ਨਾਲ ਦੋਸਤਾਂ ਨਾਲ ਅਸੀਂ ਜਿੱਤ ਗੀ ਜੀ ਭਵਿੰਦਰ ਭੂਪੀ ਜਿੱਤਿਆ ਉਹ ਤੋਂ ਹੂੰ ਤੇ ਭੂਪੀ ਸਾਹਿਬ ਜਿੱਤ ਗਏ ਤੇ ਉੱਥੇ ਹੋਇਆ ਫੰਕਸ਼ਨ ਆਗਾਜ ਅੱਜ ਵੀ ਹੁੰਦਾ ਹੈ ਆਗਾਜ ਹਾਂਜੀ ਹੁਣ ਜਦੋਂ ਸਾਨੂੰ ਇਹ ਲੱਗਦਾ ਸਾਡੀ ਪਾਰਟੀ ਜਿੱਤੀ ਆ ਅਸੀਂ ਪਹਿਲੀਆਂ ਲੈਣਾ ਚ ਬੈਠੇ ਹੁੰਦਾ ਹੀ ਆ ਨਾ ਬੰਦੇ ਨੂੰ ਵੀ ਅਸੀਂ ਸਾਡੀ ਪਾਰਟੀ ਫੰਕਸ਼ਨ ਸ਼ੁਰੂ ਹੋਣ ਲੱਗਿਆ ਸੋਪੂ ਵਾਲਿਆਂ ਨੇ ਉੱਥੇ ਪੂਰਾ ਰੌਲਾ ਪਾ ਲਿਆ ਸਟੇਜ ਤੇ ਆ ਕੇ ਕਿਸੇ ਮੁੰਡੇ ਦੀ ਪਾਗ ਲੱਤ ਗਈ ਜਾਂ ਕਿਤਰਾ ਜਾਂ ਉੱਥੇ ਝਗੜਾ ਹੋ ਗਿਆ ਉਹ ਕਿਹਨੇ ਅਸੀਂ ਪ੍ਰੋਗਰਾਮ ਨਹੀਂ ਹੁੰਦਣਾ ਤੋ ਡੀਨ ਸਾਹਿਬ ਆਗੇ ਸਾਰੀ ਅਥਾਰਟੀ ਆ ਗਈ ਉਹਨਾਂ ਨੇ ਕਿਹਾ ਵੀ ਨਹੀਂ ਕੋਈ ਨਹੀਂ ਮਾਫੀ ਮੰਗਵਾ ਦਿੰਨੇ ਜਿਹਨਾਂ ਝਗੜਾ ਆ ਪੁਲਿਸ ਵੀ ਆ ਗਈ ਸਾਰਾ ਕੁਝ ਹੋ ਗਿਆ ਉਹ ਨਾ ਉਹ ਨਾ ਹਟਣ ਤੇ ਮੈਂ ਨਾ ਮੇਰਾ ਨਾ ਦੋਸਤ ਲਖਜੀਤ ਅੱਜ ਕੱਲ ਅਮਰੀਕਾ ਹੀ ਮਾਰ ਕੇ ਛਾਲ ਮੈਂ ਕਿਹਾ ਯਾਰ ਲਖਜੀਤ ਰ ਆਪਣੀ ਪਾਰਟੀ ਦੀ ਜੇ ਫੰਕਸ਼ਨ ਆਪਾਂ ਜਿੱਤੇ ਆਪਣੇ ਆਪਣਾ ਸਟੇਜ ਦੱਬੀ ਜਾਂਦੇ ਆ ਉਹ ਤਾਂ ਹੁੰਦਾ ਵੀ ਨਾ ਥੋੜਾ ਉਸ ਸਟੇਜ ਤੇ ਤੁਸੀਂ ਥੋੜੇ ਜੇ ਗਰਮ ਵੀ ਹੋਨੇ ਹੋਖਿਆ ਆਹੀ ਭਰਾਵਾ ਉੱਤੇ ਚੜ ਗਏ ਸਟੇਜ ਤੇ ਤਾਂ ਹੀਗਾ ਵੀ ਇਹ ਸਾਡਾ ਫੰਕਸ਼ਨ ਹੈ ਫੰਕਸ਼ਨ ਚ ਨਹੀਂ ਆਹੀ ਕੋਈ ਪੰਗਾ ਪੈਣ ਦਾ ਨਾ ਜਾਓ ਤੁਸੀਂ ਬਾਹਰ ਵੇਖ ਲਓ ਜਿੰਨੂੰ ਵੇਖਣਾ ਟਾਲੇ ਫਿਰ ਟਾਲੇ ਨਹੀਂ ਲੋਬਤ ਨਹੀਂ ਆਈ ਟਾਣ ਵਾਲੀ ਤੇ ਉਹ ਵੀ ਸਮਝ ਕੇ ਚਲੋ ਗੱਲ ਨਿਬੜ ਗਈ ਅਥਾਰਟੀ ਆ ਗਈ ਪੂਸੂ ਵਾਲੇ ਜਿਹੜੇ ਬੰਦੇ ਸੀ ਉਹਨਾਂ ਨੂੰ ਲੱਗਿਆ ਯਾਰ ਬੰਦਾ ਠੀਕ ਹੈ ਐਗਰੈਸਿਵ ਹੈ ਤੇ ਇਹਨੂੰ ਨਾਲ ਲਾਓ ਹਾਂਜੀ ਮਤਲਬ 1.5 ਮਹੀਨਾ ਇਹਨਾਂ ਨੇ ਮੇਰੀ ਕਾਉਂਸਲਿੰਗ ਕੀਤੀ ਹੋਣੀ ਆ ਮੈਨੂੰ ਕਹਿੰਦੇ ਯਾਰ ਤੂੰ ਪੂਸੂ ਚ ਆ ਜਾ ਪੂਸੂ ਦਾ ਪ੍ਰਧਾਨ ਬਣ ਜਾ ਮੈਂ ਕਿਹਾ ਪੂਸੂ ਮੈਂ ਨਹੀਂ ਪੋਲਿਟਿਕਸ ਕਰਨੀ ਕਹਿੰਦੇ ਅਖੀਰ ਚ ਮੈਨੂੰ ਇਹਨਾਂ ਨੇ ਮਨਾਇਆ ਕਹਿੰਦੇ ਤੈਨੂੰ ਇਲੈਕਸ਼ਨ ਨਹੀਂ ਲੜਾਵਾਂਗੇ ਸਿਰਫ ਪਾਰਟੀ ਪ੍ਰਧਾਨ ਬਣ ਜਾ ਜੀ ਇਸ ਤਰ੍ਹਾਂ ਆਇਆ ਮੈਂ ਪੋਲਿਟਿਕਸ ਮੈਨੂੰ ਕਹਿੰਦੇ ਤੂੰ ਪੂਸੂ ਦਾ ਸਿਰ ਪ੍ਰਧਾਨ ਬਣਿਆ ਅਸੀਂ ਮਤਲਬ ਪੂਸੂ ਤੇ ਦਬਦਬਾ ਪੰਜਾਬ ਦਾ ਬਣਾਉਣਾ ਹੈ ਦੁਬਾਰਾ ਵੀ ਯਾਰ ਨਹੀਂ ਇਹ ਗੱਲ ਸੋਪੂ ਵਾਲੇ ਲਗਾਤਾਰ ਜਿੱਤ ਰਹੇ ਆ ਜੀ ਤੇ ਇਸ ਤਰ੍ਹਾਂ ਮੇਰੀ ਪੂਸ ਸੁਚ ਐਂਟਰੀ ਹੋਈ ਰੈਫ ਜੀ ਐਂਟਰੀ ਹੋਈ ਫਿਰ ਤੇ ਸਮਝ ਲਓ ਲੈ ਲ ਹੋ ਲੈ ਚੱਲੀ ਐ ਪੂਸ ਸੁਚ ਐਂਟਰੀ ਹੋ ਗਈ ਨਾ ਪਹਿਲੀ ਚੋਣ ਹਾਰ ਕੇ ਸੀ ਪਹਿਲੀ ਚੋਣ ਮੈਂ ਹਾਰ ਗਿਆ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਮੈਨੂੰ ਪ੍ਰਧਾਨ ਬਣਾਇਆ ਤੇ ਉਦੋਂ ਤਾਂ ਪਤਾ ਵੀ ਕੁਝ ਨਹੀਂ ਸੀ ਯੂਨੀਵਰਸਿਟੀ ਤੋਂ ਮੈਨੂੰ ਕੋਈ ਜਾਣਦਾ ਨਹੀਂ ਸੀ ਭਾਸ਼ਣ ਮੈਨੂੰ ਦੇਣਾ ਨਾ ਆਇਆ ਕਰੇ ਮੈਨੂੰ ਮੇਰੇ ਦੋਸਤ ਲੈ ਗਏ ਕੁੜੀਆਂ ਦੇ ਹੌਸਲ ਭਾਸ਼ਣ ਦੇਣ ਲਈ ਅੱਛਾ ਸੰਗ ਦੇ ਬੜੇ ਦੀ ਅਹੀ ਬੰਦਾ ਨਾ ਯਾਰ ਬਿੰਡਾਂ ਚ ਪੜ ਕੇ ਆਇਆ ਬੰਦਾ ਸੰਗ ਦਾ ਅਜੀ ਕਿਹੜਾ ਕੋਈ ਕਾਨਵੈਂਟ ਸਕੂਲਾਂ ਚ ਪੜੇ ਮੈਂ ਨਾ ਬਾਛ ਛੜਾ ਕੇ ਪੱਜਾ ਕੁੜੀਆਂ ਦੇ ਹਸਲ ਚ ਮੋਨ ਸਿੰਘ ਸਰਾਜ ਵੀ ਮੇਰਾ ਦੋਸਤ ਅਮਰੀਕਾ ਬੈਠਾ ਉਹਨੂੰ ਪਤਾ ਹੈ ਤੁਹਾਨੂੰ ਪਛਵੀ ਲਿਆ ਮੈਂ ਮੈਂ ਕਹਾ ਨਾ ਉਹ ਮੇਰੀਆਂ ਲੱਤਾਂ ਕੰਮਣ ਵੀ ਕੁੜੀਆਂ ਸਾਹਮਣੇ ਭਾਸ਼ਣ ਦਵਾਂ ਮੈਂ ਬਾਸ਼ ਛਿੜਾ ਕੇ ਭਜਾਇਆ ਫਿਰ ਸਾਡੀਆਂ ਨਾ ਸੀਨੀਅਰ ਕੁੜੀਆਂ ਸੀ ਬੜੀਆਂ ਸਿਆਣੀਆਂ ਸੀ ਉਹ ਮਤਲਬ ਜਿਤਰਾ ਹੁੰਦੀਆਂ ਨਾ ਉਹਨਾਂ ਨੇ ਅਗਲੇ ਦਿਨ ਮੈਨੂੰ ਬੁਲਾਇਆ ਸਾਰੇ ਨੇ ਯਾਰ ਨਹੀਂ ਐਸੇ ਨਹੀਂ ਹੁੰਦਾ ਇਹ ਨਹੀਂ ਹੁੰਦਾ ਪਾਰਟੀ ਹੈ ਆਪ ਹਮ ਆਪਕੋ ਉਹਨਾਂ ਨੇ ਮੈਨੂੰ ਲੈਣਾ ਵੀ ਲੈ ਕੇ ਦੇਣੀਆ ਇਹ ਬੋਲਣਾ ਹੈ ਆਪਣੇ ਇਹ ਬੋਲਣਾ ਹੈ ਮਤਲਬ ਮੈਨੂੰ ਭਾਸ਼ਣ ਵੀ ਨਹੀਂ ਜਦੋਂ ਪਹਿਲੇ ਇਲੈਕਸ਼ਨ ਚ ਤੇ ਫਿਰ ਜਿੱਤਣਾ ਕਿੱਥੋਂ ਸੀ ਪਰ ਇਹ ਅਸੀਂ ਵੀ ਜਿੱਦਣ ਹਾਰ ਗਏ ਉਹ ਦਿਨ ਅਸੀਂ ਤੈਅ ਕਰ ਲਿਆ ਵੀ ਹੁਣ ਅਗਲਾ ਜਿੱਤਨੇ ਜਿੱਤਣਾ ਆ ਮਤਲਬ ਇੱਕ ਮਨ ਦਿਲ ਤੇ ਲਾ ਲਈ ਗੱਲ ਦੋ ਵਾਰ ਲਗਾਤਾਰ ਰਿਪੀਟ ਫਿਰ ਦੋ ਮੈਂ ਯੂਨੀਵਰਸਿਟੀ ਦੀ ਹਿਸਟਰੀ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਪ੍ਰਧਾਨ ਹ ਹੁਣ ਲਿੰਗ ਦੋ ਕਰਕੇ ਤੇ ਕਈ ਜਿੱਤਣ ਲੱਗੇ ਪਰ ਮੈਂ ਦੋ ਵਾਰ ਯੂਨੀਵਰਸਿਟੀ ਪ੍ਰਧਾਨ ਬਣੇ ਪੂਸੂ ਚਾਰ ਟਾਈਮ ਲਗਾਤਾਰ ਜਿੱਤੀ ਆ ਉਹ ਚਾਰੇ ਟਾਈਮਾਂ ਚ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਕੰਟਰੀਬਿਊਸ਼ਨ ਸਾਰਿਆਂ ਦਾ ਹੁੰਦਾ ਅਗਵਾਈ ਮੇਰੀ ਹੀ ਮੰਨਦੇ ਸੀ ਉਦੋਂ ਹੀ ਸਾਰਾ ਟੀਮ ਵੀ ਮੈਂ ਆਪਣੀ ਅਗਭਈ ਚਾਰ ਵਾਰ ਪੂਸੂ ਜਿੱਤੇ ਸੀ ਇੱਕ ਬਾਈ ਚ ਹਾਂ ਚਾਰ ਵਾਰ ਜਦੋਂ ਗੋਲਦੀ ਪੰਜਵੀਂ ਵਾਰ ਬਣਿਆ ਨਾ ਤੇ ਗੋਲਦੀ ਕਹਿੰਦਾ ਬਾਈ ਜੀ ਯਾਰ ਕਿੰਦੀ ਉਦੋਂ ਤੱਕ ਮੈਂ ਸੈਨੇਟ ਚ ਵੀ ਆ ਗਿਆ ਸੀ ਚਾਰ ਵਾਰ ਪੂਸੂ ਜਿੱਤੀ ਦੋ ਵਾਰ ਮੈਂ ਜਿੱਤਿਆ ਫਿਰ ਅਸੀਂ ਸੈਨੇਟ ਦਾ ਇਲੈਕਸ਼ਨ ਜਿੱਤਿਆ 2004 ਯੂਨੀਵਰਸਿਟੀ ਦੀ ਹਿਸਟਰੀ ਚ ਪਹਿਲਾ ਮਤਲਬ ਮੈਂ ਹੋਊਂਗਾ ਜਿੰਨਾ ਜਿਹੜਾ ਸਟੂਡੈਂਟ ਵੀ ਸੀ ਪ੍ਰਧਾਨ ਵੀ ਸੀ 2004 ਤੇ ਸੈਨੇਟ ਮੈਂਬਰ ਵੀ ਸੀ ਤੇ ਫਿਰ 2005 ਅਸੀਂ ਛੱਡਤੀ ਸੀ ਫਿਰ ਸੋਪੂ ਜਿੱਤੀ ਗੋਲਦੀ ਜਿੱਤਿਆ ਉਸ ਤੋਂ ਬਾਅਦ ਥੋੜਾ ਕੁਝ ਬਾਜ਼ਾਰ ਗਿਆ ਨਾ ਵੀ ਪੰਗਾ ਜਿਹਾ ਪੈ ਗਿਆ ਸੀ ਹਾਂ ਪੰਗਾ ਤੇ ਇਹ ਇਸ ਤਰ੍ਹਾਂ ਹੋਇਆ ਯੂਨੀਵਰਸਿਟੀ ਤੇ ਦੇਖੋ ਮਾੜਾ ਮੋਟਾ ਤੇ ਹੁੰਦਾ ਅਸੀਂ ਕੋਈ ਬਹੁਤ ਲੜਾਕੇ ਤੇ ਕਦੀ ਰਹੇ ਨਹੀਂ ਨਾ ਉਸ ਟਾਈਮ ਲੜਾਈਆਂ ਵੀ ਨਹੀਂ ਹੁੰਦੀਆਂ ਸੀ ਇੰਨੀਆਂ ਨਹੀਂ ਹੁੰਦੀਆਂ ਸੀ ਥੋੜੇ ਜਨਾਂ ਕ ਮੈਂ ਥੋੜੇ ਥੋੜੇ ਬੈਚਸ ਦੇ ਹਨਾ ਜਿਹੜੇ ਮਤਲਬ ਸਾਡੇ ਏਰੀਏ ਦੇ ਥੋੜੇ ਮਿੱਤਰ ਨੇ ਹਨਾ ਮੇਰੀ ਸਾਰਿਆਂ ਨਾਲ ਗੱਲ ਹੋਈ ਮੈਂ ਕਿਵੇਂ ਸੀ ਮੈਂ ਕਿਹਾ ਵੀ ਬਾਈ ਯਾਰ ਕਿਵੇਂ ਸੀ ਉਹ ਕੰਗਾ ਸਾਹ ਵਰਗੇ ਕਿਵੇਂ ਸੀ ਹਾਂ ਵੀ ਇੱਕ ਗੱਲ ਹੈ ਨਾ ਮੈਨੂੰ ਲੱਗੀ ਪਤਾ ਵੀ ਹਾਂ ਵੀ ਉਦੋਂ ਦਬ ਦਬਾ ਨਾ ਸਾਰੇ ਗਰੁੱਪਾਂ ਦਾ ਚਾਹੇ ਸੋਪੂ ਦਾ ਵੀ ਤੁਹਾਡੇ ਵੱਲੋਂ ਵੀ ਆਊਟਸਾਈਡਰਸ ਬਹੁਤ ਆਉਣ ਲੱਗੇ ਸੀ ਆਨਲਾਈਨ ਉਹ ਬਾਤ ਚੌਣ ਲੱਗੇ ਤੁਸੀਂ ਵੀ ਲੈ ਕੇ ਆਏ ਹੋ ਮਤਲਬ ਤੁਹਾਡੇ ਤੇ ਵੀ ਗੱਲ ਕਹਿੰਦੇ ਵੀ ਕਿਉਂਕਿ ਦੂਜੇ ਨੇ ਲਿਆਉਣ ਲੱਗੇ ਸੀ ਤਾਂ ਹਾਂ ਨਹੀਂ ਨਹੀਂ ਹਾਂ ਯਾਰ ਸਾਰੇ ਆਏ ਲੁਧਿਆਣੇ ਵਾਲੇ ਖੰਨੇ ਵਾਲੇ ਤੁਹਾਡੇ ਮਿੱਤਰ ਆਏ ਮੇਰੇ ਪਹਿਲੇ ਇਲੈਕਸ਼ਨ ਚ ਸੀਗੇ ਕਿਉਂਕਿ ਮੈਨੂੰ ਤਾਂ ਇੱਥੇ ਕੋਈ ਜਾਣਦਾ ਹੀ ਨਹੀਂ ਸੀ ਲੁਧਿਆਣੇੋਂ ਸਾਰੇ ਆਏ 10 12 ਕਾਰਾਂ ਵੀ ਆਈਆਂ ਉਦੋਂ ਕੋਈ ਇੱਥੇ ਜਿੰਨਾ ਨਹੀਂ ਜਾਣਦਾ ਸੀ ਕਿਉਂਕਿ ਮੇਰਾ ਸਰਕਲ ਮੇ ਲੁਧਿਆਣੀ ਪੜਿਆ ਸੀ ਜੀ ਨੀ નો ਡਾਊਟ ਜਦੋਂ ਤੱਕ ਤੁਹਾਨੂੰ ਸਮਝ ਆ ਜਾਂਦੀ ਹੈ ਨਾ ਜਿਉਂ-ਜਿਉਂ ਤੁਹਾਡੀ ਸਮਝ ਬਣਦੀ ਆ ਫਿਰ ਤੁਸੀਂ ਉਹ ਚੀਜ਼ਾਂ ਨੂੰ ਵਾਈਡ ਵੀ ਕਰਦੇ ਤੁਹਾਨੂੰ ਮਤਲਬ ਬੇਸਿਕਲੀ ਯੂਨੀਵਰਸਿਟੀ ਸਿਖੋਂਦੀ ਬੜਾ ਕੁਝ ਕਾਲਜ ਤੁਹਾਡਾ ਹੋਰ ਐਟੀਟਿਊਡ ਹੁੰਦਾ ਯੂਨੀਵਰਸਿਟੀ ਚ ਹੋਰ ਹੁੰਦਾ ਪਰ ਅਸੀਂ ਕਦੇ ਇਹਨਾਂ ਨੂੰ ਚੀਜ਼ਾਂ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਮੈਂ ਕਹਾਂ ਮੇਰੇ ਨਾਲ ਕੋਈ ਆਇਆ ਨਹੀਂ ਜੋੜ ਸਕਦੇ ਤੁਸੀਂ ਉਹ ਤਾਂ ਐ ਹੁੰਦਾ ਨਾ ਫਿਰ ਉਹ ਤਾਂ ਜਵਾਨੀ ਚ ਤਾਂ ਐ ਹੀ ਹੁੰਦਾ ਨਹੀਂ ਐ ਜਵਾਨੀ ਚ ਵੀ ਭਾਵੇਂ ਹੋਇਆ ਪਰ ਕੋਈ ਜੁਰਮ ਜਵਾਨੀ ਚ ਬਲੰਡਰ ਨਹੀਂ ਅਸੀਂ ਕੋਈ ਕੀਤੇ ਜਾਂ ਗਲਤ ਪੂਸੂ ਦਾ ਕੋਈ ਮੁੰਡਾ ਸਾਡੇ ਟਾਈਮ ਚ ਕੋਈ ਗੈਂਗਸਟਰ ਨਹੀਂ ਬਣਿਆ ਹੋਗਾ ਕੋਈ ਵੀ ਜਿਹੜੇ ਕੋਈ ਨਾਮ ਜੁੜ ਗਏ ਪੂਸੂ ਦੇ ਉਹ ਬੰਦੇ ਨਾ ਸਾਡੀ ਬੋਲਚਾਲ ਵੀ ਬੰਦ ਹੋ ਗਈ ਬਾਅਦ ਚ ਅਸੀਂ ਉਹਨਾਂ ਦਾ ਮਤਲਬ ਪਾਸਾ ਵਟ ਲਿਆ ਵੀ ਤੁਸੀਂ ਜੀ ਕੱਚਾ ਕੱਚਾ ਬਾਜ਼ਾਰ ਗਨੇ ਕੀ ਰੌਲਾ ਪਿਆ ਸੇ ਇਹ ਕੀ ਹੋਇਆ ਵੀ ਇੱਕ ਵਾਰ ਇੱਥੇ ਜਿਤਨਾ ਯੂਨੀਵਰਸਿਟੀ ਚਾਂਮ ਹੁੰਦਾ ਰਹਿੰਦਾ ਹੈ 6 ਨੰਬਰ ਹੋਸਟਲ ਚ ਲੜਾਈ ਹੋ ਗਈ ਉੱਥੇ ਲੜਾਈ ਤੇ ਹੋਈ ਸੀ ਕਿਸੇ ਹੋਰ ਦੀ ਸਾਡਾ ਮੁੰਡਾ ਸੀਗਾ ਇੱਕ ਐਮਸੀ ਪੂਸਣਾ ਜਿਹੜਾ 100 ਪੂਨਾ ਹਰਵੀਰ ਮੁੰਡਾ ਡੈਥ ਹੋ ਗਈ ਉਹਦੀ ਸੋਪੂ ਦਾ ਉਹ ਵੀ ਮੇਰੇ ਖਿਲਾਫ ਇਲੈਕਸ਼ਨ ਲੜਿਆ ਉਹ ਝਗੜਾ ਹੋਇਆ ਤੇ ਝਗੜੇ ਚ ਉਹਨਾਂ ਨੇ ਸਿਰਸੁਰ ਇੱਕ ਦੂਜੇ ਦੇ ਪਾੜਤੇ ਤੇ ਸੁਭਾਵਿਕ ਤੌਰ ਤੇ ਜਿਹੜੇ ਪਾਰਟੀਆਂ ਦੇ ਪ੍ਰਧਾਨ ਹੁੰਦੇ ਉਹਨਾਂ ਦੇ ਤੇ ਨਾਮ ਲਿਖੋਣੇ ਹੁੰਦੇ ਅਸੀਂ ਉਹਦਾ ਪਤਾ ਲੈਣ ਗਏ ਹਸਪੀਟਲ 'ਚ ਤੇ ਐਸ ਐਚਓ ਸਾਹਿਬ ਕਹਿੰਦੇ ਤੁਹਾਡੇ ਤੇ ਨਾਮ ਲਿਖਿਆ ਹੂੰ ਤੇ ਉਹ ਕਹਿੰਦੇ ਮੈਂ ਕਿਹਾ ਜੀ ਸਾਡੇ ਨਾਲ ਅਜੀ ਤੇ ਮਾਰਕੀਟ ਖੜੇ ਸੀ ਲੜਾਈ 6 ਨੰਬਰ ਉਸਤ ਲੋਈ ਆ ਤੇ ਉਹ ਕਹਿੰਦੇ ਨਹੀਂ ਜੀ ਉਹ ਤੇ ਤੁਹਾਡੇ ਨਾਲ ਲਿਖਿਆ ਮੈਂ ਕਿਹਾ ਜੀ ਸਾਡੇ ਨਾਲ ਲਿਖਾਇਆ ਉਹ ਤੋਂ ਚੌਧਰੀ ਸਾਹਿਬ ਹੁੰਦੇ ਸੀ ਐਸ ਐਚਓ ਡੈਥ ਹੋ ਗਈ ਉਹਨਾਂ ਦੀ 11 ਬਹੁਤ ਵਧੀਆ ਬੰਦੇ ਮੈਂ ਚੌਧਰੀ ਸਾਹਿਬ ਤੇ ਸਾਡੇ ਨਾਲ ਇਨਜਸਟਿਸ ਹੈ ਕਹਿੰਦਾ ਹਾਂ ਮੇਰੇ ਕੋ ਪਤਾ ਤੁਮ ਲੋਗ ਵਾ ਨਹੀਂ ਥੇ ਤੇ ਮੈਂ ਕਿਹਾ ਫਿਰ ਸਾਡੇ ਨਾਲ ਲਖੋਣੇ ਤੇ ਇਹਨਾਂ ਦੇ ਵੀ ਲਿਖੋ ਫਿਰ ਇਹਨਾਂ ਦੇ ਵੀ ਸੋਪੂ ਵਾਲਿਆਂ ਦੇ ਵੀ ਸਾਰਿਆਂ ਦੇ ਲਖਾਇਆ ਸਾਰੇ ਸੀਗੇ 4-5 ਜੋ ਵੀ ਸੀਗੇ ਮੇਨ ਉਹਨਾਂ ਦਾ ਲੀਡਰ ਇਨ ਬਿਟਵੀਨ ਕੀ ਹੋਇਆ ਜੇਲ ਚਲੇ ਗਏ ਸੀ ਤਿੰਨ-ਸੱਤ ਦਾ ਟਾਈਮ ਟੂ ਮਟਰ ਦਾ ਖਰਚਾ ਗਾ ਮੀ ਨਾ ਅਸੀਂ ਇਕੱਠੇ ਰਹੇ ਉੱਥੇ ਜੇਲ ਦੇ ਬੜਿਆ ਫਿਰ ਤੇ ਕਈ ਵਾਰ ਰਹੇ ਉਦੋਂ ਅਸੀਂ ਇਕੱਠੇ ਰਹੇ ਇੱਕ ਬੈਰਕ ਚ ਅੱਛਾ ਜੀ ਹਾਂ ਖੁਸ਼ਬਾਲ ਜਰੀ ਵੀ ਨਾ ਇੱਕੋ ਕਮਰੇ ਚ ਰਹੇ ਇੱਕੋ ਕਮਰੇ ਚ ਰਹੇ ਅਸੀਂ ਵਾਲੀਵਾਲ ਇਕੱਠੇ ਖੇਡਦੇ ਸੀ ਤੇ ਉਦੋਂ ਭਾਈ ਜਗਤਾਰ ਸਿੰਘ ਵਾਰੇ ਉਹਨੇ ਵੀ ਅੰਦਰ ਹੀ ਸੀਗੇ ਤੇ ਅੰਦਰ ਪਤਾ ਕਿ ਯੂਨੀਵਰਸਿਟੀ ਦੇ ਲੜਾਈਆਂ ਤੇ ਕੈਂਪਸ ਦੀਆਂ ਹੁੰਦੀਆਂ ਬਾਹਰ ਤੇ ਸਭ ਇਕੱਠੇ ਹੁੰਨੇ ਹੁਣ ਜਿੱਤਰਾ ਹੁਣ ਹਾਈ ਕੋਰਟ ਸਾਰੇ ਮਿਲਦੇ ਆ ਜੀ ਤੇ ਇਹ ਕੀ ਹੋਇਆ ਵੀ ਈਵਨ ਜਟਾਣੇ ਤੇ ਘਰੋਂ ਰੋਟੀ ਵੀ ਹੁੰਦੀ ਸਾਡੇ ਲਈ ਹਮ ਇਹਦੇ ਫਾਦਰ ਪੀਸੀਐਸ ਅਫਸਰ ਸੀਗੇ ਜੀ ਉਹਨਾਂ ਨੇ ਮੈਨੂੰ ਕਹਿਣਾ ਬੇਟਾ ਮੇਰਾ ਪੁੱਤ ਤੇ ਹੈ ਹੀ ਤਰ੍ਹਾਂ ਦਾ ਤੂੰ ਤੇ ਸਿਆਣਾ ਹੈ ਤੁਸੀਂ ਲੜਦੇ ਕਿਉਂ ਮੈਂ ਕਿਹਾ ਜੀ ਮੈਂ ਕਦੋਂ ਪੈਲ ਕੀਤੀ ਹੈ ਲੜਾਈ ਅਸੀਂ ਤੇ ਕੀਤੀ ਨਹੀਂ ਮੈਂਗਾ ਇਹ ਕੀਤੀ ਐਵੇਂ ਦੀਆਂ ਗੱਲਾਂ ਜਿਹੜਾ ਨਾਰਮਲ ਗੱਲਾਂ ਹੁੰਦੀਆਂ ਐ ਤੇ ਰੁਟੀਨ ਦੀਆਂ ਗੱਲਾਂ ਐ ਮੇਰਾ ਮਤਲਬ ਐ ਵੀ ਜਦੋਂ ਜੇਲ ਤੁਸੀਂ ਅੰਦਰ ਇਕੱਠੇ ਹੋ ਤਾਂ ਤੁਹਾਨੂੰ ਐ ਲੱਗਦਾ ਨਹੀਂ ਵੀ ਬਾਹਰ ਆ ਕੇ ਵੀ ਤੁਸੀਂ ਮਨ 'ਚ ਕੋਈ ਐ ਨਹੀਂਗਾ ਬਾਹਰ ਆ ਕੇ ਅਸੀਂ ਫੇਰ ਕੰਪੇਨੀਂਗ ਆਪਣੀ ਆਪਣੀ ਲਾਗੇ ਉਹ ਮੈਨੂੰ ਨਹੀਂ ਪਤਾ ਸੀ ਵੀ ਇਹ ਇਹ ਇਹਨਾਂ ਨੇ ਮਨਾਂ 'ਚ ਤੇ ਹੋਰ ਬੰਦੇ ਦੇ ਮਨ ਹਾਂ ਕਿਹੜਾ ਕਾ ਦੀ ਲੜਾਈ ਜਦੋਂ ਤੁਸੀਂ ਇਕੱਠੇ ਰੋਟੀ ਖਾ ਰਹੇ ਹੋ ਇਕੱਠੇ ਖੇਡ ਰਹੇ ਕਮਰੇ 'ਚ ਰਹਿ ਰਹੇ ਹੋ ਤੇ ਫਿਰ ਤੁਸੀਂ ਸੋਚ ਨਹੀਂ ਨਾ ਸਕਦੇ ਛੋਟੇ ਛੱਟਾ ਫੱਟਾ ਮਾਰ ਕੇ ਫਿਰ ਇਹਨਾਂ ਨੇ ਕੋਈ ਬੰਦੇ ਬੰਦੇ ਬਾਹਰੋਂ ਬੁਲਾ ਕੇ ਇੱਕ ਦਿਨ ਮਾਰਕੀਟ ਖੜਾ ਸੀ ਇਹਨਾਂ ਨੇ ਅਟੈਕ ਕਰਾਇਆ ਕਿਹਦੇ ਜਿਹੜੀ 14 ਦੀ ਮਾਰਕੀਟ ਹੈ ਨਾ ਉਹਦੀ ਮਾਰਕੀਟ 'ਚ ਰੋਡ ਤੇ ਨਾ ਮੈਨੂੰ ਕਿਸੇ ਦਾ ਅਸੀਂ ਨਿਕਲ ਰਹੀ ਮੈਨੂੰ ਇੱਕ ਨਾ ਮੇਰਾ ਦੋਸਤ ਦਾ ਪਿੱਛੇ ਹਰਿਆਣੇ ਦਾ ਮੁੰਡਾ ਸੀ ਉਹਦਾ ਫੋਨ ਆ ਕਹਿੰਦਾ ਭਾਈ ਸਾਹਿਬ ਰੁਕਣਾ ਆਪ ਉਹਦੇ ਹੋਸਟਲ ਦਾ ਕੋਈ ਕੰਮ ਸੀ ਤੇ ਮੈਂ ਕਿਹਾ ਮੈਂ ਉਹਦੇ ਨਾਲ ਗੱਲਾਂ ਕਰ ਰਹੀ ਕਿ ਕਹਿੰਦਾ ਮੇਰੇ ਨਾਲ ਮੈਨੂੰ ਹੋਸਟਲ ਨਹੀਂ ਮਿਲ ਰਹਾ ਮੈਨੂੰ ਵਾਰਡਨ ਨੂੰ ਕਹੋ ਕਿ ਮੈਨੂੰ ਹੋਸਟਲ ਦਵਾ ਦੇਣਾ ਤੇ ਮੈਂ ਕਿਹਾ ਚੱਲ ਚਲਦੇ ਆਪਾਂ ਉਹ ਵਾਰਡਨ ਸਾਹਿਬ ਕੋ ਕੋਈ ਨਹੀਂ ਹੋਸਟਲ ਦੀ ਘੜੀ ਗੱਲ ਐ ਇੰਨੇ ਚ ਪਿੱਛੋਂ ਆ ਕੇ ਪੰਜ ਸਤ ਬੰਦਿਆਂ ਨੇ ਮਤਲਬ ਜਿਹੜਾ ਜਿਹਨੂੰ ਕੈਸੋਦਿਆਂ ਅਟੈਕ ਕੀਤਾ ਵਾ ਵਾ ਕੁਛ ਮਾਰਿਆ ਬਾਬਾ ਸਰੀਆਂ ਸੁਰੀਆਂ ਤਲਵਾਰਾਂ ਤਲੂਰਾ ਮਾਰੀਆਂ ਸਿਰ 'ਚ ਹਾਂ ਤੇ ਇਹ ਥੋੜੀ ਦੇਰ ਪਹਿਲਾਂ ਉੱਥੇ ਘੁੰਮ ਰਿਹਾ ਮੈਨੂੰ ਇਹ ਆਪਾਂ ਆਪਾਂ ਨੂੰ ਹੰਦਾ ਨਹੀਂ ਨਾ ਵੀ ਜੁਰਗਾ ਹੁਣ ਤੇ 15 ਦਿਨ ਪਹਿਲਾਂ ਤਾਂ ਇਕੱਠੀ ਸੀ ਅੰਦਰ ਤੇ ਨਾਲੇ ਬੰਦਾ ਬੋਲਚਾਲ ਵੀ ਹੁੰਦੀ ਹੈ ਬੰਦਾ ਇਹ ਸੋਚਦਾ ਨਹੀਂ ਨਾ ਵੀ ਹੁਣ ਇਹ ਮੰਚ ਐਵੇਂ ਇਹਨਾਂ ਨੂੰ ਐ ਹੀ ਕਹਦੇ ਅਟੈਕ ਕਰਕੇ ਅਸੀਂ ਮਤਲਬ ਹਾਈਲਾਈਟ ਹੋ ਜਾਾਂਗੇ ਹਮ ਹਾਈਲਾਈਟ ਕੀ ਅਸੀਂ ਉਹ ਫਿਰ ਇਲੈਕਸ਼ਨ ਫਿਰ ਜਿੱਤਿਆ ਪ੍ਰਧਾਨ ਦੇ ਮਾਰ ਕੇ ਪ੍ਰਧਾਨ ਦੇ ਮਾਰ ਕੇ ਅਸੀਂ ਜਿੱਤ ਜਾਾਂਗੇ ਆ ਆ ਸੀ ਇਹਨਾਂ ਦੀ ਮਨਛਾ ਬਾਅਦ ਜਦੋਂ ਪਤਾ ਲੱਗਦੀ ਹੈ ਗੱਲ ਅੱਛਾ ਫਿਰ ਐਡਮਿਟ ਕਿ ਨਹੀਂ ਕਰਾਇਆ ਤੁਹਾਨੂੰ ਉੱਥੇ ਮਾਰਕੀਟ ਛਾਵ ਨੂੰ ਸਾਰੇ ਖੜੇ ਹੁੰਦੇ ਆ ਦੋਸਤ ਮਿੱਤਰ ਹੋਰ ਵੀ ਹੁੰਦੇ ਆ ਕਾਫੀ ਭੱਜ ਕੇ ਆ ਗਏ ਮੁੰਡੇ ਕਿੱਥੇ ਐਡਮਿਟ ਕਰਾਇਆ ਪੀਜੀਆਈ ਹਾਂ ਪਹਿਲਾਂ 16 ਲੈ ਗਿਆ 16 ਚ ਉਹਨਾਂ ਨੇ ਮਨਾਂ ਕਰਤੀ ਸੱਟਾਂ ਕਾਫੀ ਸੀਗੀਆਂ ਮੇਰੇ ਬਾਬਾ ਸਿਰ ਚ ਤਿੰਨ ਚਾਰ ਵਜੀਆਂ ਆਏ ਮੇਰੇ ਕੈਨੇਡਾ ਟੰਕੇ ਤੇਲਵਾਰਾ ਹੁਣ ਟੰਕੇ ਤੇ ਯਾਦ ਨਹੀਂਗਾ ਤੇ ਰੋੜ ਲੋਵੇ ਦੀਆਂ ਆੜਾ ਰੋੜਾਂ ਵੀ ਵਜੀਆਂ ਚਲੋ ਉਹ ਫਿਰ ਪੀਜੀਆਈ ਲੈ ਗਏ ਕੌਂਸ਼ੀਅਸ ਤੇ ਸੀਗੇ ਪਹਿਲਾਂ ਐ ਨਹੀਂ ਵੀ ਕੌਂਸ਼ੀਅਸ ਨਹੀਂ ਪਰ ਸੱਟਾਂ ਕਾਫੀ ਸੀ ਇਹ ਹੋਇਆ ਉਹ ਸਾਰਾ ਐਪੀਸੋਡ ਰੀਐਕਸ਼ਨ ਦਤਾ ਪਰ ਕਿ ਰਿਐਕਸ਼ਨ ਕੀਤਾ ਰਿਐਕਸ਼ਨ ਵੀ ਹੋਇਆ ਉਹ ਫਿਰ ਸਟੂਡੈਂਟ ਸੈਂਟਰ ਤੇ ਹੋਇਆ ਕਈ ਕੁਛ ਫਿਰ ਬਾਅਦ ਚ ਰਾਜਨਾਮੇ ਯੂਨੀਵਰਸਿਟੀ ਚ ਦੇਖੋ ਅੱਛਾ ਰਿਐਕਸ਼ਨ ਕਿਵੇਂ ਹੋਣ ਹੁਣ ਰਿਐਕਸ਼ਨ ਵੀ ਦੱਸੋ ਚਲੋ ਨਹੀਂ ਨਹੀਂ ਚਲੋ ਚਲੋ ਨਹੀਂ ਦੱਸੋ ਨਹੀਂ ਰਿਐਕਸ਼ਨ ਵੀ ਹੋਇਆ ਉੱਥੇ ਸਟੂਡੈਂਟ ਸੈਂਟਰ ਤੇ ਟਾਈਮ ਵੀ ਬੱਜੇ ਅੱਛਾ ਸਾਰੀ ਗੱਲ ਦੱਸੋ ਆਏ ਨਹੀਂ ਨਹੀਂ ਮੇਰਾ ਕਹਿਣ ਤੋਂ ਭਾਵ ਹੈ ਉਹ ਤਾਂ ਫਿਰ ਸਾਰਾ ਗੱਲ ਉਧਰ ਬਣ ਜਾਣੀ ਹੈ ਵੀ ਆਪਾਂ ਇਹ ਨਹੀਂ ਮੈਨੂੰ ਕਯਰਿਓਸਿਟੀ ਇਹ ਇੱਕ ਇਹ ਇੱਕ ਨਾ ਜਿਹੜੀ ਤੁਹਾਡੀ ਸਟੂਡੈਂਟ ਲਾਈਫ ਹੁੰਦੀ ਆ ਔਰ ਥੋੜੀਆਂ ਬਹੁਤ ਇਨਸੀਡੈਂਟ ਹੁੰਦੀਆਂ ਸਾਡੇ ਟਾਈਮ ਨਾਲ ਤੇ ਗੋਲੀਆਂ ਚੱਲਦੀਆਂ ਸੀ ਮੇਰੀ ਤਾਂ ਸੁਣੋ ਗੱਲ ਉਹ ਆਪਾਂ ਬਾਅਦ ਚ ਗੱਲ ਕਰਾਂ ਹੁਣ ਪਹਿਲਾਂ ਮੈਨੂੰ ਐ ਦੱਸੋ ਮੇਰੀ ਕਿ ਕਿਹਾਸਤੀ ਆਉਣ ਜਾਣਣ ਦੇ ਵਿੱਚ ਅਚਟਕ ਤੁਹਾਨੂੰ ਕੱਟ ਕੇ ਮੁੜ ਕੇ ਜਦੋਂ ਤੁਸੀਂ ਠੀਕ ਹੋ ਗਏ ਫਿਰ ਰਿਐਕਸ਼ਨ ਕਿਵੇਂ ਹੋਇਆ ਮੈਨੂੰ ਐ ਦੱਸੋ ਨਹੀਂ ਔਰ ਤੋਂ ਬਾਅਦ ਸਟੂਡੈਂਟ ਸੈਂਟਰ ਤੇ ਝਗੜਾ ਹੋਇਆ ਸਾਡੇ ਵਾਲੇ ਬੰਦਿਆਂ ਨੇ ਵੀ ਸਾਡੇ ਵੀ ਦੋਸਤ ਸੀਗੇ ਤੇ ਬਸ ਬੇਸਿਕਲੀ ਉਹਨਾਂ ਨੇ ਵੀ ਆਊਟਸਾਈਡਰ ਸੱਦੇ ਚ ਅਸੀਂ ਵੀ ਆਊਟਸਾਈਡਰ ਸੱਦੇ ਜਿੰਦੀ ਜੀ ਗੱਲ ਹੈ ਟਾਈਮ ਟਾਈਮ ਕੇਵੇਂ ਬੰਨੇ ਹੁਣ ਮੈਨੂੰ ਆਇਆ ਨਹੀਂ ਸੋਚਦਾ ਆ ਤੇ ਤੁਹਾਡੇ ਮੂੰਹੋਂ ਸੁਣਨੀ ਹੂੰ ਤਾਂ ਮੈਨੂੰ ਪਤਾ ਹੈ ਹਾਂ ਅੱਛਾ ਤੇ ਚਲੋ ਉਹ ਗੱਲਾਂ ਫਿਰ ਬਾਅਦ ਚ ਬੰਦੇ ਵਿੱਚ ਕਈ ਸਾਂਝੇ ਪੈ ਜਾਂਦੇ ਗੱਲ ਨਿਬੜ ਜਾਂਦੀ ਹੈ ਤੇ ਪਰ ਇਹ ਆ ਵੀ ਮੈਂ ਇਹ ਮੰਨਦਾ ਉਦੋਂ ਤੱਕ ਨਾ ਤੇ ਕੋਈ ਗੈਂਗਸਟਰ ਟਾਈਪ ਸੀਗਾ ਕੰਮ ਨਾ ਗੋਲੀਆਂ ਚੱਲਦੀਆਂ ਸੀ ਨਾ ਸਾਡੀ ਕੋਈ ਐਵੇਂ ਦੀ ਮਤਲਬ ਮੰਚਾ ਕਿਉਂਕਿ ਮੈਨੂੰ ਯਾਦ ਹੈ ਇਲੈਕਸ਼ਨ ਆਰਨ ਤੋਂ ਬਾਅਦ ਅਸੀਂ ਸਵਿੱਤਰੀ ਬਾਈ ਹੋਸਟਲ ਗਏ ਸਰੋਜਨੀ ਔਰ ਸਵਿੱਤਰੀ ਉਹ ਵੀ 6th ਫਲੋਰ ਆ ਉਹ ਵੀ 6th ਫਲੋਰ ਆ ਉੱਥੇ ਮੈਨੂੰ ਕਿਹਾ ਵੀ ਸਾਡੇ ਲਿਫਟ ਨਹੀਂ ਲੱਗੀ ਹੂੰ ਤੇ ਸਾਹਮਣੇ ਹੋਸਟਲ ਚ ਲਿਫਟ ਲੱਗੀ ਸੀ ਮੈਨੂੰ ਯਾਦ ਹੈ ਮੈਂ ਉਹਨਾਂ ਨੂੰ ਵਾਅਦਾ ਕਰਕੇ ਆਏ ਮੈਂ ਕਿਹਾ ਵੋਟ ਮੰਗਣ ਤਾਂ ਆਉਂਗਾ ਜੇ ਤੁਸੀਂ ਮਤਲਬ ਅਗਲੀ ਵਾਰ ਲਿਫਟ ਮਤਲਬ ਤੁਹਾਡੇ ਲਵਾਉਂਗਾ ਮਤਲਬ ਅਸੀਂ ਐਵੇਂ ਦੀ ਪੋਲਿਟਿਕਸ ਕੀਤੀ ਹੈ ਤੇ ਔਰ ਉਹੀ ਗੱਲ ਹੋਈ ਉਦੋਂ ਮੈਂਬਰ ਪਾਰਲੀਮੈਂਟ ਪਵਨ ਕੁਵਾਰ ਬਾਂਸਲ ਸੀ ਕਿ ਕਾਂਗਰਸ ਦੇ ਮੈਂ ਉਹਨਾਂ ਨੂੰ ਇੱਕ ਫੰਕਸ਼ਨ ਤੇ ਸੱਦਿਆ ਉਹ ਵੀ 10 ਲੱਖ ਰੁਪਏ ਦੇ ਕੇ ਗਏ ਜਿਹੜੇ ਰੀਲ ਮੰਤਰੀ ਕਹੇ ਰੀਲ ਮੰਤਰੀ ਤੇ ਬਾਤ ਚ ਬਣੇ ਉਹ ਦੋ ਮੈਂਬਰ ਪਰ ਤੇ ਸਾਡੇ ਵਾਈ ਚਾਂਸਲਰ ਸਾਹਿਬ ਪਾਟਕ ਸਾਹਿਬ ਸੀਗੇ ਉਹ ਵੀ ਬੜਾ ਸਹਿਯੋਗ ਕਰਦੇ ਸੀ ਫਿਰ ਉਹਨਾਂ ਨੇ ਕੁਝ ਪੈਸਾ ਦਿੱਤਾ ਸਟੂਡੈਂਟ ਅਮਲਗਰ ਮੈਟਰ ਫੰਡ ਹੁੰਦਾ ਇੱਕ ਜੀ ਜੀ ਤੇ ਉਹ ਲਿਫਟ ਲਵਾਈ ਫੇਰ ਅਸੀਂ ਦੁਬਾਰਾ ਜਦੋਂ ਮੈਂ ਵੋਟ ਮੰਗਣੇ ਉਦੋਂ ਤੱਕ ਲਿਫਟ ਨਹੀਂ ਲੱਗੀ ਸੀ ਪਰ ਉਦੋਂ ਤੱਕ ਨੀਂ ਪੱਥਰ ਰੱਖਿਆ ਗਿਆ ਸੀ ਹਮ ਪਰ ਸ਼ੁਰੂਆਤ ਹੋ ਗਈ ਬਾਅਦ ਚ ਲੱਗੀ ਹਮ ਤੇ ਮਤਲਬ ਅਜੰਡੇ ਤੇ ਹੀ ਕੰਮ ਕੀਤਾ ਅਜੰਡੇ ਤੇ ਐਨੀ ਵੀ ਪਛਾ ਟਾਈਮ ਵਾਲਾ ਅਜੰਡਾ ਕਿਵੇਂ ਫਿਰ ਬੰਨਿਆਗਾ ਟਾਈਮ ਕਿਵੇਂ ਬੰਨਿਆ ਟਾਈਮ ਸਾਡੇ ਵੀ ਕੁਝ ਦੋਸਤ ਮਿੱਤਰ ਸੀਗੇ ਉਹ ਗੰਦੇ ਵੀ ਫਿਰ ਉਸ ਤੋਂ ਬਾਅਦ ਕਿਹਾ ਐਡਮਿਟ ਕਰਾਦਾ ਤੁਹਾਨੂੰ ਹਾਂ ਔਰ ਤੋਂ ਬਾਅਦ ਇਲੈਕਸ਼ਨ ਹੋਇਆ ਠੀਕ ਠਾਕ ਹੋ ਗਏ ਤੇ ਇਲੈਕਸ਼ਨ ਹੋਇਆ ਇਲੈਕਸ਼ਨ ਫਿਰ ਅਸੀਂ ਜਿੱਤੇ ਹਾਂ 700 ਵੋਟ ਨਾਲ ਜਿੱਤੇ ਅਸੀਂ ਜਿੱਤਣ ਤੋਂ ਬਾਅਦ ਫਿਰ ਟਾਈਮ ਬੰਨਿਆ ਤੇ ਪਹਿਲਾਂ ਹੀ ਨਹੀਂ ਇਹ ਪਹਿਲਾਂ ਹੀ ਬੰਨਿਆ ਸੀ ਪਹਿਲੇ ਬੰਨਿਆ ਹਾਂ ਇਹ ਸਰਿਕਲ ਕੋਲ ਕਿਦਸ ਇਹ ਮੈਨੂੰ ਐਗਜੈਕਟ ਯਾਦ ਨਹੀਂਗਾ ਸਾਰਾ ਕੁਝ ਯਾਦ ਤੇ ਚਲੋ ਐਨੀਵੇ ਤੇ ਸਾਡਾ ਦੋਸਤ ਹੈ ਜਾਦੂ ਅਜਕਲ ਕਾਲੀ ਦਲ ਚ ਹੈ ਉਹ ਵੀ ਮੇਰਾ ਦੋਸਤ ਸੀਗਾ ਬੜਾ ਜੀ ਜੱਜ ਵੀ ਦੋਸਤ ਹੈ ਐਸੀ ਗੱਲ ਨਹੀਂ ਵੀ ਦੋਸਤ ਨਹੀਂਗਾ ਤੇ ਬੱਚੋ ਮੇਰਾ ਮਤਲਬ ਹੈ ਵੀ ਇਹ ਤੇ ਇੱਕ 파ਟ ਹੈਗਾ ਜੇਲ ਦਾ ਵੀ ਇੱਕ 파ਟ ਹੈ ਪਰ ਲੇਕਿਨ ਅਸੀਂ ਯੂਨੀਵਰਸਿਟੀ ਚ ਕਿਉਂਕਿ ਮੇਰੀ ਨਾ ਜਿਆਦਾ ਨੇੜਤਾ ਜਿਤਨਾ ਅਸ਼ੋਕ ਗੋਇਲ ਵਰਗੇ ਸੈਨੇਟਰ ਸੀਨੀਅਰ ਸੈਨੇਟਰ ਸੀਗੇ ਅੱਜ ਵੀ ਹੈਗੇ ਆ ਵਧੀਆ ਬੰਦਿਆਂ ਨਾਲ ਰਹੀ ਨੇੜਤਾ ਬੜੇ ਵਧੀਆ ਬੰਦੇ ਸੀ ਉਹ ਮੈਨੂੰ ਚੰਗਾ ਸਾਨੂੰ ਗਾਈਡ ਕਰਦੇ ਸੀ ਹਮੇਸ਼ਾ ਰੌਣਕੀ ਰਾਮ ਸਾਹਿਬ ਸੀਗੇ ਜੀ ਇੱਕ ਚਾਵਲਾ ਸਾਹਿਬ ਸੀਗੇ ਖਾਲਸਾ ਕਾਲਜ ਦੇ ਚੰਗੇਲ ਬੰਸੰਗਾ ਸਾਹਿਬ ਸੀਗੇ ਖਾਲਸਾ ਕਾਲਜ ਵਾਲੇ ਤੇ ਅਸੀਂ ਮਤਲਬ ਉਸ ਪਾਸੇ ਜਿਆਦਾ ਸੋਚਦੇ ਵੀ ਸਟੂਡੈਂਟ ਪੋਲਿਟਿਕਸ ਦਾ ਰੋਲ ਕੀ ਹੈ ਕਿਹੜੇ ਕੀ ਕੰਮ ਕਰਨਾ ਚਾਹੀਦਾ ਹੈ ਔਰ ਇਸ ਤਰ੍ਹਾਂ ਦਾ ਸੀਗਾ ਵੀ ਨਹੀਂ ਮੌਲ ਮਤਲਬ ਜਿਹੜਾ ਬਾਅਦ ਚ ਬਣਿਆ ਨਾ 2007 ਤੋਂ ਬਾਅਦ ਬਣਿਆ ਹੈ 6 ਤੱਕ ਵੀ ਨਹੀਂ ਬਣਿਆ ਐਵੇਂ ਕਿ 골ਡੀ ਵੀ 골ਡੀ ਦੇ ਇਲੈਕਸ਼ਨ ਤੱਕ ਹੀ ਵਧੀਆ ਸੀ ਮੌਲ ਇਹ 6 ਤੋਂ ਬਾਅਦ ਜਦੋਂ ਇਹ ਮਤਲਬ ਕਾਲੀ ਦਲ ਦੀ ਸਰਕਾਰ ਆਈ ਫਿਰ ਆ ਸਾਰਾ ਨਾਮ ਜੁੜਦੇ ਗਏ ਬਾਹਰਲੇ ਬੰਦੇ ਹੁੰਦੇ ਸੀ ਉਦੋਂ ਮਤਲਬ ਐ ਨਹੀਂ ਆ ਵੀ ਉਹ ਸਾਰਾ ਸਾਲ ਉੱਥੇ ਹੁੰਦੇ ਸੀ ਇਲੈਕਸ਼ਨਾਂ ਲੋਕਸ਼ਨਾ ਚ ਆ ਗਏ ਇਲੈਕਸ਼ਨ ਲੋਕਸ਼ਨਾ ਚ ਆ ਜਾਂਦੇ ਬੰਦੇ ਚਲੋ ਜਦੋਂ ਇਲੈਕਸ਼ਨ ਤੋਂ ਮੰਨ ਲਓ ਬਾਕੀ ਵੀ ਇਲੈਕਸ਼ਨ ਕਿਤੇ ਜਾਂਦੇ ਆ ਦੂਸਰੇ ਆਪਣੇ ਮੇਨ ਕਿਸੇ ਐਮਐਲਏ ਦੇ ਹੁੰਦੇ ਆ ਪੋਲਿਟਿਕਸ ਐਮਪੀ ਦੇ ਹੁੰਦੇ ਉੱਥੇ ਵੀ ਲੋਕ ਜਾਂਦੇ ਆ ਦੂਜੇ ਜ਼ਿਲ੍ਹਿਆਂ ਚੋਂ ਕਿਸੇ ਨਾ ਸਪੋਰਟਰ ਆ ਇਹ ਤਰਾਉਂਦਾ ਸੀ ਅੱਛਾ ਟਾਈਮ ਜਦੋਂ ਬੰਨਿਆ ਫਿਰ ਘਟ ਘਟੋ ਗਿਆ ਇਸ 2C ਦੇ ਸਾਰੇ ਉੱਥੇ ਝਗੜਾ ਹੋਇਆ ਅੱਛਾ ਉੱਥੇ ਵਾਵਾ ਝਗੜਾ ਆਇਆ ਤੇ ਮੈਂ ਤੇ ਨਹੀਂ ਗਿਆ ਉੱਥੇ ਐਵੇਂ ਮੈਂ ਕਮਾਂ ਕਿਉਂਕਿ ਮੇਰੇ ਸਾਡੇ ਵਾਲੇ ਕਹਿੰਦੇ ਵੀ ਨਹੀਂ ਪ੍ਰਧਾਨ ਦਾਲੇ ਨਾਮ ਆ ਗਿਆ ਤੇ ਇਲੈਕਸ਼ਨ ਕੋਣ ਲੜੂ ਹੂੰ ਤੇ ਚਲੋ ਉੱਥੇ ਚਲੋ ਸਾਕਤਾਬ ਹੋ ਗਏ ਪਰ ਇਹ ਆ ਵੀ ਜ਼ਮਰਨ ਉਹ ਬੱਲਾ ਕੈਂਪਸ ਦੀ ਹੁੰਦੀ ਹੁਣ ਉਹ ਹਾਈ ਕੋਰਟ ਸਾਰੇ ਮਿਲਦੇ ਆਂ ਜੀ ਵਧੀਆ ਮਿਲਦੇ ਆਂ ਵਰਤਦੇ ਵੀ ਹੈ ਇੱਕ ਦੋ ਬੰਦੇ ਹੁੰਦੇ ਆ ਤੁਹਾਡੇ ਚ ਸਾਡੇ ਵੱਲ ਵੀ ਆਉਣਗੇ ਇੱਕ ਦੋ ਮੈਂ ਨਹੀਂ ਕਹਿੰਦਾ ਵੀ ਉਹਨਾਂ ਵੱਲ ਵੀ ਆਉਣਗੇ ਸੋ ਪੁੱਦੇ ਵੀ ਆਉਣਗੇ ਇੱਕ ਦੋ ਸਾਡੇ ਵੀ ਆਉਣਗੇ ਜਿਹੜੇ ਥੋੜੇ ਖਰਾਫਾਤੀ ਮਾਈਂਡਡ ਨਹੀਂ ਹੁੰਦੇ ਬੰਦੇ ਵੀ ਝਗੜਾ ਵੀ ਕਰਨਾ ਨਹੀਂ ਤੇ ਅਦਰਵਾਈਜ਼ ਮੋਸਟਲੀ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਸੋਚ ਇਹ ਹੁੰਦੀ ਕੰਮ ਕਰੋ ਤੇ ਚੰਗਾ ਸਟੂਡੈਂਟਲੀ ਕੰਮ ਕਰੋ ਤੇ ਆਪਣੀ ਪੜਾਈ ਕਿਸੇ ਲੋਕ ਸੱਟਾ ਸੱਟਾ ਵੱਜੀਆਂ ਘਰਦਿਆਂ ਦੇ ਕੀ ਰਿਐਕਸ਼ਨ ਸੀ ਘਰਦਿਆਂ ਨੂੰ ਨਹੀਂ ਅਸੀਂ ਦੱਸਦੇ ਸੀ ਸੱਟ ਸਹੀ ਨਹੀਂ ਸੀਗਾ ਵੀ ਘਰਦਿਆਂ ਨੂੰ ਦੱਸਿਆ ਕਰਦਿਆਂ ਨੂੰ ਨਹੀਂ ਫਿਰ ਮੈਂ ਕਰਦੇ ਫਿਕਰ ਕਰਦੇ ਆ ਵੀ ਪਤਾ ਨਹੀਂ ਕੀ ਹੋਊਗਾ ਕਰਦਿਆਂ ਨੂੰ ਤੇ ਉਹਦਾ ਮੋਬਾਈਲ ਮੂਲ ਆ ਗਿਆ ਸੀ ਵੈਸੇ ਥੋੜੇ ਥੋੜੇ ਕਰਦਿਆਂ ਨੂੰ ਤਾਂ ਕਹਤਾ ਵੀ ਕੋਈ ਟੂਰ ਲੈ ਕੇ ਗਿਆ ਸਟੂਡੈਂਟ ਦਾ ਤੇ ਇਧਰ ਜੰਮੂ ਕਸ਼ਮੀਰ ਵਾਲ ਤੇ ਪਤਾ ਨਹੀਂ ਕਿੱਧਰ ਐ ਕੁਝ ਦੋਸਤਾਂ ਨੇ ਗੱਲ ਸੁਣਾਈ ਮੈਂ ਕਹਿਰ ਕਰਦਿਆਂ ਨੂੰ ਦੱਸ ਕਰਦਿਆਂ ਨੂੰ ਤੇ ਬਾਅਦ ਚ ਪਤਾ ਲੱਗਿਆ ਆ ਬਹੁਤ ਚਿਰ ਬਾਅਦ ਮਤਲਬ ਸਾਲ ਛੇ ਮਹੀਨੇ ਬਾਅਦ ਹੀ ਪਤਾ ਲੱਗਿਆ ਹੋਣਾ ਕਰਦਿਆਂ ਨੂੰ ਨਹੀਂ ਦੱਸਿਆ ਕੁਝ ਕੁਝ ਜਣਾਂ ਨੂੰ ਪਤਾ ਲੱਗ ਗਿਆ ਜਿਤਨਾ ਪੇਰੈਂਟਸ ਨੂੰ ਨਹੀਂ ਪਤਾ ਲੱਗਿਆ ਫਾਦਰ ਸਾਹਿਬ ਨੂੰ ਸਦਾ ਪਤਾ ਲੱਗਿਆ ਹੋਵੇ ਉਹਨਾਂ ਨੇ ਗੱਲ ਨਹੀਂ ਕੀਤੀ ਮਾਤਾ ਨਾਲ ਐਵੇਂ ਮੈਂ ਕਹਾਂ ਜੀ ਘਰ ਵੀ ਦਿੰਦੇ ਹੁੰਦੇ ਆ ਹੋ ਸਕਦਾ ਉਹਨਾਂ ਨੂੰ ਪਤਾ ਲੱਗ ਗਿਆ ਹੋ ਕਿਉਂਕਿ ਉਹਨਾਂ ਦੇ ਨਾਲ ਦੇ ਨੂੰ ਪਤਾ ਲੱਗ ਗਿਆ ਉਹ ਤੇ ਉਹਨਾਂ ਨੂੰ ਤਾਂ ਲੱਗਿਆ ਹੋ ਜੀ ਤੋਂ ਘਰ ਮਾਤਾ ਨੂੰ ਨਹੀਂ ਪਤਾ ਸੀ ਮੈਨੂੰ ਪਤਾ ਮੇਰੀ ਮਾਤਾ ਨੇ ਬਹੁਤ ਮਹੀਨੇ ਬਾਅਦ ਮੈਨੂੰ ਕਹਿੰਦੀ ਆ ਇੰਨਾ ਕੁਝ ਹੋਇਆ ਤੂੰ ਸਾਨੂੰ ਦੱਸਿਆ ਵੀ ਨਹੀਂ ਹਮ ਮੈਂ ਕਹਿੰਦੇ ਕਈ ਵਾਰ ਹੋਇਆ ਕਈ ਵਾਰ ਚੱਲਦਾ ਜੇਲਾ ਜੁਲਾ ਪਰ ਐਵੇਂ ਮੈਂ ਕਹਾਂ ਅਸੀਂ ਕੋਈ ਗਲਤ ਕੰਮ ਨਹੀਂ ਕਦੀ ਕੀਤਾ ਹੈ ਉਹ ਕਈ ਵਾਰ ਤੁਹਾਡੇ ਚ ਬੰਦੇ ਹੁੰਦੇ ਆ ਗਲਤ ਮਾਈਂਡਡ ਕ੍ਰਿਮਨ ਤੇ ਉਹ ਜਿਤਨਾ ਮੈਂ ਕਿਹਾ ਵੀ ਜੇਲ ਚ ਹੀ ਖੱਠੇ ਖਾਰ ਪੀ ਰਹੇ ਆ ਵਾਲੀਵਾਲ ਖੇਡ ਰਹੇ ਆ ਤੇ ਮੈਨੂੰ ਕੀ ਪਤਾ ਵੀ ਕੋਈ ਬੰਦੇ ਬਾਹਰ ਹੋ ਜਾਵੇ ਕਿ ਕੋਈ ਅਟੈਕ ਕਰਾ ਦੂ ਮੇਰੇ ਤੇ ਬੰਦਾ ਸੋਚ ਨਹੀਂ ਨਾ ਸਕਦਾ ਬਿਲਕੁਲ ਈਵਨ ਉਹਦੇ ਫਾਦਰ ਖੁਸ਼ਬਾਦ ਦੇ ਫਾਦਰ ਰੋਟੀ ਲੈ ਕੇ ਹੁੰਦੇ ਰਹੇ ਉੱਥੇ ਜੇਲ ਸਾਡੀ ਉਹ ਵੀ ਅਜੇ ਵੀ ਹੋਣਗੇ ਪਤਾ ਨਹੀਂ ਮੈਨੂੰ ਨਹੀਂ ਯਾਦ ਪ੍ਰਮਾਤਮਾ ਉਹ ਜੇ ਉਹ 10 ਵੀ ਦੇਣਗੇ ਜੀ ਤੇ ਬਾਰੇ ਆ ਵੀ ਕੋਈ ਕਿਸੇ ਦੇ ਮਨ ਚ ਕੀ ਆ ਉਸ ਟਾਈਮ ਕੁਛ ਸਟੇਜ ਵੀ ਹੁੰਦੀ ਆ ਬਾਅਦ ਦੇ ਵਿੱਚ ਫਿਰ ਤੁਸੀਂ ਲਾਅ ਕਰਨ ਲੱਗ ਪਏ ਸੀ ਲਾਅ ਮੈਂ ਉਦੋਂ ਲਾਚ ਸਟੂਡੈਂਟ ਸੀਗਾ ਹਾਂ ਪਹਿਲਾਂ ਮੈਂ ਐਮ ਐ ਹਿਸਟਰੀ ਕੀਤੀ ਫਿਰ ਮੈਂ ਪਹਿਲਾ ਜਿਹੜਾ ਇਲੈਕਸ਼ਨ ਮੈਂ ਆ ਰਿਹਾ ਉਹ ਐਮ ਐ ਹਿਸਟਰੀ ਫਿਰ ਇੰਟਰਨਸ਼ਿਪ ਕਿੱਥੇ ਲਾਚ ਫਿਰ ਮੇਰਾ ਦੋਸਤ ਹੈ ਮੋਹਿਸ਼ ਰੀਨ ਮੈਂ ਉਹਦੇ ਕੋਲ ਐਡਵੋਕੇਟ ਐ ਡਿਸਟ੍ਰਿਕਟ ਕੋਰਟ ਉਹਦੇ ਨਾਲ ਵੀ ਕੀਤੀ ਪਹਿਰੇ ਆਪਣੇ ਧਾਲੀਵਾਲ ਸਾਹਿਬ ਜੱਜ ਰਿਟਾਇਰ ਹੋ ਗਏ ਆ ਉਹਨਾਂ ਨਾਲ ਵੀ ਕੀਤੀ ਤੇ ਹੋਰ ਸੀਗੇ ਨਰੇਸ਼ ਜੈਨ ਹੈ ਮੇਰਾ ਦੋਸਤ ਉਹਦੇ ਨਾਲ ਵੀ ਥੋੜੇ ਦਿਨ ਲਾਏ ਯੁਗੇਸ਼ ਕੋਹਲ ਹੈ ਮੇਰਾ ਦੋਸਤ ਡੈਥ ਹੋ ਗਈ ਵਕੀਲ ਬਹੁਤ ਵਧੀਆ ਵਕੀਲ ਏਜੀ ਆਫਿਸ ਚ ਕੰਮ ਕੀਤਾ ਹਨਾ ਤੁਸੀਂ ਏਜੀ ਆਫਿਸ 10 ਸਾਲ ਰਿਹਾ ਮੈਂ ਮੇਰੇ 14 ਤੋਂ 17 ਤੇ ਉਦੋਂ ਮੈਂ ਬੀਜੇਪੀ ਸੀਗਾ ਬੀਜੇਪੀ ਚ ਉਹ ਸਰਕਾਰ ਜਿਹੜੀ ਦੁਆਰਾ ਬਣੀ ਨਾ ਜੀ ਅਕਾਲੀ ਦਲ ਅਕਾਲੀ ਦਲ ਬੀਜੇਪੀ ਦੀ ਤੇ ਉਦੋਂ ਨਾ ਯੂਥ ਵਿੰਗ ਦਾ ਮੈਂ ਪ੍ਰਧਾਨ ਬਣਨਾ ਅਜੇ ਜੰਮਵਾਲ ਜੀ ਹੁੰਦੇ ਸੀ ਬੜੇ ਵਧੀਆ ਬੰਦੇ ਸੀ ਸੰਗਠਨ ਉਹ ਮੈਨੂੰ ਬਣਾਵਾ ਨਹੀਂ ਪਾਇਆ ਜਿਦ ਤਰ੍ਹਾਂ ਬੰਦੇ ਪੋਲਿਟਿਕਲ ਨਹੀਂ ਬਣਦੇ ਮੈਂ ਕੰਮ ਬਹੁਤ ਕੀਤਾ ਨਰਾਗ ਠਾਕਰ ਦੀ ਟੀਮ ਚ ਜੀ ਤੇ ਸਟੇਟ ਪ੍ਰਧਾਨ ਨਹੀਂ ਬਣਾਇਆ ਤਾਂ ਮੈਨੂੰ ਕਹਿੰਦੇ ਯਾਰ ਮੇਰਾ ਮਨ ਜਿਦ ਤਰ੍ਹਾਂ ਮੈਂ ਕਿਹਾ ਜੀ ਮੈਂ ਨਹੀਂ ਕਰਨੀ ਪੋਲਿਟਿਕਸ ਇਹ ਆਪਣੇ ਵਾਸਤੇ ਗੱਲ ਨਹੀਂ ਮੈਨੂੰ ਕਹਿੰਦੇ ਚਲ ਤੈਨੂੰ ਏਜੀ ਆਫਸ ਪੇਜ ਦਿੰਨੇ ਆ ਹੂੰ ਤੂੰ ਆਪਣਾ ਆਰਾਮ ਨਾਲ ਵਕਾਲਤ ਕਰ ਫਿਰ ਜਦੋਂ ਟਾਈਮ ਚੰਗਾ ਬਦਲੂਗਾ ਤਾਂ ਤੂੰ ਫਿਰ ਆ ਕੇ ਪੋਲਿਟਿਕਸ ਜੁਆਇਨ ਕਰ ਲੈ ਜੀ ਇਸ ਤਰ੍ਹਾਂ ਬਣਿਆ ਹੋ ਇਹ ਜੀ ਆਫਿਸ ਕੀ ਕਰਦੇ ਰਹੇ ਨੂੰ ਕੰਮ ਤੇ ਇਹ ਜੀ ਆਫਿਸ ਮੇਰੀ ਕੋਟਾਂ ਡਿਊਟੀ ਤੇ ਰਹੀ ਆ ਆਟਪੀ ਸਮਾਨ ਸਾਹਿਬ ਦੇ ਕੋਰਟ ਸੀਗਾ ਥੋੜੇ ਦਿਨ ਮੈਂ ਜੀ ਫਿਰ Tiwari ਸਾਹਿਬ ਦੀ ਕੋਰਟ ਸੀਗਾ ਤੇ ਜ਼ਿਆਦਾਤਰ ਮੇਰ ਕੋ ਆਫਿਸ ਹੀ ਸੀਗਾ ਜਿਹੜੀ ਵੈਟਿੰਗ ਕਰਨੀ ਹੁੰਦੀ ਹੈ ਨਾ ਵੈਟਿੰਗ ਤੇ ਡਿਊਟੀ ਹੁੰਦੀ ਹੈ ਬਈ ਜੀਪੀ ਛੱਡ ਕੇ ਦੱਤੀ ਫਿਰ ਦੁੱਕੇਸਾਹਨ ਅੰਦੋਲਨ ਹੋਇਆ ਨਾ ਕਿਸਾਨ ਅੰਦੋਲਨ ਨਹੀਂ ਹੋਇਆ ਕਿਸਾਨ ਅੰਦੋਲਨ ਤੋਂ ਪਹਿਲਾਂ ਨਾ ਮ ਜਨ ਸੈਕਟਰੀ ਬਣ ਗਿਆ ਪੰਜਾਬ ਬੀਜੇਪੀ ਦਾ ਜੀ ਇਹ ਰਾਜੇਵਾਲ ਸਾਹਿਬ ਨੇ ਇਸ਼ੂ ਨੂੰ ਬੜਾ ਟੇਕ ਅਪ ਕੀਤਾ ਹਮ ਅਸ਼ੁਨੀ ਸ਼ਰਮਾ ਪ੍ਰਧਾਨ ਹੁੰਦੇ ਸੀ ਤੇ ਮੈਂ ਹੀ ਰਾਜੇਵਾਲ ਸਾਹਿਬ ਕੋ ਗਏ ਹਮ ਮੈਂ ਕਿਹਾ ਪੰਨੂ ਸੰਭਾਲਣਾ ਚਾਹੀਦਾ ਜੀ ਇਸ਼ੂ ਕੀ ਆ ਮਸਲਾ ਹੱਲ ਕਰਨਾ ਚਾਹੀਦਾ ਬੀ ਮੋਦੀ ਸਾਹਿਬ ਦੀ ਸਰਕਾਰ ਸੀ ਮੈਨੂੰ ਰਾਜੇਵਾਲ ਸਾਹਿਬ ਨੇ ਸਾਨੂੰ ਕਿਹਾ ਵੀ ਤਿੰਨ ਅਮੈਂਡਮੈਂਟ ਕਰਾ ਲਓ ਹਮ ਮੈਂ ਅਸ਼ੁਨੀ ਸ਼ਰਮਾ ਜੀ ਤੇ ਦੋ ਚਾਰ ਲੀਡਰ ਹੋਰ ਸੀ ਕਿ ਪਾਰਟੀ ਦੇ ਜੀ ਤੇ ਉਰ ਤੋਂ ਬਾਅਦ ਅਸੀਂ ਲਖਵਾਲ ਸਾਹਿਬ ਦੇ ਘਰ ਗਏ ਉਹ ਵੀ ਆਲਮੋਸਟ ਉਹਨਾਂ ਦਾ ਵੀ ਇਹੀ ਰੈਸ਼ ਸੀ ਯਾਰ ਉਦੋਂ ਅਜੇ ਐਜੀਟੇਸ਼ਨ ਸ਼ੁਰੂ ਨਹੀਂ ਹੋਇਆ ਸੀ ਉਹ ਕਹਿੰਦੇ ਯਾਰ ਇਹ ਐਮੈਂਡਮੈਂਟ ਕਰਾਓ ਨਹੀਂ ਤੇ ਇਹ ਮੁੱਦਾ ਬਹੁਤ ਵੱਜ ਜਾਣਾ ਰਾਜਵਾਲ ਸਾਹਿਬ ਨੇ ਤਾਂ ਬਹੁਤ ਡਿਟੇਲ ਸਾਨੂੰ ਦੱਸਿਆਵੇਂ ਕਹੀਓ ਖੰਨੇ ਇੱਕ ਕਿਸੇ ਦਿਨ ਐ ਸ਼ਾਪ ਤੇ ਬਹਿ ਕੇ ਅਸੀਂ ਚਰਚਾ ਕੀਤੀ ਦਪੈਰੀ ਤਨ ਚਾਰ ਘੰਟੇ ਲਾਇਆ ਰਾਜਵਾਲ ਸਾਹਿਬ ਨੇ ਜੀ ਤੇ ਅਸੀਂ ਇੱਥੇ ਕੋਰ ਗਰੁੱਪ ਦੀ ਮੀਟਿੰਗ ਸਾਧ ਲਈ ਅਸ਼wini ਜੀ ਨੇ ਪ੍ਰਧਾਨ ਸੀਗੇ ਉਦੇਚ ਮੈਂ ਕਿਹਾ ਵੀ ਆਪਾਂ ਨੂੰ ਨੱਡਾ ਜੀ ਨਾਲ ਗੱਲ ਕਰਨੀ ਚਾਹੀਦੀ ਆ ਵੀ ਆ ਅਮੈਂਡਮੈਂਟ ਕਰਾਓ ਨਹੀਂ ਤੇ ਸਾਡਾ ਨੁਕਸਾਨ ਹੋਣਾ ਪੋਲਿਟਿਕਲੀ ਵੀ ਔਰ ਕਿਸਾਨਾਂ ਨੇ ਐਜੀਟੇਸ਼ਨ ਇੱਕ ਐਜੀਟੇਸ਼ਨ ਵਧਣਾ ਹੈ ਘਟਣਾ ਨਹੀਂਗਾ ਉਦੋਂ ਪੰਜਾਬ ਚ ਚੱਲ ਰਿਹਾ ਸੀ ਹਜੇ ਜੀ ਸ਼ੁਰੂਆਤ ਸੀ ਉਹ ਚ ਤਰਨ ਚੁੱਕ ਬੜਾ ਗਲਤ ਬੋਲਿਆ ਮੈਨੂੰ ਹਾਲਾਂਕਿ ਮੈਂਵੇਂ ਕਹਾ ਜਿਹੜੇ ਕਾਲਿਆ ਸਾਹਿਬ ਸੀ ਹੀ ਵਾਸ ਆਲਸੋ ਮਤਲਬ ਉਹ ਮੇਰੇ ਨਾਲ ਸਮ ਸੀ ਇਹ ਮਿੱਤਲ ਸਾਹਿਬ ਵੀ ਮੇਰੇ ਨਾਲ ਸਹਿਮਤ ਸੀ ਮਦਨਮੋਨ ਮਿੱਤਲ ਜੀ ਵੀ ਆ ਗਿਆ ਉਹ ਕਹਿੰਦੇ ਕਾਂਗ ਠੀਕ ਗੱਲ ਕਹਿ ਰਿਹਾ ਆਪਾਂ ਨੂੰ ਸੈਂਟਰ ਲੀਡਰਸ਼ਿਪ ਨਾਲ ਗੱਲ ਕਰਨੀ ਚਾਹੀਦੀ ਹੈ ਦੇਖੋ ਇਹ ਉੱਥੇ ਗੁੰਮਰਾਹ ਕਰ ਰਿਹਾ ਹੈ ਪਾਰਟੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਨੂੰ ਆਪਾਂ ਕਿਸਾਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ ਤੇ ਉਤਰਨ ਚੋਕ ਜਿਹੜਾ ਸੀਗਾ ਉਹ ਬਹੁਤ ਉਲਟ ਬੋਲਿਆ ਉਹਨੇ ਮਤਲਬ ਇੱਥੇ ਤੱਕ ਬੋਲਦਾ ਮੈਨੂੰ ਕਹਿੰਦਾ ਵੀ ਤੁਸੀਂ ਤਾਂ ਪਾਕਿਸਤਾਨ ਦੀ ਬੋਲੀ ਬੋਲਦੇ ਹੋ ਸਾਡੀ ਵਾਵਾ ਤੂੰ ਤੋਂ ਮੈਂ ਮੈਂ ਗਾਲਾਂ ਗੋਲਾ ਵੀ ਹੋਈਆਂ ਮਾਪੇਨ ਸਬਜੋ ਮੈਂ ਭੈਣ ਤੇ ਨਹੀਂ ਕਹਿ ਸਕਦੇ ਮਤਲਬ ਤੂੰ ਤੂੰ ਮੈਂ ਮੈਂ ਹੋਈ ਬਹੁਤ ਤੇ ਉਹ ਕੋਰ ਗਰੁੱਪ ਉੱਠ ਗਿਆ ਤੇ ਫਿਰ ਮੈਂ ਮੇਰਾ ਬੜਾ ਮਨ ਖਰਾਬ ਹੋਇਆ ਉਸ ਤੋਂ ਬਾਅਦ ਨਾ ਕਾਫੀ ਮਤਲਬ ਸਾਰੀ ਲੀਡਰਸ਼ਿਪ ਬੈਠੀ ਸੀ ਜੀ ਉਸ ਲੈਵਲ ਤੇ ਲੀਡਰਸ਼ਿਪ ਨੇ ਨੋਟਿਸ ਨਹੀਂ ਲਿਆ ਵੀ ਯਾਰ ਇਹ ਗਲਤ ਕੀਤਾ ਤਰਨ ਚੁੱਕ ਨੇ ਤਾਂ ਮੈਨੂੰ ਹੀ ਲੱਗਿਆ ਮੈਂ ਕਿ ਯਾਰ ਇਹ ਤੇ ਫਿਰ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਫਿਰ ਉਹ ਅਗਲੀ ਮੀਟਿੰਗ ਹੋਈ ਉਹ ਉਰਚ ਵੀ ਇਹ ਗੱਲ ਚੱਲੀ ਮੈਂ ਕਿ ਜੀ ਚਲੋ ਤੁਸੀਂ ਨਹੀਂ ਗੱਲ ਕਰਨੀ ਮੈਂ ਗੱਲ ਕਰ ਲੈਣਾ ਇਹਨੂੰ ਬਿਟਵੀਨ ਕਾਲੀ ਦਲ ਨਾਲ ਵੀ ਦੋ ਕੋਰ ਗਰੁੱਪਾਂ ਦੀ ਮੀਟਿੰਗ ਹੋਈਆਂ ਮੈਂ ਉਰਚ ਵੀ ਗਿਆ ਸੀ ਹਮ ਅਕਾਲੀ ਦਲ ਚੋਂ ਸੁਖਵੀਰ ਜੀ ਤਾਂ ਸਹਿਮਤ ਸੀ ਨਹੀਂ ਨਹੀਂ ਜੀ ਨਹੀਂ ਕਰ ਲੋ ਠੀਕ ਹੈ ਜੀ ਫਲਾਨਾ ਮੈਨੂੰ ਯਾਦ ਹੈ ਅੱਜ ਮੈਂ ਝੂਠ ਨਹੀਂ ਬੋਲ ਰਹਾ ਇੱਕ ਦੋ ਲੀਡਰ ਕਾਲੀ ਦਲ ਦੇ ਉਸ ਦਿਨ ਉਦੋਂ ਇਹ ਸਹਿਮਤ ਸੀਗੇ ਵੀ ਇਹ ਇਹ ਠੀਕ ਨਹੀਂ ਹੈ ਇਹ ਬਿੱਲ ਕੋਰ ਗਰੁੱਪਾਂ ਦੀ ਮੀਟਿੰਗ ਨਹੀਂ ਹੁੰਦੀ ਚਲੋ ਇਹ ਗੱਲਾਂ ਐਸੇ ਕਰਨੀਆਂ ਨਹੀਂ ਚਾਹੀਦੀਆਂ ਬਾਹਰ ਤੇ ਫਿਰ ਮੈਂ ਕਹਾਂ ਜੀ ਨਹੀਂ ਜੀ ਅਸੀਂ ਤੇ ਆਪਣੇ ਕਿਸਾਨ ਭਾਈ ਚਰਿਆ ਅਸੀਂ ਆਪ ਕਿਸਾਨਾਂ ਦੇ ਪੁੱਤ ਆ ਅਸੀਂ ਮਤਲਬ ਕਿਸਾਨਾਂ ਨਾਲ ਖੜਾਂਗੇ ਫਿਰ ਸਭ ਤੋਂ ਪਹਿਲਾਂ ਮੈਂ ਹੀ ਰਜਾਈਨ ਕੀਤਾ ਸੀ ਜੈਨੋਸਾਈਡ ਇਸ ਤਰ੍ਹਾਂ ਰਜਾਈਨ ਕੀਤਾ ਕਿਸਾਨਾਂ ਦੇ ਹੱਕ ਫਿਰ ਇੱਧਰ ਕਿਵੇਂ ਬਣਿਆ ਇੱਧਰ ਇਸ ਤਰ੍ਹਾਂ ਬਣਿਆ ਹੈ ਹੈ ਇੱਧਰ ਜੁਆਇਨਿੰਗ ਕਿਹਨੇ ਕਰਾਈ ਇੱਥੇ ਵੀ ਇਸ ਤੋਂ ਬਾਅਦ ਮੈਂ 6 ਮਹੀਨੇ ਅਸੀਂ ਆਪਾਂ ਸਾਰਿਆਂ ਨੇ ਲਾਇਆ ਐਜੀਟੇਸ਼ਨ ਤੇ ਸਾਰੇ ਰਹੇ ਆ ਧਰਨਿਆਂ ਤੇ ਰਹੇ ਇਨ ਬੀਟਵੀਨ ਫਿਰ ਮੈਨੂੰ ਅਪਰੋਚ ਕੀਤਾ ਮੀਤ ਹੇਰ ਜੀ ਨੇ ਮੀਤ ਹੇਰ ਜੀ ਮੇਰੇ ਕੋ ਆਏ ਉਹਨਾਂ ਨੇ ਮੈਨੂੰ ਰਾਗਵ ਜੀ ਨਾਲ ਮਿਲਾਇਆ ਸੰਦੀਪ ਪਾਟਕ ਜੀ ਨਾਲ ਮਿਲਾਇਆ ਮਾਨ ਸਾਹਿਬ ਨਾਲ ਮਿਲਾਇਆ ਭਗਵੰਤ ਮਾਨ ਜੀ ਨਾਲ ਮਿਲਾਇਆ ਜਰਨੈਲ ਸਿੰਘ ਨਾਲ ਮਿਲਾਇਆ ਵੀ ਤੁਸੀਂ ਜੁਆਇਨ ਕਰੋ ਯਾਰ ਪਾਰਟੀ ਮੈਨੂੰ ਯਾਦ ਹੈ ਮਾਨ ਸਾਹਿਬ ਨੂੰ ਪੰਜਾਬ ਭਵਨ ਮਿਲੇ ਸੀ ਅਸੀਂ ਤੇ ਮੈਨੂੰ ਕਹਿੰਦੇ ਯਾਰ ਵਧੀਆ ਤੁਸੀਂ ਤੁਹਾਡੇ ਵਰਗੇ ਬੰਦੇ ਆਉਣ ਪਾਰਟੀ 'ਚ ਤੇ ਚਲੋ ਫਿਰ ਇਸ ਤਰ੍ਹਾਂ ਸਬਾਬ ਬਣ ਗਿਆ ਫਿਰ ਜੁਆਇਨ ਕਰ ਲਿਆ ਮੈਂ 2021 ਜੁਲਾਈ ਯਾਰ ਮੈਂ ਆਪ ਗੱਲ ਕਰਦੀ ਸੀ ਹਣਾ ਕਿਆ ਵੀ ਅ ਮੇਰੇ ਕੋਚ ਨੇ ਹਣਾ ਥੱਪੜ ਮਾਰਿਆ ਅਕੈਡਮੀ ਛੱਡ ਕੇ ਆ ਗਿਆ ਹਾਂ ਕੋਚ ਸਾਡੇ ਉਹ ਮਤਲਬ ਕਰਤਾ ਧਰਤਾ ਸੀ ਕੋਚ ਨਹੀਂ ਸੀ ਆਲੇ ਨਾਲ ਹੀ ਸੀ ਮਤਲਬ ਜਿਤਨਾ ਸੈਕਟਰੀ ਜੀ ਕੇ ਹੂੰ ਉਹ ਤੁਹਾਨੂੰ ਵੀ ਜਿਵੇਂ ਮਨ ਲੱਗਿਆ ਵੀ ਹਣਾ ਸੈਂਸਿਟਿਵ ਜਿਹਾ ਜੀ ਹੂੰ ਉਹ ਹਰਟ ਹੋਏਗਾ ਮਮ ਹਰਟ ਹੋਏ ਹਰਟ ਹੋਏ ਅਸੀਂ ਰੋਏ ਵੀ ਬੜਾ ਦੋ ਤੰਨੜ ਬੜੇ ਮਨ ਖਰਾਬ ਰਿਹਾ ਸਾਨੂੰ ਨਾਲ ਦਿਆਂ ਨੇ ਬੜਾ ਮਨਾਇਆ ਦੋਸਤ ਜਿਹੜੇ ਹੁੰਦੇ ਨਾ ਨਾਲ ਤੁਹਾਡੇ ਸਾਰੀ ਟੀਮ ਵੀ ਆਰ ਤੁਸੀਂ ਨਾ ਜਾਓ ਛੱਡ ਕੇ ਵੀ ਅਕੈਡਮੀ ਨਾ ਛੱਡੋ ਯਾਰ ਟੀਮ ਖਰਾਬ ਹੋ ਜਾਣੀ ਆ ਤੁਸੀਂ ਉਹ ਤੇ ਮੈਂ ਕਿ ਨਹੀਂ ਯਾਰ ਹੋਣਾ ਸੀ ਜਾਂ ਤੇ ਅੱਛਾ ਸ਼ਰਮਾ ਜੀ ਵੀ ਐਡਵ ਸੀ ਉਹਨਾਂ ਨੇ ਵੀ ਫੀਲ ਨਹੀਂ ਕੀਤਾ ਆ ਕੇ ਉਹ ਕੋਚ ਨੂੰ ਕਹ ਲੈ ਕਰਨ ਨਹੀਂ ਯਾਰ ਮਨਾਓ ਇਹਨਾਂ ਨੂੰ ਮਨਾਓ ਯਾਰ ਮੁੰਡੇ ਚਲੇ ਗਏ ਆਪਣੀ ਟੀਮ ਖਰਾਬ ਹੋ ਜਾਣੀ ਪਰ ਉਹ ਨਹੀਂ ਆਇਆ ਸੀ ਵੀ ਫਿਰ ਇਤਰਾ ਛੱਡ ਕੇ ਪੋਲਿਟਿਕਸ ਦਾ ਲੋਕ मोस्टली ਹਰਟ ਕਰਦੇ ਕਰਦੇ ਮੈਨੂੰ ਮੇਰਾ ਅਜੇ ਤੱਕ ਐਕਸਪੀਰੀਅੰਸ ਨਹੀਂਗਾ ਕੋਈ ਖਾਸ ਜਿਹੜਾ ਪਾਰਟੀ ਕਰ ਦਿੰਦੀ ਹੈ ਕਈ ਗੱਲਾਂ ਤਾਂ ਦੇਖੋ ਉਤਾਰ ਚੜਾਅ ਤੇ ਪਰ ਜਿਹੜੇ ਵਿੱਚ ਤੁਸੀਂ ਕਿਹਾ ਤਾਂ ਚੁਗ ਨਹੀਂ ਕਿਹਾ ਤਾਂ ਹਰਟ ਹੋਈ ਨਾ ਤੁਸੀਂ ਛੱਡ ਕੇ ਆ ਗਏ ਫਿਰ ਜਾਂ ਮਤਲਬ ਉਹ ਵੀ ਇੱਕ ਰੀਜ਼ਨ ਸੀ ਮੈਂ ਹਰਦੀ ਆਉਣ ਲੱਗਿਆ ਸੀ ਤਰਨ ਚੁਗ ਦੀ ਤਾਂ ਬੋਲਬਾਣੀ ਠੀਕ ਨਹੀਂ ਸੀ ਬੀਜੇਪੀ ਦਾ ਤਾਂ ਏਜੰਡਾ ਠੀਕ ਨਹੀਂ ਸੀ ਨਾ ਉਹ ਮੈਂ ਪਹਿਲਾਂ ਵੀ ਵਿਰੋਧ ਕਰਦਾ ਸੀ ਆਪ ਦਾ ਏਜੰਡਾ ਠੀਕ ਹੈ no doubt ਆਪ ਦਾ ਏਜੰਡਾ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਸਰਕਾਰ ਚਲਾਈ ਹੈ ਜਾਂ ਮਾਨਸਾ ਪੰਜਾਬ ਚਲਾ ਰਿਹਾ ਲੋਕਾਂ ਦੀ ਜ਼ਿੰਦਗੀਆਂ ਨੂੰ ਬਿਹਤਰ ਬਣਾ ਰਿਹਾ ਹੈ ਵਿੱਚ ਕੋਈ ਦੋਰਾ ਹੀ ਨਹੀਂ ਹੈ ਔਰ ਮੈਨੂੰ ਦੱਸੋ ਮੈਂ ਅੱਜ ਤੱਕ ਕਦੇ ਵੀ ਕਿਸੇ ਨੂੰ ਕਿਹਾ ਮੈਨੂੰ ਆ ਬਣਾ ਦਿਓ ਜਾਂ ਨਾ ਬਣਾ ਦਿਓ ਤੇ ਮੈਨੂੰ ਐਵੇਂ ਮੈਂ ਕਹਾਂ ਹਾਲਾਂਕਿ ਮੈਂ ਬੀਜੇਚ ਵੀ ਭਾਜਪੀ ਚ ਵੀ ਕਦੀ ਨਹੀਂ ਕਿਹਾ ਸੀ ਕਿਸੇ ਨੂੰ ਮੈਨੂੰ ਆ ਬਣਾਓ ਜਾਂ ਨਾ ਬਣਾਓ ਜੇ ਪਾਰਟੀ ਲੜਾਉਗੀ ਤਾਂ ਡੈਫੀਨਿਟਲੀ ਲੜਾਂਗੇ ਇਨਚਾਰਜ ਲਾਇਆ ਇਨਚਾਰਜ ਪਾਰਟੀ ਨਾਲ ਲਾਇਆ ਕੰਮ ਵੀ ਪੂਰਾ ਕਰ ਰਹੇ ਆ ਉਰੇ ਹਲਕਿਆਂ ਚ ਜਾ ਰਹੇ ਆ ਲੋਕਾਂ ਚ ਵੀ ਜਾ ਰਹੇ ਆ ਜਿੰਨਾ ਜਿੰਨੀ ਕੋਸ਼ਿਸ਼ ਜਿੰਨੀ ਮਤਲਬ ਆਪਣੇ ਵੱਲੋਂ ਵਾਹ ਆ ਲੋਕਾਂ ਨਾਲ ਮਾਨ ਸਾਹਿਬ ਦੀਆਂ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਹਰ ਘਰ ਕੋਸ਼ਿਸ਼ ਹਰ ਕਰ ਰਹੇ ਪਾਰਟੀ ਵਾਕਿ ਅਲਟੀਮੇਟਲੀ ਫੈਸਲਾ ਤੇ ਪਾਰਟੀ ਦਾ ਹੁੰਦਾ ਪਰਸਨਲ ਗੱਲਾਂ ਨਹੀਂ ਹੁੰਦੀਆਂ ਕੁਝ ਨਾਨ ਪੋਲਿਟਿਕਲ ਹਮਮ یونیورسٹی ਟਾਈਮ ਹਨ ਜਿਵੇਂ ਯੰਗ ਏਜ ਬੰਦਾ ਖੁਸ਼ ਹੋਰ ਸੋਚਦਾ ਜਿਵੇਂ ਹੁਣ ਮੈਂ ਦੇਖਦਾ ਹਾਂ ਨਾ ਹੁਣ ਮਾਲ ਮਲਵਿੰਦਰ ਸਿੰਘ ਕੰਗ ਮੇਰੇ ਮੂਰੇ ਬੈਠੇ ਹੈ ਹਨਾ ਇੱਕ ਆਸ ਰੂਪ ਆ ਮਲਵਿੰਦਰ ਸਿੰਘ ਕੰਗ ਦਾ ਜੀ ਪ੍ਰਕਾਸ਼ ਦਾੜਾ ਹਨਾ ਇੱਕ ਉਸ ਰੂਪ ਸੀ ਟਰਾਂਸਫਾਰਮੇਸ਼ਨ ਕਿਵੇਂ ਆ ਹਾਂ ਬਰਾੜ ਸਾਹਿਬ ਮੈਨੂੰ ਜਗਵੀਤ ਬਰਾੜ ਜੀ ਕਹਿੰਦੇ ਕਹਿੰਦੇ ਯਾਰ ਮੈਨੂੰ ਆ ਗੱਲ ਤੇਰੀ ਬੜੀ ਵਧੀਆ ਲੱਗਦੀ ਆ ਵੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ ਉਹ ਤੇ ਦਾੜੀ ਖੁੱਲੀ ਵਾਲਾ ਉਹਨਾਂ ਨੇ ਮੈਨੂੰ ਮੰਤਰ ਕੰਪਲੀਮੈਂਟ ਦੇ ਦਿੱਤਾ ਬਰਾੜ ਸਾਹਿਬ ਤੇ ਚਲੋ ਬਹੁਤ ਵੱਡੇ ਮਤਲਬ ਬੰਦੇ ਆ ਇੰਟੈਲੈਕਚੁਅਲ ਬਹੁਤ ਇੰਟੈਲੈਕਚੁਅਲ ਹੈ ਮਤਲਬ ਅਸੀ ਤੇ ਮੈਂ ਉਹਨਾਂ ਕਿਹਾ ਮੈਂ ਕਿਹਾ ਸੀਤਾ ਤੇ ਮੈਂ ਦੱਸਦਾ ਬਰਾੜ ਸਾ ਅਸੀਂ ਬਾਸਕਟਬਾਲ ਦੇ ਪਲੇਅਰ ਸੀ ਨਾ ਸਾਡਾ ਸਿਮਰਨ ਕੈਂਪ ਲੱਗਦਾ ਸੀ ਚੰਡੀਗੜ੍ਹ ਸਾਨੂੰ ਬੜਾ ਚਾਹ ਹੁੰਦਾ ਸੀ ਵੀ ਚੰਡੀਗੜ੍ਹ ਮਹੀਨਾ ਰਵਾਂਗੇ 6 ਨੰਬਰ ਹਸਟਲ ਤੋਂ ਸਾਨੂੰ ਦਿਨ ਦਿੰਦੇ ਹੁੰਦੇ ਸੀ ਬਿਸਤਰੇ ਅਸੀਂ ਲੈ ਕੇ ਆਉਂਦੇ ਸੀ ਕਮਰਾ ਦਿੰਦੇ ਸੀ ਯੂਨੀਵਰਸਿਟੀ ਅਸੀਂ ਨਾ ਇੱਕ ਵਾਰ ਉੱਥੇ ਫੰਕਸ਼ਨ ਚੱਲ ਰਿਹਾ ਸੀ 6 ਨੰਬਰ ਹਸਟਲ ਦੇ ਲਾਗੇ ਸਪੋਰਟ ਡਿਪਾਰਟਮੈਂਟ ਦਾ ਆਉਡੀਟੋਰੀਅਮ ਹੈ ਜੀ ਜੀ ਉਹ ਹਜੇ ਵੀ ਹੈਗਾ ਹੈ ਮੇਰੇ ਤੇ ਅੱਜ ਹੈ ਨਾ ਉੱਥੇ ਚੀਫ ਗੈਸਟ ਆਇਆ ਸੀ ਬਰਾੜ ਸਾਹਿਬ ਹੂੰ ਉਦੋਂ ਸ਼ਾਇਦ ਮੈਂਬਰ ਪਾਰਲੀਮੈਂਟ ਹੋਣਗੇ 97 98 ਦੀ ਗੱਲ ਆਏ 99 ਦੀ ਗੱਲ ਆਇਆ 99 ਚ ਬਣ ਸ਼ਾਇਦ 19 ਮੈਨੂੰ ਐਗਜੈਕਟ ਸਾਲ ਯਾਦ ਨਹੀਂ ਗਾ 99 ਚ ਬੰਦੇ ਨੇ ਹਾਂ ਐਮਪੀ ਸਰਟੀਫਿਕੇਟ ਤੋਂ ਹੀ ਬਣੇ ਹਾਂ 99 ਦੀ ਗੱਲ ਹੋਣੀ ਆ ਅਸੀਂ ਸ਼ਾਮ ਨੂੰ ਨਾ ਗਰਾਊਂਡ ਤੋਂ ਪ੍ਰੈਕਟਿਸ ਕਰਕੇ ਸਾਡਾ ਰਾਹ ਉਹੀ ਆ ਉਹ ਆਡੀਟੋਰੀਅਮ ਦੇ ਅੱਗੋਂ ਦੀ ਤੇ ਅਸੀਂ ਸਪੋਰਟਸ ਕਿੱਟਾਂ ਪਾਈਆਂ ਟਰੈਕਸੂਟ ਜਿੱਤਨਾ ਪਲੇਅਰ ਪੁੰਦੇ ਆ ਉਹੀ ਹੁੰਦੇ ਨਿਕਰਾਂ ਜੀਆਂ ਚ ਸੀਗੇ ਤੇ ਟਰੈਕਸੂਟ ਟੰਗੇ ਅਸੀਂ ਅਸੀਂ ਤੇ ਥੱਕੇ ਹਾਰੇ ਹੁੰਦੇ ਆ ਤੇ ਅਸੀਂ ਉਹ ਬਰਾੜ ਸਾਹਿਬ ਉੱਥੇ ਭਾਸ਼ਣ ਕਰ ਰਹੇ ਸੀ ਤੇ ਉੱਥੇ ਅਸੀਂ ਬਾਹਰ ਪੁਜੇ ਭੀੜ ਬੜੀ ਯਾਰ ਇੱਥੇ ਬੜੀ ਕਹਿੰਦੇ ਜੀ ਇੱਥੇ ਉਹ ਜਗਮੀਤ ਬਰਾੜ ਆਇਆ ਹੋਇਆ ਤੇ ਮੈਂ ਉਹ ਸਿਕਿਉਰਿਟੀ ਵਾਲੇ ਅੰਦਰ ਨਾ ਜਾਣ ਦੇਣ ਹੈ ਕਿ ਯਾਰ ਅਸੀਂ ਸੁਣਨਾ ਪਈ ਨਾ ਬੜਾ ਸੁਣਿਆ ਤੇ ਅਸੀਂ ਸੁਣਨਾ ਤੇ ਮੈਨੂੰ ਯਾਦ ਹੈ ਮੈਂ ਬਰਾੜ ਸਾਹਿਬ ਨੂੰ ਦੱਸੀ ਗੱਲ ਮੈਂ ਕਿਹਾ ਅਸੀਂ ਨਾ ਬੜਾ ਔਖੇ ਐਂਟਰੀ ਪਾ ਜਾਣੂ ਅੰਦਰ ਤੇ ਨਹੀਂ ਜਾਂਦਾ ਅਸੀਂ ਬੂਏ ਚ ਖਲੋ ਕੇ ਨਾ ਚਲੋ ਲੰਮੇ ਅਸੀਂ ਸਾਰੇ ਸੀਗੇ ਅਸੀਂ ਬਰਾੜ ਸਾਹਿਬ ਨੂੰ ਸਟੇਜ ਤੋਂ ਸੁਣਿਆ ਬੋਲਦਿਆਂ ਨੂੰ ਤੇ ਉਹ ਬਰਾੜ ਸਾਹਿਬ ਇੱਕਦਮ ਮੈਨੂੰ ਕਹਿ ਰਹੇ ਯਾਰ ਦਾੜੀ ਰੱਖੀ ਮੈਂ ਕਿ ਦਾੜੀ ਇਹ ਪਰਮਾਤਮਾ ਵੱਲੋਂ ਹੁੰਦਾ ਸੀ ਮੇਰੇ ਨਾਲ ਆਪਣੇ ਹੱਥ 'ਚ ਕੁਝ ਨਹੀਂ ਆ ਮੈਂ ਕਹਾਂ ਇਹ ਮਨਾਪੀ ਬਣਿਆ ਸਤਾਰਾਂ ਦੀ ਗੱਲ ਹੈ ਵੀ ਮੈਂ ਖਡੂਰ ਸਾਹਿਬ ਆਬਾ ਸੇਵਾ ਸਿੰਘ ਉਹਨਾਂ ਨਾਲ ਮਤਲਬ ਬੜਾ ਮਤਲਬ ਉਹ ਵੀ ਬੜਾ ਕਰਦੇ ਆ ਲਗਾਵ ਆ ਅਸੀਂ ਤੇ ਬਹੁਤ ਸਤਿਕਾਰ ਕਰਦੇ ਆ ਉਹਨਾਂ ਦਾ ਜੀ ਜੀ ਬਾਬਾ ਜੀ ਦਾ ਸਾਡੇ ਦਾਦਿਆਂ ਤੋਂ ਮਤਲਬ ਉਹਨਾਂ ਨਾਲ ਹੈਗਾ ਕਿਉਂਕਿ ਗਵਾਲੀਅਰ ਵੀ ਛੇ ਪਾਛਾਈ ਦੀ ਜਗਾ ਹੈ ਨਾ ਉਹ ਬਾਬਾ ਜੀ ਸੇਵਾ ਕਰਾਉਂਦੇ ਆ ਸਾਡੇ ਘਰਾਂ 'ਚ ਜਾਂਦੇ ਹੁੰਦੇ ਹੁੰਦੇ ਪੁਰਾਣੇ ਟਾਈਮਾਂ 'ਤ ਉਹਨਾਂ ਨੇ ਇੱਕ ਵਾਰ ਸਕੂਲ ਦੇ ਫੰਕਸ਼ਨ ਤੇ ਸੱਦਿਆ ਮੈਨੂੰ ਉੱਥੇ ਖਡੂਰ ਸਾਹਿਬ 17 ਦੀ ਗੱਲ ਹੈ ਜੀ ਤੇ ਮੈਨੂੰ ਕਹਿੰਦੇ ਵੀ ਮਲਵਿੰਦਰ ਆਈ ਯਾਰ ਸਾਡੇ ਫੰਕਸ਼ਨ ਹੁੰਦਾ ਐਨੂਅਲ ਨਿਸ਼ਾਨੇ ਸਿੱਖੀ ਜੀ ਤੇ ਉਹ ਫੰਕਸ਼ਨ ਤੇ ਜਾ ਕੇ ਤੇ ਮੈਨੂੰ ਐ ਲੱਗਿਆ ਉਦੋਂ ਮੇਰੀ ਦਾੜੀ ਘੱਟੀ ਹੁੰਦੀ ਤੇ ਮੈਨੂੰ ਨਾ ਆਪਣੇ ਮਨ ਨੂੰ ਲੱਗਿਆ ਵੀ ਯਾਰ ਮਹਾਪੁਰਸ਼ਾਂ ਨਾਲ ਮੈਂ ਬੈਠਾ ਮੈਨੂੰ ਨਾਲ ਬਿਠਾਇਆ ਉਹਨਾਂ ਨੇ ਮਤਲਬ ਸਾਡੀ ਹਿੰਮਤ ਨਹੀਂ ਹੁੰਦੀ ਉਹਨਾਂ ਨਾਲ ਬੈਠਣ ਦੀ ਜੀ ਜੀ ਸਾਡੀ ਕਦੀ ਵੀ ਨਿਮਤ ਹੋਈ ਯਾਰ ਐਵੇਂ ਆਪਾਂ ਕਹੀਏ ਬਹੁਤ ਵੱਡੇ ਮਹਾਪੁਰਸ਼ ਐ ਤੇ ਮੈਨੂੰ ਨਾ ਉਹਨਾਂ ਨਾਲ ਬਿਠਾਇਆ ਸਾਰੇ ਏਰੀਆ ਦੇ ਪਤਵੰਤੇ ਲੋਕ ਬੈਠੇ ਸੀ ਤੇ ਮੇਰੀ ਫੋਟੋ ਵੀ ਆ ਗਈ ਹੈ ਤੇ ਮੈਨੂੰ ਬੜਾ ਆ ਨਾ ਮੈਂ ਕਿਹਾ ਯਾਰ ਏਡੇ ਮਾਪੁਰਸ਼ ਤੇ ਕਿੰਨਾ ਕੰਮ ਕਰਦੇ ਆ ਤੇ ਮੈਂ ਯਾਰ ਮਤਲਬ ਨਾ ਆਪਣੇ ਆਪ ਨੂੰ ਨਹੀਂ ਫੀਲ ਹੁੰਦਾ ਯਾਰ ਮੈਂ ਕਿਹਾ ਆਪਾਂ ਸਰੂਪ ਚ ਵੀ ਨਹੀਂ ਹੈਗੇ ਇਹ ਹੁੰਦਾ ਤੇ ਕੁਦਰਤੀ ਆ ਮਤਲਬ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਮਤਲਬ ਵੀ ਤੂੰ ਮਤਲਬ ਮੈਂ ਕਰ ਲਿਆ ਮਸ ਉਦੋਂ ਦਾ ਮਨ ਬਣ ਗਿਆ ਉਸ ਤੋਂ ਬਾਅਦ ਮਨ ਬਣ ਗਿਆ ਉਸ ਤੋਂ ਬਾਅਦ ਮੈਂ ਅਮਰੀਕਾ ਗਿਆ ਐਨਬੀਏ ਦਾ ਮੈਚ ਦੇਖਣ ਉਸੇ ਸਾਲ ਜੀ 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 ਮੈਨੂੰ ਬੜਾ ਸ਼ੌਂਕ ਸੀ ਡੈਨ ਵੇਡ ਇੱਕ ਪਲੇਅਰ ਹੈ ਮਿਆਮੀ ਇਟ ਵੱਲੋਂ ਖੇਡਿਆ ਔਰ ਰਿਟਾਇਰ ਹੋ ਗਿਆ ਹੁਣ ਉਹ ਲਾਸਟ ਸਾਲ ਸੀ ਉਹਦਾ ਤੇ ਮੇਰੇ ਬ੍ਰਦਰ ਨੇ ਨੂੰ ਮੈਂ ਕਿਹਾ ਮੈਂ ਛੋਟੇ ਨੂੰ ਸੰਦੀਪ ਨੂੰ ਮੈਂ ਕਿਹਾ ਯਾਰ ਮੈਂ ਅਮਰੀਕਾ ਜਾਣਾ ਮੇਰੀ ਟਿਕਟ ਟਿਕਟ ਦਾ ਕਾਰ ਇੰਤਜ਼ਾਮ ਮੈਂ ਮੈਚ ਵੇਖਣਾ ਜ਼ਿੰਦਗੀ ਚ ਹੈ ਮੇਰਾ ਮੈਂ ਇਹਦਾ ਬੜਾ ਫੈਨ ਹੈ ਤੇ ਉਹ ਕਹਿੰਦਾ ਸਾਡੇ ਚਾਚਾ ਹੀ ਹੈਗੇ ਉੱਥੇ ਤੇ ਅਸੀਂ ਗਏ ਉਹ ਉੱਥੇ ਜਾ ਕੇ ਉੱਥੇ ਤੇ ਮਤਲਬ ਜਿਤਰਾ ਮਾਹੌਲ ਆਪਣੇ ਲੋਕਾਂ ਨੇ ਤਰੱਕੀ ਬੜੀ ਕੀਤੀ ਕੈਲੀਫੋਰਨੀਆ ਅਸੀਂ ਗੋਲਡਨ ਸਟੇਟ ਦਾ ਮੈਚ ਦੇਖਿਆ ਲੇਕਰਸ ਦਾ ਦੇਖਿਆ ਨੀਦਾ ਉਦੋਂ ਕੈਵਲੀਅਰ ਸੀਗੇ ਡਾਇਨ ਵੇਡ ਜੀ ਫਿਰ ਉਹ ਔਰਤ ਬਾਦ ਮੈਨੂੰ ਲੱਗਿਆ ਯਾਰ ਅਮਰੀਕਾ ਚ ਇਨੀ ਸਿੱਖੀ ਅਸੀਂ ਉੱਥੇ ਕਿਉਂ ਨਾ ਮਤਲਬ ਮਤਲਬ ਮੇਨ ਤੇ ਕਾਰਨ ਬਣਿਆ ਉਹ ਖਡੂਰ ਸਾਹ ਵਾਲਾ ਹਾਂ ਮੈਂ ਕਰੇ ਵੀ ਹੈ ਨਾ ਦਿਵਾਲੀ ਵਾਲੇ ਦਿਨ ਮੈਂ ਗਿਆ ਤੁਹਾਡੇ ਮਿਲਿਆ ਤਾਂ ਬੱਚਿਆਂ ਨੂੰ ਵੀ ਹੈ ਨਾ ਉਹਨਾਂ ਦੇ ਵੀ ਮਤਲਬ ਉਹ ਮਾਤਾ ਦਾ ਸਾਡੀ ਮਾਂ ਪਰਿਵਾਰ ਚ ਵਧੀਆ ਬਾਬੇ ਦੀ ਕਿਰਪਾ ਹੈ ਕਿਉਂਕਿ ਸਾਰਿਆਂ ਦਾ ਚਲੋ ਬਜ਼ੁਰਗਾਂ ਦਾ ਹੀ ਹੁੰਦਾ ਹੈ ਆਸ਼ੀਰਵਾਦ ਉਹਨਾਂ ਦੀ ਜਿਹੜੀ ਸਿਹਤ ਹੁੰਦੀ ਉਹ ਹੀ ਅਸਲ ਚ ਹੈ ਤੁਹਾਨੂੰ ਯਾਤਰਾ ਅਗੇ ਲੈ ਕੇ ਬੱਚੇ ਵੀ ਅਜੇ ਵੀ ਮਤਲਬ ਹੁਣ ਤਾਂ ਥੋੜਾ ਹਰਗੇ ਪਹਿਲਾਂ ਤਾਂ ਕਹਿੰਦੇ ਅੰਮ੍ਰਿਤ ਵੀ ਛਕਣਾ ਸੀ ਸਾਨੂੰ ਐ ਵੀ ਖੇਡਣ ਜਾਂਦੇ ਆ ਵੀ ਮਰਿਆਦਾ ਵੀ ਤੇ ਹੁੰਦੀ ਹੈ ਤੇ ਉਹ ਨਾ ਹੋਏ ਨਹੀਂ ਜੀ ਸ਼ੌਂਕ ਹੀ ਆ ਤੁਹਾਡੇ ਮੈਨੂੰ ਖੇਡਣ ਦਾ ਸ਼ੌਂਕ ਹੈ ਘੁੰਮਣ ਦਾ ਵੀ ਸ਼ੌਂਕ ਹੈਗਾ ਪੜਨ ਦਾ ਵੀ ਹੈਗਾ ਕਿ ਪੜਦੇ ਹੋ ਇਨੀ ਦੀ ਨਹੀਂ ਕੀ ਪੜ ਰਹੇ ਇੱਕ ਨਾ ਪਿੱਛੇ ਜੇ ਪਾਣੀਆਂ ਦਾ ਇਸ਼ੂ ਹੈ ਪਾਣੀਆਂ ਦੀ ਗਾਥਾ ਕਿਤਾਬ ਦੇਖ ਕੇ ਗਿਆ ਮੈਨੂੰ ਹੋਏ ਉਹ ਹੈਗੇ ਆਪਣੇ ਕਿਹੜੇ ਢਿੱਲੋਂ ਆ ਢਿੱਲੋਂ ਸਾਹਿਬ ਦੀ ਤੇ ਮੇਰੇ ਕੋਲ ਕਿਤਾਬ ਆਲਰੇਡੀ ਹੈਗੀ ਆ ਜਿਹੜੀ ਤੁਸੀਂ ਪਿੱਛੇ ਜ਼ਿਕਰ ਕਰਕੇ ਆਏ ਹੋ ਇੰਡੀਆ ਕਮਿਟਸ ਇੰਡੀਆ ਕਮਿਟ ਸੁਸਾਈਡ ਉਹ ਮੇਰੇ ਕੋ ਅਧਿਕ ਪੜੀ ਗਈ ਹੈ ਦੇਖਿਆ ਤੁਸੀਂ ਪੋਡਕਾਸਟ ਮੈਂ ਦੇਖਿਆ ਤੁਹਾਡਾ ਤੇਨੂੰ ਸਾਹਿਬ ਨਾਲ ਮੇਰਾ ਬੜਾ ਪ੍ਰੇਮ ਹੈ ਮੈਂ ਜਾਂਦਾ ਰਹਿਣਾ ਹੈ ਕਿਉਂਕਿ ਕਈ ਚੀਜ਼ਾਂ ਤਾਂ ਉਹਨਾਂ ਦੀ ਬੜੀ ਕਿਉਂਕਿ ਸਾਡੇ ਪ੍ਰੋਫੈਸਰ ਵੀ ਸੀਗੇ ਹਿਸਟਰੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਤੇ ਪਾਣੀਆਂ ਦੀ ਗਾਥਾ ਮੈਂ ਕਿਤਾਬ ਇੱਕ ਮੈਨੂੰ ਦੇਖਤੀ ਹੈ ਮੇਰੇ ਦੋਸਤ ਨੇ ਦਿੱਤੀ ਜੀ ਉਹ ਮੈਂ ਅਜੇ ਅਧਿਕ ਪੜੀ ਆ ਕਿਉਂਕਿ ਆ ਪਿਛੇ ਜੇ ਐਪੀਸੋਡ ਬੜਾ ਚੱਲਿਆ ਐਸਪੀਐਲ ਵਾਲਾ ਤੋਂ ਹਿਸਟਰੀ ਸਾਰੀ ਪੜ ਰਹੀ ਸੀ ਉਹਨੂੰ ਪੜਿਆ ਕੀ ਪੜਿਆ ਯਰ ਤੋਂ ਪਹਿਲਾਂ ਮੈਂ ਪੜਿਆ ਹੈਗਾ ਆਪਣਾ ਰਿਵਰਸ ਔਨ ਫਾਇਰ ਜਗਤਾਰ ਸਿੰਘ ਜੀ ਵਾਲੀ ਉਹਦਾ ਪੰਜਾਬੀ ਅਨਵਾਦ ਪੜਿਆ ਮੈਂ ਜੀ ਪਾਣੀਆਂ ਦੀ ਗਾਥਾ ਕਰਕੇ ਨਾ ਇੱਕ ਮੈਂ ਕਿਤਾਬ ਲਿਆ ਹੁਣ ਜੀਐਸ ਢਿੱਲੋਂ ਸਾਹਿਬ ਦੀ ਜਿਹੜੀ ਕਾਨਫਰੈਂਸੀ ਆਫ ਖਾਲਿਸਤਾਨ ਉਹ ਜੇ ਪੜਨੀ ਹੈ ਇੱਕ ਆਪਣੇ ਜਿਹੜੇ ਐਮਬੈਸਡਰ ਰਹੇ ਆ ਕੈਸੀ ਸਿੰਘ ਕੈਸੀ ਸਿੰਘ ਉਹ ਯਾਨੀ ਜੀਲੀ ਹਾਂ ਜਿਹੜੀ ਜਦੋਂ ਰਾਸ਼ਟਰਪਤੀ ਭਵਨ ਸੀਗੀ ਉਹ ਕਿਤਾਬ ਵੀ ਮੈਂ ਪਿਛਲੇ ਹਫਤੇ ਖਰੀਦੀ 17 ਚ ਇੰਗਲਿਸ਼ ਬੁੱਕ ਸ਼ਾਪ ਤੋਂ ਉਹ ਪੜ੍ਹਨੀ ਹੈ ਸਟਿਕ ਮੀਚਿੰਗ ਬਰਾਡ ਦਾ ਜ਼ਿਕਰ ਕੀਤਾ ਮੈਂ ਨਾ ਥੋਡੀ ਹੀ ਪਾਰਟੀ ਦਾ ਕੋਈ ਚੇਅਰਮੈਨ ਹਮ ਇੱਕ ਖਾਸ ਦੋਸਤ ਹੈ ਤਾਂ ਉਹ ਮੈਨੂੰ ਕਹਿੰਦਾ ਕਿ ਯਾਰ ਬਰਾਡ ਸਾਹਿਬ ਨੂੰ ਜ਼ਰੂਰ ਮਿਲਣਾ ਗਿਆ ਕਿਸੇ ਦਿਨ ਅਸੀਂ ਇੱਥੇ 9 ਸੈਕਟਰ ਉਹਨਾਂ ਦੇ ਕਿਸੇ ਫਰੈਂਡ ਦੀ ਕੋਠੀ ਆ ਤਾਂ ਅਸੀਂ ਗਏ ਮਿਲਣ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਕਹਿੰਦੇ ਕਹਿੰਦੇ ਮੈਂ ਬਹੁਤ ਇਨਸਪਾਇਰ ਹਾਂ ਤੁਹਾਡੇ ਤੋਂ ਹਣਾ ਤੇ ਕਹਿੰਦੇ ਥੋੜਾ ਜਿਹੜਾ ਬੋਲਣ ਦਾ ਤੌਰ ਤਰੀਕਾ ਭਾਸ਼ਣ ਕਲਾ ਬਹੁਤ ਵਧੀਆ ਤਾਂ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਯਾਰ ਵੀ ਕੋਈ ਵੀ ਪੋਲੀਟੀਸ਼ੀਅਨ ਆ ਕਹਿੰਦੇ ਉਹਦਾ ਪੰਜਾਬ ਬੁੱਕ ਸਟੋਰ ਨਾ ਜੇ ਨਾਤਾ ਹੈ ਨਹੀਂ ਕੋਈ ਪੋਲੀਟੀਸ਼ੀਅਨ ਹੈ ਨਹੀਂ ਹਾਂ ਉਹਨਾਂ ਗੱਲ ਬਹੁਤ ਸੋਹਣੀ ਲੱਗੀ ਮੈਨੂੰ ਕਹਿੰਦਾ ਯਾਰ ਵੀ ਜਿਵੇਂ ਬਰਾੜ ਸਾਹਿਬ ਨੇ ਕਿਹਾ ਬਰਾੜ ਸਾਹਿਬ ਕਹਿੰਦੇ ਵੀ ਯਾਰ ਮਤਲਬ ਐਦਾਂ ਹੀ ਉਹਨਾਂ ਨੇ ਕਿਹਾ ਯਾਰ ਵੀ ਐਦਾਂ ਨਹੀਂ ਹੋਣਾ ਚਾਹੀਦਾ ਹੈਗਾ ਹਨ ਤੇ ਕਹਿੰਦੇ ਮੈਂ ਦੇਖਦਾ ਹੁੰਦਾ ਵੀ ਇੱਥੇ ਬਾਈਟ ਦੇਣੀ ਪੈ ਜੀ ਆਹ ਪੋਲੀਟੀਸ਼ੀਨ ਦੇ ਹਨਾ ਸ਼ਬਦ ਰਿਪੀਟ ਹੁੰਦੇ ਆ ਮੈਂ ਕਹਿੰਦਾ ਜੀ ਜਰਨਲਿਸਟਾਂ ਦੇ ਰਿਪੀਟ ਹੁੰਦੇ ਆ ਮੈਂ ਤੁਸੀਂ ਪੋਲੀਟੀਸ਼ੀਨ ਦਿੱਤਾ ਛੱਡੋ ਕਿਤੇ ਪੜ੍ਹਨਾ ਬਹੁਤ ਜ਼ਰੂਰੀ ਹੈ ਤਾਂ ਇਹ ਗੱਲ ਜਦੋਂ ਉਹਨਾਂ ਨੇ ਕੀਤੀ ਤਾਂ ਮਤਲਬ ਮੈਨੂੰ ਕਮਾਲ ਦੀ ਗੱਲ ਲੱਗੀ ਹਾਂ ਅਜਮੇਰ ਸਿੰਘ ਜੀ ਉਹਨਾਂ ਦੀਆਂ ਕਿਤਾਬਾਂ ਵੀ ਕਈ ਆਈਆਂ ਆ ਦੁਖਾਂਤ 84 ਵਾਲਾ ਉਹ ਇੱਕ ਮਾਰਾਇ ਰঞ্জੀਤ ਸਿੰਘ ਜੀ ਦੀ ਕੈਪਟਨ ਅਮਰਿੰਦਰ ਨੇ ਲਿਖੀ ਹੈ ਉਹ ਉਹ ਵੀ ਮਤਲਬ ਨਾ ਪੂਰੀਆਂ ਇੱਕ ਇੱਕ ਜਿਹੜੀ ਅਜਮੇਰ ਸਿੰਘ ਨੇ ਸਰਾਬਾ ਸਰਾਬੇ ਤੇ ਲਿਖੀ ਹੈ ਨਾ ਤੂਫਾਨਾਂ ਦਾ ਤੂਫਾਨਾਂ ਦਾ ਸੈਸਵਾਰ ਹਾਂ ਉਹ ਵੀ ਮੈਂ ਪੜੀ ਆ ਪਿਛਲੇ ਦਿਨਾਂ ਚ ਜੀ ਉਹ ਸਾਰਾ ਹੈਗਾ ਕਲੈਕਸ਼ਨ ਟਾਈਮ ਘਟ ਲੱਗਦਾ ਆਦਰਵਾਈਜ਼ ਕੋਸ਼ਿਸ਼ ਤੇ ਹੁੰਦੀ ਹੈ ਇੱਕ ਤੇ ਅੱਠ ਫੋਨ ਵਾਲਾ ਮਸਲਾ ਬੜਾ ਹੈ ਹੂੰ ਇਹ ਜੀ ਤੋਂ ਫੁਣੀ ਫੋਨ ਤੇ ਤੁਸੀਂ ਮਤਲਬ ਸਾਰਾ ਦਿਨ ਇੱਕ ਤੇ ਟਵੀਟ ਟਵੀਟਾਂ 'ਚ ਟਾਈਮ ਨਿਕਲ ਜਾਂਦਾ ਹੈ ਡਾਕਟਰ ਦਾ ਫਿਰ ਰਹਿਣਾ ਪੈਂਦਾ ਰਹਿਣਾ ਪੈਂਦਾ ਤੁਹਾਨੂੰ ਇਹ ਤੁਹਾਡੀ ਨੇਚਰਲ ਪੋਲਿਟਿਕਸ 'ਚ ਕੀ ਹੋ ਰਿਹਾ ਹੈ ਪਾਰਟੀ ਤੇ ਕੀ ਹੋ ਰਿਹਾ ਹੈ ਪੰਜਾਬ ਤੇ اپੋਜੀਸ਼ਨ 'ਚ ਕੀ ਤੇ ਇਹ ਟਾਈਮ ਬਹੁਤ ਖਾਂਦਾ ਫੋਨ ਨੂੰ ਇਹ ਲੱਗਦਾ ਹੁੰਦਾ ਕਿ ਇਹਦੀ ਨਾ ਹੁਣ ਜਿਵੇਂ ਕੁਸ਼ਕ ਪੇਸ਼ੀਆ ਹੋਈ ਹੈ ਕਿਵੇਂ ਪੋਲਿਟਿਕਸ ਹੋਵੇ ਜਰਨਲਿਜ਼ਮ ਹੋਵੇ ਜਾਂ ਮੈਡੀਕਲ ਲਾਈਨ ਵੀ ਕੁਛ ਇਦਾਂ ਦੀ ਹੈ ਹਨਾ ਐਮਰਜੈਂਸੀ ਕਦੇ ਵੀ ਜਾਣਾ ਪੈ ਸਕਦਾ ਹੈ ਡਾਕਟਰ ਨੂੰ ਜਾਂ ਪੁਲਿਸ ਦੀ ਅੱਪਾ ਗੱਲ ਕਰ emergancy ਕਦੇ ਵੀ ਇਹਨਾਂ ਨੂੰ ਕਿਤੇ ਭਜਣਾ ਪੈ ਸਕਦਾ ਜਾਂ ਕੁਝ ਵੀ ਹੋ ਸਕਦਾ ਕਈ ਵਾਰ ਹੁਣ ਮੈਂ ਮਤਲਬ ਕਿਸਾਨ ਅੰਦੋਲਨ ਦੇ ਵਿੱਚ ਕਈ ਐਨੇ ਖਾਸ ਵਿਆਹ ਸੀਗੇ ਮੈਨੂੰ ਛੱਡਦੇ ਹੋਏ ਇੱਕਦਮ ਜਾਂ ਕਈ ਵਾਰ ਮਤਲਬ ਅਪਡੇਟ ਰਹਿਣਾ ਪੈਂਦਾ ਦੇਖਣਾ ਕੀ ਹੋ ਰਿਹਾ ਕੀ ਨਹੀਂ ਮਿੰਟ ਮਿੰਟ ਤੇ ਕੋਈ ਕਾਲ ਨਾ ਮਿਸ ਹੋ ਜੇ ਈਵਨ ਮੈਨੂੰ ਯਾਦ ਹੈ ਸਾਡੇ ਜੋਰ ਸਾਹਿਬ ਹੁੰਦੇ ਸੀ ਲੋਟ ਬਾੜੂ ਬੜੇ ਹਾਈਲੀ ਇੰਟੈਲੈਕਚੁਅਲ ਇੰਟੈਲੀਜੈਂਟ ਬੰਦੇ ਸੀ ਔਰ ਬਹੁਤ ਹੀ ਪ੍ਰੈਕਟੀਕਲ ਬੰਦੇ ਹਮ ਉਹ ਤਾਂ ਨਵੇਂ-ਨਵੇਂ ਫੋਨ ਆਏ ਸੀ 2003-4 ਤੇ ਥੋੜਾ ਹੀ ਸੀ ਨਾ ਜੇ ਆ ਤੇ 98 ਚ ਹੀ ਗਏ ਸੀ ਸ਼ਾਇਦ ਤੇ ਉਹ ਮੈਨੂੰ ਕਹਿੰਦੇ ਮੈਂ ਇੱਕ ਦਿਨ ਫੋਨ ਕੀਤਾ ਤੇ ਉਹਨਾਂ ਨੇ ਚੱਕਿਆ ਨਹੀਂ ਮੈਨੂੰ ਕਹਿੰਦੇ ਯਾਰ ਕੰਗ ਮੈਂ ਰੋਟੀ ਦੁਪਹਿਰ ਨੂੰ ਫੋਨ ਨਹੀਂ ਚੁੱਕਦਾ ਹਾਂ ਨਾ ਮੈਂ ਰਾਤ ਨੂੰ 8 ਵਜੇ ਤੋਂ ਬਾਅਦ ਚੁੱਕਾਂ ਜੀ ਉਹ ਮੇਰਾ ਪੜਨ ਦਾ ਟਾਈਮ ਹੁੰਦਾ ਤੇ ਦੁਪਹਿਰੇ ਮੈਂ ਖਾਣਾ ਖਾਣਾ ਰੋਟੀ ਖਾਣ ਦੇ ਮੈਂ ਚੁੱਕਦਾ ਨਹੀਂ ਜੋ ਮਰਜ਼ੀ ਕਰ ਲੈ ਮੈਨੂੰ ਫੋਨ ਹੂੰ ਤੇ ਸਵੇਰੇ ਕਲਾਸ ਦੇ ਟਾਈਮ ਉਹਨਾਂ ਨੂੰ ਪੱਕਾ ਸੀਗਾ ਕਹਿੰਦੇ ਫੋਨ ਮੋਬਾਈਲ ਹੈਗਾ ਮੇਰੇ ਕੋ ਪਰ ਇਹਨੂੰ ਮੈਂ ਖੋਲਦਾ ਉਹਨੇ ਕਿ ਟਾਈਮ ਜਦੋਂ ਮੈਨੂੰ ਪਤਾ ਮੈਂ ਚੁੱਕ ਲੂ ਫੋ ਸਵੇਰੇ ਕਲਾਸਾਂ 'ਚ ਮੈਂ ਉਦੋਂ ਹੀ ਫੋਨ ਚੁੱਕਣਾ ਤੇ ਐਵੇਂ ਜੇ ਮੇਰੀ ਬੰਦੇ ਆ ਲੇਕਿਨ ਉਹ ਹੀ ਆ ਨਾ ਜਿੱਦ ਤਰੋ ਸ਼ਾਮ ਨੂੰ ਆਪਾਂ ਸੋਚਦੇ ਪੜੀ ਉਹਨੇ ਚਿਰ ਫੋਨ 'ਚ ਵੇਖਣਾ ਸ਼ੁਰੂ ਹੋਣਾ ਜਦੋਂ 10 11 ਵਜ ਗਏ ਆ ਆ ਵੀ ਗੱਲ ਹੈ ਨਾ 11 ਵਜ ਜਾਂਦੇ ਆ ਟਵੀਟ ਪੜ ਲਿਆ ਜੀ ਉਹ ਹੋ ਗਿਆ ਕੀ ਹੋ ਗਿਆ ਨਾ ਟਵੀਟ ਤਾਂ ਹੁਣ ਨਾਲ ਦੀ ਨਾਲ ਰਿਐਕਸ਼ਨ ਆਉਗੇ ਰਿਐਕਟ ਕਰਦਾ ਉਧਰੋਂ ਵਿਕਰਮ ਜੀ ਨੇ ਕਰਤਾ ਫਿਰ ਬਾਜਵਾ ਸਾਹਿਬ ਨੇ ਕਰਤਾ ਪਰ ਤੁਸੀਂ ਕਰ ਦਿੰਦੇ ਹੋ ਮ ਆ ਇਹ ਕੰਡੈਕਸ਼ਨ ਚੱਲਦਾ ਰਹਿ ਗਿਆ T20 T20 T10 X ਹੋ ਗਿਆ ਹਾਂ X ਹੋ ਗਿਆ ਹਾਂ X ਮੂਹ ਤੇ ਨਹੀਂ ਚੜਿਆ ਹਾਂ ਸਾਰੇ ਟਵਿੱਟਰ ਹੀ ਹੁਣ ਤਾਂ ਟਵਿੱਟਰ ਹੀ ਕਹਿੰਦੇ ਹਨ ਹਾਂ ਇਹ ਨਹੀਂ ਆਤੀ ਚ ਤੇ ਬੜੀਆਂ ਜਾਂ ਪੋਲਿਟਿਸ਼ਨ ਕਿਹੜਾ ਵਧੀਆ ਲੱਗਦਾ ਕੀ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਚਾਹੀਏ ਦੇਖੋ ਮੈਨੂੰ ਅਤੀਚ ਤੇ ਪ੍ਰਮੋਦ ਬਾਜਨ ਬੜਾ ਵਧੀਆ ਲੱਗਦਾ ਹੈ ਉਹਦਾ ਬੋਲਣ ਦਾ ਤਰੀਕਾ ਔਰੇਟਰ ਅਟਲ ਵਿਆਹ ਰੀ ਬਾਜਪੀ ਜੀ ਵਰਗਾ ਕੋਈ ਨਹੀਂ ਆਇਆ ਪੰਜਾਬ ਦੀ ਪੋਲਿਟਿਕ ਦਾ ਟੋੜਾ ਸਾਹਿਬ ਨੂੰ ਮਤਲਬ ਮੈਂ ਬਹੁਤ ਮਤਲਬ ਬੜਾ ਸਾਡੇ ਮਨ ਚ ਬੜਾ ਸਤਿਕਾਰ ਆ ਬੈ ਸੀ ਕਾਲਜ ਟਾਈਮ ਤੋਂ ਹੀ ਆ ਜੀ ਜੀ ਹੁਣ ਤਾਂ ਨਹੀਂ ਮੇਰੇ ਇੱਕ ਦੋਸਤ ਮੇਰੇ ਦੋਸਤ ਹੈ ਸੁਖਾ ਕੈਨੇਡਾ ਅਜਕਲ ਫੁੱਟਬਾਲ ਵਾਲਾ ਬੜਾ ਤਕੂ ਉਹਨਾਂ ਦੇ ਫਾਦਰ ਅੰਕਲ ਹੁੰਦੇ ਨਰਮਲ ਸਿੰਘ ਪ੍ਰੋਫੈਸਰ ਉਹ ਟੋੜਾ ਸਾਹਿਬ ਦੀ ਬੜਾ ਮਤਲਬ ਨੇੜੇ ਸੀਗੇ ਨੇੜੇ ਕਹਿ ਲੋ ਵੀ ਟੋੜਾ ਸਾਹਿਬ ਦੇ ਬਹੁਤ ਲੋਕ ਨੇੜੇ ਸੀ ਪਰ ਸਾਡੇ ਚੈਨਲ ਚੋ ਹੀ ਨੇੜੇ ਸੀ ਉਹਨਾਂ ਨੇ ਮੈਨੂੰ ਬੜੇ ਸਾਲ ਟੋੜਾ ਸਾਹਿਬ ਨਾਲ ਮਿਲਾਇਆ ਸੀ ਇੱਕ ਵਾਰ ਇਹ ਗੱਲ ਹੋਣੀ ਹੈ 998 ਦੀ ਹੋਣੀ ਹੈ ਕਾਲਜ ਸੀਗੇ ਤਾਂ ਟੋੜਾ ਸਾਹਿਬ ਦੀ ਪਰਸਨੈਲਿਟੀ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਉਹ ਪ੍ਰਭਾਵਿਤ ਕਰਦਾ ਸੀ ਨੋ ਡਾਊਟ ਉਹ ਪੰਜਾਬ ਦੀ ਪੋਲਿਟਿਕ ਸੀ ਮਤਲਬ ਮੈਂ ਉਹਨਾਂ ਨੂੰ ਪੰਤਖ ਸਿਆਸਤ ਸਾਡੇ ਟਾਈਮਾਂ ਪੁਰਾਣੇ ਟਾਈਮਾਂ 'ਚ ਤਾਂ ਹੋਰ ਵੀ ਵੱਡੇ ਹੋਏ ਹੋਣਗੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਪੋਲਿਟਿਕਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਜ ਜਦੋਂ ਦੀ ਅਸੀਂ ਪੋਲਿਟਿਕਸ ਕਰਨੀ ਸ਼ੁਰੂ ਕੀਤੀ ਹੈ ਜਾਂ ਜਾਂ ਅਸੀਂ ਪੋਲਿਟਿਕ ਸਟੈਬਲਿਸ਼ ਹੋ ਗਏ ਸਟੈਬਲਿਸ਼ ਤੇ ਬੰਦਾ ਵੈਸੇ ساری ਉਮਰ ਹੀ ਨਹੀਂ ਹੁੰਦਾ ਸੰਘਰਸ਼ ਤੇ ਚੱਲਦਾ ਹੀ ਰਹਿੰਦਾ ਲੇਕਿਨ ਜਿੰਨਾਂ ਦਾ ਅਸੀਂ ਥੋੜਾ ਬਹੁਤ ਸਮਝਣਾ ਸ਼ੁਰੂ ਕੀਤਾ ਹੈ ਤੇ ਉਹ ਚਰਵਿੰਦ ਕੇਜਰੀਵਾਲ ਜੀ ਵੀ ਵਨ ਆਫ ਦਾ ਮਤਲਬ ਬੈਸਟ ਪੋਲੀਟੀਸ਼ੀਅਨ ਮੰਨਦੇ ਵੀ ਜਿਨੇ ਇੱਕ ਪੂਰਾ ਇੱਕ ਕੈਰੀਅਰ ਨੂੰ ਛੱਡ ਕੇ ਇੱਕ ਪੋਲੀਟ ਮਤਲਬ ਜਦੋਂ ਮੈਨੂੰ ਯਾਦ ਹੈ ਭਾਵੇਂ ਅਸੀਂ ਬੀਜੇਪੀ ਸੀ 11 12 ਚ ਪਰ ਉਹ ਜਦੋਂ ਰਾਮਲੀਲਾ ਤੋਂ ਬੋਲਦੇ ਸੀ ਸਾਰੇ ਉਸ ਟਾਈਮ ਸਾਰੀ ਦੁਨੀਆ ਸੁਣਦੀ ਸੀ ਉਹਨਾਂ ਨੂੰ ਸੁਣਦੀ ਸੀ ਤੇ ਇਮੋਸ਼ਨਲ ਪੋਲੀਟੀਸ਼ੀਅਨ ਭਗਵੰਤ ਮਾਨ ਹੈ ਮਾਨ ਸਾਹਿਬ ਮਾਨ ਸਾਹਿਬ ਮਤਲਬ ਬਹੁਤ ਇਮੋਸ਼ਨਲ ਮਤਲਬ ਪਤਾ ਨਹੀਂ ਦੁਨੀਆ ਕੀ ਸੋਚਦੀ ਜਿੰਨਾ ਕਿ ਸਾਡਾ ਇੱਕ ਸਾਲ ਤੋਂ ਆ ਆ ਉਹ ਮਤਲਬ ਨਾ ਜਿਤਨਾ ਆ ਆਪਾਂ ਸੋਚਦੇ ਆ ਆਮ ਬੰਦਾ ਸਾਡੇ ਵਰਗਾ ਸੋਚਦਾ ਆ ਕਿਸੇ ਚੀਜ਼ ਬਾਰੇ ਠੀਕ ਹੈ ਕਈ ਵਾਰ ਪੋਜੀਸ਼ਨ ਤੁਹਾਡੀ ਉਹ ਜੀ ਹੁੰਦੀ ਆ ਵੀ ਕੋਈ ਚੀਜ਼ਾਂ ਤੁਸੀਂ ਕਰ ਸਕਦੇ ਹੋ ਕੁਝ ਨਹੀਂ ਕਰ ਸਕਦੇ ਸੀਮ ਵੀ ਨਹੀਂ ਕਰ ਸਕਦੇ ਕੋਈ ਚੀਜ਼ ਨਹੀਂ ਪਰ ਡੈਫੀਨਿਟਿਵ ਸੀਮ ਦਾ ਤਾਂ ਪ੍ਰੋਟੋਕਾਲ ਹੋਰ ਜ਼ਿਆਦਾ ਵੱਜ ਜਾਂਦਾ ਹੋਰ ਵੱਜ ਜਾਂਦਾ ਉਹ ਮਾਨ ਸਾਹਿਬ ਵੀ ਬਹੁਤ ਉਸ ਉਹ ਇਮੋਸ਼ਨਲ ਪੋਲੀਟੀਸ਼ੀਅਨ ਹੈ ਵੀ ਮਤਲਬ ਮੂੰਹ ਤੇ ਹੀ ਹੈ ਜੋ ਐਸਾ ਸਾਹਮਣੇ ਹੀ ਕਰਨਾ ਇਹ ਨਹੀਂ ਆ ਵੀ ਟਿਕੜ ਮਾਲਾਉਣੀਆਂ ਤੇ ਹੈ ਮੈਨੂੰ ਲੱਗਦਾ ਪੋਲੀਟੀਸ਼ੀਅਨ ਮਤਲਬ ਇਮੋਸ਼ਨਲ ਲੋਕਾਂ ਦੇ ਲਈ ਪੋਲਿਟਿਕਸ ਹੁੰਦੀ ਹੋਈ ਨਹੀਂ ਪੈ ਲੱਗਦਾ ਮਤਲਬ ਮੈਂ 네ਗੇਟਿਵ ਨਹੀਂ ਸੋਚਦਾ ਪੋਲਿਟਿਕਸ ਬਾਰੇ ਕਹਿੰਦੇ ਤੇ ਆਈਆਂ ਲੋਕ ਪਰ ਯਾਰ ਜਦੋਂ ਅਸੀਂ ਸੋਚਦੇ ਹਾਂ ਸਿਮਰਨ ਸਰਵਾਈਵ ਨਹੀਂ ਕਰਦਾ ਇਮੋਸ਼ਨਲ ਬੰਦਾ ਪੋਲਿਟਿਕਸ ਚ ਕਿਉਂ ਨਹੀਂ ਹੈ ਸਰ ਕੀ ਲੱਗਦਾ ਤੁਹਾਨੂੰ ਅਟਲ ਬਿਹਾਰੀ ਬਾਜਪੀ ਇਮੋਸ਼ਨਲ ਨਹੀਂ ਹੋਊਗਾ ਕਿ ਕਵੀ ਕਵੀ ਹਰਦੇ ਸੀ ਉਹਦਾ ਜਾਂ ਟੋੜਾ ਸਾਹਿਬ ਨਹੀਂ ਹੋਣਗੇ इमोशनल ਹੋਣਗੇ ਯਾਰ ਬਾਲ ਸਾਹਿਬ ਕਿਉਂ ਨਹੀਂ ਹੋਣਗੇ इमोशनल ਨਹੀਂ ਹੋਣਗੇ ਯਾਰ ਹੋਣਗੇ ਮੇਰੇ ਹਿਸਾਬ ਨਾਲ ਤੇ ਹੋਣਗੇ ਠੀਕ ਹੈ ਕਈ ਸਿਚੁਏਸ਼ਨ ਸਿਚੁਏਸ਼ਨ ਐਵੇਂ ਦੀਆਂ ਬਣ ਜਾਂਦੀਆਂ ਤੁਸੀਂ ਉਸ ਚੀਜ਼ਾਂ ਨੂੰ ਚਾਹ ਕੇ ਵੀ ਮਤਲਬ ਰਿਐਕਟਿਵ ਨਹੀਂ ਕਰ ਸਕਦੇ ਤੇ ਜ਼ਾਹਿਰ ਵੀ ਨਹੀਂ ਕਰ ਸਕਦੇ ਬਾਦਲ ਸਾਹਿਬ ਰਿਐਕਟਿਵ ਨਹੀਂ ਨਾ ਕਰਦੇ ਸੀ ਉਹ ਚਲੋ ਉਹ ਉਹ ਉਹਨਾਂ ਦਾ ਉਹਨਾਂ ਦਾ ਇੰਨਾ ਵੱਡਾ ਐਕਸਪੀਰੀਅੰਸ ਇੰਨਾ ਲੰਮਾ ਪੋਲਿਟੀਕਲ ਕੈਰੀਅਰ ਹੈ ਉਹ ਬਾਲ ਸਾਹਬ ਦੀ ਤੇ ਫਿਰ ਉਹ ਗੱਲ ਹੈ ਹੀ ਸੀ ਨਾ ਐਵੇਂ ਕਹੀਏ ਜੋ ਮਤਲਬ ਜਦੋਂ ਦੇ ਸਾਡੇ ਪਿਓਾਂ ਦੇ ਜਨਮ ਨਹੀਂ ਹੋਏ ਉਦੋਂ ਦੇ ਬਾਲ ਸਾਹਬ ਪੋਲਿਟਿਕਸ ਸੀਗੇ ਜੀ ਤੇ ਉਹ ਫਰਕ ਤੇ ਦੇਖੋ ਡੂੰਘਾਈ ਤੇ ਹੈ ਹੀ ਆ ਪੰਜ ਛੇ ਵਾਰ ਪੰਜਾਬ ਦੀ ਪੋਲਿਟਿਕਸ ਚ ਕੌਣ ਵਧੀਆ ਲੱਗਦਾ ਪੰਜਾਬ ਦੇ ਤੁਸੀਂ ਦੋ ਰਾਏ ਨਹੀਂ ਸਾਡਾ ਸਾਡੇ ਤੇ ਸਾਡੇ ਸੀਐਮ ਮੈਂ ਸਾਡਾ ਆਪਣਾ ਸੀਐਮ ਇਸ ਟਾਈਮ ਪੰਜਾਬ ਦਾ ਸੀਐਮ ਜਿਹੜਾ ਮੈਨੂੰ ਤੇ ਮੌਜੂਦਾ ਪੋਲਿਟਿਕਸ ਜਿੰਨੀ 10 ਸਾਲ 10 12 ਸਾਲ ਹੋ ਗਏ ਸਾਨੂੰ ਪੰਜਾਬ ਪੋਲਿਟਿਕਸ ਐਕਟਿਵ ਪੰਜਾਬ ਪੋਲਿਟਿਕ ਉਸ ਤੋਂ ਵਧੀਆ ਤਾਂ ਨਹੀਂ ਮੈਨੂੰ ਕਿਸੇ ਨੇ ਪ੍ਰਭਾਵਿਤ ਕੀਤਾ ਜੋ ਕੋਈ ਪ੍ਰਭਾਵਿਤ ਕਰਦਾ ਚੰਗਾ ਲੱਗਦਾ ਕਿਸੇ ਦੀ ਕੋਈ ਗੱਲ ਚੰਗੀ ਲੱਗਦੀ ਹੁੰਦੀ ਹੈ ਕਈ ਵਾਰ ਇਹਦੇ ਚ ਦੇਖੋ ਪ੍ਰਗਟ ਸਿੰਘ ਮੈਚੁਰ ਗੱਲ ਕਰਦੇ ਆ ਹਮ ਬਾਜਵਾ ਸਾਹਿਬ ਵੀ ਕੁਝ ਪੱਖ ਉਹਨਾਂ ਦੇ ਬੜੇ ਵਧੀਆ ਐਵੇਂ ਕਹੀਏ ਕਿਉਂਕਿ ਐਕਸਪੀਰੀਅੰਸ ਹੈ ਉਹਨਾਂ ਕੋਲ ਔਰ ਉਹਨਾਂ ਕੋਲ ਦਿੱਖਦਾ ਜਿਹੜੀ ਗੱਲ ਹੈਗੀ ਹੈ ਤੇ ਬਰਾੜ ਸਾਹਿਬ ਚਲੋ ਉਹਨਾਂ ਨੂੰ ਅਸੀਂ ਆਪਣੇ ਟਾਈਮ ਲਈ ਨਹੀਂ ਗਿਣ ਸਕਦੇ ਉਹ ਮੇਨਸਟ੍ਰੀਮ ਚੈਸਟੰਬਾਰ ਹਨ ਹਾਂ ਵੀਰ ਦਵਿੰਦਰ ਜੀ ਦਾ ਮੈਂ ਕੋਈ ਵੀ ਮਤਲਬ ਇੰਟਰਵਿਊ ਨਹੀਂ ਮਿਸ ਕਰਦਾ ਸੀ ਚਲੇ ਗਏ ਪ੍ਰਮਾਤਮਾ ਉਹਨਾਂ ਨੂੰ ਹੁਣ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਪਰ ਹਾਈਲੀ ਇੰਟੈਲੈਕਚੁਅਲ ਔਰ ਬਹੁਤ ਬੈਲੈਂਸਡ ਤੇ ਸਿਆਣੀ ਤੇ ਸੁਲਜੀ ਤੇ ਪੰਥਕ ਤੇ ਹਲ ਕਰਨੀ ਆਪਣੇ ਸਪੀਕਰ ਸਾਹਿਬ ਵੀ ਬੜੇ ਮਤਲਬ ਇਕ ਹੋਰਾ ਹੈਗਾ ਉਹਨਾਂ ਦਾ ਵੀ ਪੋਲਿਟਿਕਸ ਸੰਨਵਾ ਸਾਹਿਬ ਦਾ ਵੀ ਜਿਹੜਾ ਹੈ ਮੈਂ ਵੇਖਿਆ ਨਾ ਵੀ ਅਸੀਂ ਉਦੋਂ ਵੀ ਬਾਲ ਸਾਹਿਬ ਸੀਐਮ ਸੀਗੇ ਉਦੋਂ ਵੀ ਕਈ ਵਾਰ ਵਿਧਾਨ ਸਭਾ ਚ ਜਾਇਦਾ ਸੀ ਦੇਖਣ ਤੇ ਕਾਂਗਰਸ ਟਾਈਮ ਵੀ ਜਾਂਦੇ ਰਹੇ ਸ਼ਾਸਨ ਦੇਖਣ ਤੇ ਜਿਤਨਾ ਇਹਨਾਂ ਨੇ ਸੰਨਵਾ ਸਾਹਿਬ ਨੇ ਹਾਊਸ ਨੂੰ ਕੰਡਕਟ ਕੀਤਾ ਪਿਛਲੇ ਡੇਢ ਸਾਲ ਚ ਬੜੇ ਮੈਚੁਰਲੀ ਹੋਰ ਸਾਰੇ ਨਾਲ ਕੋਈ ਕੰਟਰੋਵਰਸਰੀ ਨਹੀਂ ਆਪੋਜੀਸ਼ਨ ਨਾਲ ਉਹ ਤਾਂ ਕਹਿੰਦੇ ਹਾਈ ਕੋਰਟ ਕਹਿੰਦੇ ਸਾਨੂੰ ਕੈਮਰਾ ਚੂਕ ਕਰਕੇ ਨਹੀਂ ਬਿਠਾਉਂਦੇ ਚਲੋ ਉਹ ਉਹ ਪੋਲਿਟਿਕਸ ਹੋ ਗਈ ਤੁਸੀਂ ਮੈਂ ਤੇ ਬਿਯੋਂਡ ਪੋਲਿਟਿਕਸ ਗੱਲ ਕਰ ਰਿਹਾ ਨਹੀਂ ਦੇਖੋ ਇਹ ਤੇ ਫਿਰ ਲਾਈਵ ਸਿਮਰਨ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤਾ ਨਹੀਂ ਉਹ ਤਾਂ ਬਹੁਤ ਵਧੀਆ ਕਰਦੇ ਲਾਈਵ ਕੀਤਾ ਕੀਤਾ ਤਾਂ ਉਹ ਤਾਂ ਚੰਗੀ ਹੈ ਟਰਾਂਸਪਰੈਂਸੀ ਤੇ ਲਿਆਉਂਦੀ ਹੈ ਨਾ ਲੋਕਾਂ ਨੂੰ ਪਤਾ ਲੱਗਦਾ ਅੰਦਰ ਹੁੰਦਾ ਕੀ ਚੀਜ਼ ਲਿਆਉਂਦੀ ਹੈ ਇਹ ਤਾਂ ਵਧੀਆ ਗੱਲ ਹੈ ਹਾਂ ਤੇ ਬਾਕੀ ਸੁਧਾਰ ਦੀ ਗੁੰਜਾਇਸ ਤੇ ਹਮੇਸ਼ਾ ਰਹਿੰਦੀ ਆ ਇਹ ਨਹੀਂ ਹੈਗਾ ਵੀ ਸਾਰੀਆਂ ਚੀਜ਼ਾਂ ਮਤਲਬ ਫੁੱਲ ਮਤਲਬ ਹਰ ਚੀਜ਼ ਸੁਧਾਰ ਦੀ ਗੁੰਜਾਇਸ ਅੱਛਾ ਗਾਣੇ ਗੁਣੇ ਸੁਣਦੇ ਹੋ ਗਾਣੇ ਪਹਿਲਾਂ Nusrat Fateh Ali Khan ਨੂੰ ਸੁਣੀਦਾ ਸੀ ਕਾਲਜ ਟਾਈਮ ਹੁਣ ਨਹੀਂ ਸੁਣਿਆ ਕਦੀ ਜਾਂ ਮਾਨ ਸਾਹਿਬ ਨੂੰ ਸੁਣੀ ਗੁਰਦਾਸ ਮਾਨ ਨੂੰ ਬੱਬੂ ਮਾਨ ਬੱਬੂ ਮਾਨ ਨੂੰ ਮੈਂ ਵੀ ਕਹਾਂ ਮਤਲਬ ਦੋਸਤੀ ਵਧੀਆ ਪਿਆਰ ਹੈ ਛੋਟੂ ਵੀ ਪਾਈ ਸੀ ਥੋੜੇ ਦਿਨ ਲਈ ਯਾ ਮੈਂ ਨਹੀਂ ਵਧੀਆ ਪਿਆਰ ਹੈ ਮਤਲਬ ਮੈਂ ਐਵੇਂ ਕਮਾ ਵੀ ਮੈਂ ਬਹੁਤ ਜ਼ਿਆਦਾ ਤਨੀ ਇਨਾ ਸੁਣਿਆ ਪਰ ਸੁਣਦੇ ਆ ਕੋਈ ਗਾਣੇ ਉਹਨਾਂ ਦੇ ਵੀ ਪਰ ਭਗਵਾਨ ਆਪਣਾ ਗੁਰਦਾਸ ਮਾਨ ਪਹਿਲੇ ਹੀ ਭਗਵਾਨ ਤਮਾਨ ਹੁਣ ਮਾਨਾ ਦਾ ਦਬਦਬਾ ਪਾਉਣਾ ਪੰਜਾਬ ਚ ਮਾਨਾ ਦਾ ਦਬਦਬਾ ਹੀ ਬੜਾ ਪੰਜਾਬ ਚ ਤੇ ਗੁਰਦਾਸ ਮਾਨ ਸਾਹਿਬ ਪੰਜਾਬੀ 뮤직 ਇੰਡਸਟਰੀ ਪਰ ਮੈਂ ਸੁਣਦਾ ਨਹੀਂ ਹੁਣ ਨਹੀਂ ਸੁਣਦਾ ਹੂੰ ਕਈ ਸਾਲਾਂ ਤੋਂ ਨਾ ਮੈਨੂੰ ਸ਼ੌਂਕ ਵੀ ਨਹੀਂਗਾ ਮੈਨੂੰ ਐਵੇਂ ਮੈਂ ਕਮ ਨਾ ਫਿਲਮਾਂ ਭੁਲਮਾ ਦਾ ਨਾ ਇਹ ਕੋਈ ਸ਼ੌਂਕ ਨਹੀਂ ਗੇ ਫਿਲਮਾਂ ਦੇਖਦੇ ਬਹੁਤ ਘੱਟ ਬਹੁਤ ਘੱਟ ਲਾਸਟ ਕਿਹੜੀ ਦੇਖੀ ਸੀ ਘਰ ਇਹ ਹੀ ਦੇਖੀ ਹੋਗੀ ਕੋਈ ਮਤਲਬ ਸਿਨਮੇ ਚ ਦੇਖੀ ਨਹੀਂ ਕਈ ਸਾਲ ਹੋ ਗਏ ਘਰ ਦੇਖੀ ਹੋਗੀ ਜਿਹੜੀ ਉਹ ਵਾਈ ਸੀ ਨੈਟਫਲਿਕਸ ਤੇ ਕੋਹਰਾ ਹਾਂ ਕੋਹਰਾ ਕੋਹਰਾ वो थोड़े देख सारी नहीं देखी एक मैं देखी सच हाँ ये आई आ जेडे इज़राइली जी इन इंटैलीजेंस एजेंसी है ना वो उन्होंने एक मूवी देखी मैंने नाम नहीं याद आ परसों ही देखी मसात मसाते मसात वो देखी बड़ी इंट्रस्टिंग थी ਐ ਮੈਂ ਅਸਲ ਮਤਲਬ Netflix ਵਗੈਰਾ ਸੀਰੀਜ਼ ਵਗੈਰਾ ਵੇਖਦੇ ਹਾਂ ਨਹੀਂ ਘਟ ਮਤਲਬ ਐ ਹੀ ਕਿ ਤਰ੍ਹਾਂ ਜਦੋਂ ਲੱਗਿਆ ਹੁੰਦਾ ਕਈ ਵਾਰ ਮੈਨੂੰ ਮੈਂ ਤੈਨੂੰ ਦੱਸਾਂ ਮੈਨੂੰ ਮੈਨੂੰ ਪਹਿਲਾ ਸ਼ੌਂਕ ਹੈ NBA ਦੇਖਣ ਦਾ ਉਹ ਮੈਂ ਸਵੇਰੇ ਜਦੋਂ ਮੈਨੂੰ ਟਾਈਮ ਲੱਗ ਜੇ ਮੈਂ ਅੱਧਾ ਘੰਟਾ ਘੰਟਾ ਵੇਖਣਾ ਪੋਲਿਟਿਕਸ ਐ ਹੁਦੀ ਚੀਜ਼ ਹੈ ਨਾ ਬੰਦਾ ਛੁੱਟੀ ਨਹੀਂ ਲੈ ਸਕਦਾ ਛੁੱਟੀ ਕੋਈ ਨਹੀਂ ਛੁੱਟੀ ਕੋਈ ਨਹੀਂ ਹਮ ਬਿਮਾਰ ਵੀ ਹੋਵੇ ਕਈ ਨਹੀਂ ਮੇਰੇ ਅਰ ਕਈ ਫੋਨ ਲਾਉਂਦਾ ਰੈਕਸ਼ਨ ਦੋ ਜੀ ਨਹੀਂ ਇਹ ਬਿਮਾਰ ਤੁਹਾਨੂੰ ਪਾਰਟੀ ਵੱਲੋਂ ਫੋਨ ਆ ਗਿਆ ਹਾਂ ਤੇ ਮੈਂ 1.5 ਸਾਲ ਹੋ ਗਿਆ ਪਾਰਟੀ ਨੇ ਮੈਨੂੰ ਚੀਫ ਸਪੋਕਸਪਰਸ ਬਣਾਇਆ ਤੇ ਕੋਈ ਮੈਨੂੰ ਕਹਦੇ ਵੀ ਇੱਕ ਵਾਰ ਵੀ ਮੈਂ ਜਵਾਬ ਦਿੱਤਾ ਹੋਏ ਵੀ ਅਭੀ ਆਣਾ ਹੈ ਯਹਾਂ ਰਿਐਕਟ ਕਰਨਾ ਹੈ ਜਾਂ ਤੁਸੀਂ ਪ੍ਰੈਸ ਕਾਨਫਰੈਂਸ ਕਰਨੀ ਹੈ ਜਾਂ ਕਿਸੇ ਚੈਨਲ ਦਾ ਆਪ ਆਜੇ ਤੇ ਮੈਂ ਕਦੀ ਜਵਾਬ ਨਹੀਂ ਤੇ ਭਾਵੇਂ ਮੈਂ ਬਿਮਾਰ ਐ ਨਹੀਂ ਬਿਮਾਰ ਮੈਂ ਮਤਲਬ ਨਹੀਂ ਦੇ ਸਕਦੇ ਤੁਸੀਂ ਕੰਟਰੋਲ ਕਿੰਨਾ ਕਰਾਂਗਾ ਦਿੱਲੀ ਵਾਲਾ ਕਹਿੰਦੇ ਵਾਵਾ ਕੰਟਰੋਲ ਦੇ ਹੈ ਨਹੀਂ ਦੇਖੋ ਤੁਹਾਨੂੰ ਉਚਨ ਲੱਗਿਆ ਇਸ ਤਰ੍ਹਾਂ ਸਭਨ ਪਾਰਟੀਆਂ ਐ ਐਸੇ ਦਿੱਲੀ ਵਾਲਾ ਨੂੰ ਵੀ ਪੁੱਛ ਲਿਆ ਸੀ ਮੈਂ ਸੰਜੇ ਸਿੰਘ ਬੈਠੇ ਸੀ ਮੇਰੇ ਕੋਲੇ ਮੈਂ ਕਿਹਾ ਵੀ ਕਿਵੇਂ ਕੰਟਰੋਲ ਕਰਨੇ ਨਹੀਂ ਨਹੀਂ ਯਾਰ ਉਜੀ ਤਾਂ ਕੋਈ ਗੱਲ ਨਹੀਂ ਮੈਨੂੰ ਆਵੇ ਦੇਖੋ ਸਿਮਰਨ estranda ਆ ਸਾਡੀ ਨੈਸ਼ਨਲ ਪਾਰਟੀ ਹੈ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਹੈਡ ਹੈ ਪਾਰਟੀ ਦੇ ਤੇ ਤੁਸੀਂ ਇਹ ਕਦੀ ਕੋਈ ਇਮੇਜਨ ਕਰ ਸਕਦਾ ਵੀ ਪਾਰਟੀ ਦੇ ਲੀਡਰਸ਼ਿਪ ਨਾਲ ਕੰਸਲਟੇਸ਼ਨ ਤੋਂ ਬਿਨਾ ਸਲਾਮ ਮਿਚਰੇ ਤੋਂ ਕੋਈ ਫੈਸਲੇ ਹੋਣੇ ਵੀ ਨਹੀਂ ਚਾਹੀਤੇ ਤੁਸੀਂ ਪਾਰਟੀ ਸਲਾਮ مشوره ਨਾਲ ਚੱਲਦੀ ਹੈ ਉੱਚ ਦਿੱਲੀ ਵਾਲਿਆਂ ਦਾ ਵੀ ਰੋਲ ਹੈ ਪੰਜਾਬ ਵਾਲਿਆਂ ਦਾ ਵੀ ਰੋਲ ਹੈ ਉਹਦੇ ਵਿੱਚ ਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂਗਾ ਪਰ ਇਹ ਦਿੱਲੀ ਵਾਲਿਆਂ ਦਾ ਰੋਲ ਇਹ ਤਾਂ ਨਹੀਂ ਕਾ ਵੀ ਉਹ ਕਹਿੰਦੇ ਵੀ ਆਹੀ ਗੱਲ ਹੈ ਤੇ ਇਹੀ ਸਹੀ ਹੈ ਜਿਹੜੀ ਮਾਨ ਸਾਹਿਬ ਸਿਮ ਬਤੌਰ ਚੀਫ ਮਿਨਿਸਟਰ ਉਹਨਾਂ ਦੀ رائے ਆ ਬਤੌਰ ਪਾਰਟੀ ਹੈਡ ਅਰਵਿੰਦ ਜੀ ਦੀ رائے ਆ ਤੇ ਸਾਰੀ ਪਾਰਟੀ ਦੀ ਲੀਡਰਸ਼ਿਪ ਕੰਸਲਟੇਸ਼ਨ ਨਾਲ ਸਲਾਹ مشورے ਨਾਲ ਚੱਲਦੀ ਹੈ ਇਹ ਇੱਚ ਤੇ ਮਤਲਬ ਮੈਂ ਆਖਰੀ 2-3 ਮਿੰਟ ਲੈਣੇ ਆ ਕਾਫੀ ਟਾਈਮ ਹੋ ਗਿਆ ਪਤਾ ਲੱਗਿਆ ਕਿੰਨਾ ਟਾਈਮ ਹੋ ਗਿਆ ਹੋਊਗਾ ਮੈਨੂੰ ਵਾਹ ਹੀ ਟਾਈਮ ਹੋ ਗਿਆ ਆਪਾਂ ਤੋਂ ਆਪਾਂ ਨੂੰ ਹੋ ਗਿਆ ਤਕਰੀਬਨ ਸਵਾ ਘੰਟਾ ਹੋ ਗਿਆ ਆਪਾਂ ਨੂੰ ਜਾਂਦੇ ਹੋ ਗਿਆ ਵਾਵਾ ਹੋ ਗਿਆ ਦੋ ਗੱਲਾਂ ਮੈਂ ਯੂਨੀਵਰਸਿਟੀ ਦੀਆਂ ਅੱਜ ਦੱਸਣੀਆਂ ਮੇਰੇ ਬੜੇ ਇੰਟਰਸਟਿੰਗ ਇਨਸਟੈਂਸ ਹੈ ਉਹ ਮੈਂ ਮੈਂ ਰਹਿ ਗਏ ਮੈਂ ਨਾ ਜਿਹੜੀ ਡੈਸਟਨੀ ਹੈ ਮਤਲਬ ਪ੍ਰਮਾਤਮਾ ਰਾਹ ਬਣਾਉਂਦਾ ਹੈ ਸਿਮਰੋ ਨਾ ਆਪਣੇ ਹੱਥ ਚ ਨਹੀਂ ਹੁੰਦਾ ਮੈਨੂੰ ਮੈਂ ਇਹ ਗੱਲ ਹਰ ਥਾਂ ਸੁਣਾਉਣਾ ਜਿੱਥੇ ਗੱਲ ਚੱਲ ਜੇ ਨਾ ਜੀ ਜੀ ਕਿ ਕਿਤਰਾ ਮੈਂ ਨਾ ਮੇਰੀ ਮਾਈਗ੍ਰੇਸ਼ਨ ਹੋਈ ਸਕੂਲਿੰਗ ਸੀਗੀ ਉਧਰ ਦੀ ਐਮਪੀ ਦੀ ਕਾਲਜ ਚ ਮੈਂ ਲੁਧਿਆਣਾ ਆ ਗਿਆ ਉਹ ਤੋਂ ਮਾਈਗ੍ਰੇਸ਼ਨ ਸਰਟੀਫਿਕੇਟ ਜਮਾ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਹੋਣਾ ਸੀ ਪੰਜਾਬ ਯੂਨੀਵਰਸਿਟੀ ਦਾ ਕਾਲਜ ਲੁਧਿਆਣਾ ਜੀ ਸਿਮਰਨ ਮੈਂ ਨਾ ਇੱਕ ਤੇ ਚੰਡੀਗੜ੍ਹ ਜਾਣ ਦਾ ਚਾਹ ਹੁੰਦਾ ਸੀ ਤੇ ਮੈਂ ਬੱਸ ਫੜੀ ਸਵੇਰੇ 7 ਵਜੇ ਉੱਥੋਂ ਚੰਡੀ ਲੁਧਿਆਣਿਓ ਤੇ 9 ਵਜੇ ਮੈਂ ਸ਼ਾਰਪ 17 ਬੱਸ ਸਟੈਂਡ ਹੁੰਦਾ 43 ਤੋਂ ਬਾਅਦ ਚ ਬਣਿਆ ਨਾ ਮੈਂ ਰਿਕਸ਼ਾ ਕਰਕੇ 9:30 ਵਜੇ ਮੈਂ ਐਡਮਿਨਿਸਟ੍ਰੇਟਿਵ ਬਲਾਕ ਦੇ ਬਾਹਰ ਬਹਿ ਗਿਆ ਹਾਂ ਹੁਣ ਤੇ ਪਹਿਲਾਂ ਨਾ ਉਰਲੇ ਪਾਸੇ ਬੈ ਇਹਨੂੰ ਬੈਕ ਸਾਈਡ ਕਹ ਲੂਗੇ ਤੁਸੀਂ ਇੱਕ ਤਾਂ ਫਰੰਟ ਮੇਨ ਗੇਟ ਹੋ ਗਿਆ ਪਰਲੀ ਸਾਈਡ ਹਾਂਜੀ ਇੱਕ ਬੈਕ ਸਾਈਡ ਆ ਦੁਕਾਨਾਂ ਦੀ ਜਿੱਥੇ ਬੇਸ ਥੱਲੋਂ ਦੀ ਜਾਈਦਾ ਫੀ ਕਾਊਂਟਰ ਬਣਿਆ ਐਡਮਨਿਸਟ੍ਰੇਟਿਵ ਬਲਾਗ ਦੇਖਿਆ ਨਾ ਪੰਜਾਬ ਯੂਨੀਵਰਸਿਟੀ ਦਾ ਐਡਮ ਬਲਾਗ ਜਿਹਨੂੰ ਕਹਿੰਦੇ ਆ ਉੱਥੇ ਦੁਕਾਨਾਂ ਹੁੰਦੀਆਂ ਸੀ ਸਮੋਸੇ ਦੀਆਂ ਹੁਣ ਨਹੀਂ ਆਈਆਂ ਹੁਣ ਸਾਰਾ ਉੱਥੇ ਸਾਰਾ ਉੱਥੇ ਨਾ ਸਿਮਰਨ ਸਿਕਿਉਰਿਟੀ ਵਾਲਿਆਂ ਨੇ ਰੋਕ ਲਿਆ 9:30 ਵਜੇ ਮੈਂ ਕਿਹਾ ਯਾਰ ਮੈਂ ਨਾ ਮਾਈਗ੍ਰੇਸ਼ਨ ਸਰਟੀਫਿਕੇਟ ਜਮ੍ਹਾਂ ਕਰਉਣਾ ਆਰਐਨਐਸ ਬ੍ਰਾਂਚ ਤੇ ਲੁਧਿਆਣੇੋਂ ਮੈਂ ਆਇਆ ਕਹਿੰਦਾ ਨਹੀਂ ਜੀ ਅ ਲੰਚ ਟਾਈਮ ਕੇ ਬਾਅਦ ਮੈਂ ਕਹਾਂ ਲੰਚ ਟਾਈਮ ਕਿੰਨੇ ਵਜੇ ਕਹਿੰਦਾ 1:30 ਵਜੇ ਮੈਂ ਕਿਹਾ ਯਾਰ ਮੈਂ ਮੈਂ ਵਾਪਸ ਜਾਣਾ ਕਹਿੰਦਾ ਨਹੀਂ ਨਹੀਂ ਆਪ ਨਹੀਂ ਜਾ ਸਕਤੇ ਜਾਓ ਉਹ ਦਬਕੇ ਮਾਰੇ ਉਹਨੇ ਮੈਨੂੰ ਤੇ ਆਪਣਾ ਕੀ ਬਸ ਹੁੰਦਾ ਮੈਂ ਨਾ ਉਸਮੋਸੇ ਵਾਲੇ ਕੋਈ ਦੁਕਾਨ ਤੇ ਬਹਿ ਗਿਆ ਤੇ 2:30 ਵਜੇ ਮੈਂ ਫੇਰ ਗਿਆ ਕਹਿੰਦਾ ਜੀ ਰੁਕ 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 ਰੋ ਕਰਦੇ ਕਰਉਂਦੇ ਨੇ ਮੇਰੇ 3:30 ਵਜਾ ਤੇ 3:30 ਵਜੇ ਮੈਂ ਗਿਆ ਫਰਸਟ ਫਲੋਰ ਆਰਡਰਸ ਬ੍ਰਾਂਚ ਮੈਂ ਆਪਣਾ ਸਰਟੀਫਿਕੇਟ ਦਿੱਤਾ ਉਹਨੇ ਰਜਿਸਟਰ ਚ ਨੋਟ ਕੀਤਾ 10 ਮਿੰਟ ਲੱਗੇ ਉਹਨੇ ਮੈਕਸਿਮਮ 10 ਮੈਂ ਚਲੇ ਗਿਆ ਇਹ ਗੱਲ ਹੈਗੀ ਆ 97 ਦੀ ਹੈ 2004 ਚ ਚੀਫ ਸਿਕਿਉਰਿਟੀ ਅਫਸਰ ਰਿਟਾਇਰ ਹੋ ਗਿਆ ਪੰਜਾਬ ਨੂੰ 2004 ਜਾਂ 5 ਦੀ ਗੱਲ ਮੈਂ ਸੈਨੇਟ ਦਾ ਮੈਂਬਰ ਸੀ ਜੀ ਮੈਂ ਦਿਨ ਦੱਸਣਾ ਕਿਤਰਾ ਬਦਲਦਿਆ ਚੀਫ ਸਿਕਿਉਰਿਟੀ ਅਫਸਰ ਦੀ ਇੰਟਰਵਿਊ ਰੱਖ ਲਈ ਵਾਈਸ ਚਾਂਸਲਰ ਨੇ ਤੇ ਮੈਨੂੰ ਉਸ ਕਮੇਟੀ ਦਾ ਚੇਅਰਮੈਨ ਲਾਇਆ ਜੀ ਮੈਂ ਸਭ ਤੋਂ ਹਟਾ ਤੇ ਮੇਰੇ ਨਾਲ ਮੈਂਬਰ ਪਤਾ ਕੋਣ ਡੀਜੀਪੀ ਡੋਗਰਾ ਸਾਹਿਬ ਜਿਹੜੇ ਰਿਟਾਇਰ ਡੀਜੀਪੀ तो जस्टिस जैन होंगे से हाईकोर्ट तो रिटायर वो भी सैनेट से दो हज़ार चार वाली सैनेट वो नोमीनेटेड सी इंडियन गौरमेंट मैं चेयरमैन तो बीसी सिट रूम च बैठा तो मैं सोचा रबा उधर मैंने सिक्योरिटी वाले गार्ड ने बहरों मोड़ता से अब मैं चीफ सिक्योरिटी अफसर की सिलैक्शन नहीं बैठा <laughs> रब दे रंग यार है मतलब सोच सक मतलब मैं ना रभी परमात्मा क्या दिन दिखाए चलो एक ये गल हुई ਇਹ 3 ਸਪੋਰਟਸ ਨਾਲ ਗਣਿਆ ਸਿਮਰਨ ਅਸੀਂ ਹੁੰਦੇ ਸੀ ਲੁਧਿਆਣੇ ਉਹਨਾਂ ਕੈਂਪ ਲਾਉਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੁਹਾਨੂੰ 6 ਨੰਬਰ ਹੋਸਟਲ ਚ ਨਾ ਸ਼ਰਮਾ ਜੀ ਠੇਕੇਦਾਰ ਹੁੰਦੇ ਸੀ ਹੁਣ ਵੀ ਹੈਗੇ ਆ ਜੀ ਹੁਣ 6 ਚ ਹੋਣਗੇ ਜਾਂ ਕਿਸੇ ਹੋਰ ਚ ਹੋਣਗੇ ਜੀ ਉੱਥੇ ਨਾ ਅਸੀਂ ਖਾਤਾ ਖਲਾ ਲੈਂਦੇ ਸੀ ਸਾਰੀ ਟੀਮ ਯੂਨੀਵਰਸਿਟੀ ਸਾਨੂੰ ਪੇ ਕਰਦੀ ਸੀ ਜੀ ਜੇ ਤਰਾ ਤੁਸੀਂ ਕੈਂਪ ਲੋ ਨਾ ਤੁਹਾਨੂੰ ਕਿ ਕੈਂਪ ਚ ਉਦੋਂ 75 ਰੁਪਏ ਮਿਲਦੇ ਸੀ ਐਵਰੀ ਪਰ ਡੇ ਡਾਈਟ ਡਾਈਟ ਦੇ ਪੈਸੇ ਡੀਐਮਐਲ ਦਾ ਡਾਈਟ ਡੀਐਨ ਡੀਏ ਤੇ ਹੋਰ ਹੋ ਗਿਆ ਨਾ ਇਹ ਡਾਈਟ ਅਲਾਉਂਸ ਕਹ ਲੋ ਖਾਣੇ ਪੀਣੇ ਦਾ ਪਲੇਅਰਾਂ ਨੂੰ ਕੈਂਪ ਚ ਅਸੀਂ ਉਹਨੂੰ ਕਹਿ ਦਿੰਦੇ ਨੇ ਜਿੱਦਨ ਸਾਨੂੰ ਪੈਸੇ ਮਿਲੂਗੇ ਨਾ ਉਸ ਦਿਨ ਤੇਰਾ ਹਿਸਾਬ ਕਰਤਾ ਇਕੱਠਾ ਹੈ ਨਾ ਅਸੀਂ ਤਿੰਨ ਚਾਰ ਜਣੇ ਸੀਗੇ ਲੁਧਿਆਣੇ ਵਾਲੇ ਤਿਆਰਨ ਕਿ ਲੁਧਿਆਣੇ ਪੰਜ ਛੇ ਪੱਕੇ ਹੁੰਦੇ ਸੀ ਕੈਂਪ ਚ ਤੇ ਉਹ ਨਾ ਕਹਿੰਦਾ ਠੀਕ ਹੈ ਜੀ ਅਸੀਂ ਉਹਦਾ ਹਿਸਾਬ ਕਰ ਇੱਕ ਸਾਲ ਕੀ ਹੋਇਆ ਵੀ ਸਾਡਾ ਇੱਕ ਦੋਸਤ ਨਾ ਹਿਸਾਬ ਨਹੀਂ ਕਰਕੇ ਗਿਆ ਉਹਦਾ ਹੂੰ ਉਹ ਬਈ ਅਸੀਂ ਸਾਫ ਕਰਨ ਉਹ ਗੈ ਕਰਕੇ ਆਪਣਾ ਦੋ ਜਾਣੇ ਤੇ ਉਹ ਇੱਕ ਨਹੀਂ ਕਰਕੇ ਉਹ ਚਲੋ ਅਗਲੇ ਸਾਲ ਜਦੋਂ ਅਸੀਂ ਆਇਆ ਨਾ ਉਹ ਮੈਨੂੰ ਠੇਕੇਦਾਰ ਕਹਿੰਦਾ ਅੱਜ ਵੀ ਹੈਗਾ ਆ ਉਹਨੂੰ ਕਰ ਲਿਓ ਪਤਾ ਜੀ ਜੀ ਉਹ ਕਹਿੰਦਾ ਜੀ ਨਹੀਂ ਮੈਂ ਨਹੀਂ ਖਾਤਾ ਖੋਲਣਾ ਐਡਵਾਂਸ ਦੋ ਮੈਂ ਕਹਿਆ ਯਾਰ ਜਦੋਂ ਸਾਨੂੰ ਪੈਸੇ ਮਿਲਣਗੇ ਨਾ ਅਸੀਂ ਤੈਨੂੰ ਦੇ ਦਾਂਗੇ ਜੀ ਵੀ ਅਸੀਂ ਕਿੱਥੋਂ ਮਤਲਬ ਕਹਿੰਦਾ ਨਹੀਂ ਨਹੀਂ ਤੁਹਾਡਾ ਬੰਦਾ ਪਿਛਲੀ ਵਾਰ ਮੇਰੇ ਪੈਸੇ ਮਾਰ ਗਿਆ ਸੀ ਮੈਨੂੰ ਨਹੀਂ ਭਰੋਸਾ ਤੁਹਾਡੇ ਤੇ ਮੈਨੂੰ ਐਡਵਾਂਸ ਦੋ ਰੋਜ਼ ਖਾਓ ਤੇ ਆਪਣਾ ਬਿੱਲ ਕਟਾਈ ਜੀ ਹੋਇਆ ਕਿ ਮੈਂ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ 2002 ਚ ਬਣਿਆ ਪਹਿਲੀ ਵਾਰ ਹੂੰ 2002 ਦੀ ਹੀ ਗੱਲ ਹੈ 6 ਨੰਬਰ ਹੋਸਟਲ ਸਟ੍ਰਾਈਕ ਕਰਤੀ ਬੱਚਿਆਂ ਨੇ ਹੂੰ ਬੱਚਿਆਂ ਨੇ ਸਟ੍ਰਾਈਕ ਕਰਤੀ ਮੈਂ ਰੰਦਾ ਹੀ ਇੱਕ ਨੰਬਰ ਹੋਸਟਲ ਚ ਇੱਕ ਨੰਬਰ ਹੋਸਟਲ ਚ ਵੀ ਸਾਡੇ ਸ਼ਰਮਾ ਜੀ ਠੇਕੇਦਾਰ ਹੁੰਦੇ ਸੀ ਡੈਥ ਹੋ ਗਈ ਉਹਨਾਂ ਦੀ ਬਹੁਤ ਵਧੀਆ ਬੰਦੇ ਸੀ ਬਹੁਤ ਸ਼ਾਨਦਾਰ ਤੇ ਉਹ ਮੇਰ ਕੋ ਨਾ 6 ਨੰਬਰ ਵਾਲੇ ਠੇਕੇਦਾਰ ਨੂੰ ਲੈ ਕੇ ਆ ਗਏ ਪ੍ਰਧਾਨ ਦੇ ਦਫ਼ਤਰ ਸੁਣਨ ਵਾਲੀ ਗੱਲ ਹੈ ਮੈਨੂੰ ਕਹਿੰਦੇ ਵੀ ਪ੍ਰਧਾਨ ਜੀ ਇਹ ਠੇਕੇਦਾਰ ਸਾਹਿਬ ਦਾ ਨਾ ਠੇਕਾ ਕੈਨਸਲ ਕਰਤਾ 6 ਨੰਬਰ ਵਾਲੇ ਦਾ ਇਹ ਮੇਰਾ ਰਿਸ਼ਤੇਦਾਰ ਹੈ ਉਹ ਮੈਨੂੰ ਕਹਿੰਦਾ ਜੀ ਸਰਕੰਗ ਸਾਹਿਬ ਮੈਨੂੰ ਨਾ 20 ਸਾਲ ਹੋ ਗਏ ਉਹੀ ਬੰਦਾ ਉਹੀ ਬੰਦਾ ਜਿਹਨੇ ਮੇਰਾ ਖਾਤਾ ਨਹੀਂ ਖੋਲਿਆ ਖਾਤਾ ਨਹੀਂ ਜਣਾ ਕਹਿੰਦਾ ਗੰਗ ਸਾਹਿਬ ਮੈਨੂੰ ਨਾ 20 25 ਸਾਲ ਹੋ ਗਏ ਮੇਰੀਆਂ ਬੱਚੀਆਂ ਹੁਣ ਜਵਾਨ ਹੋ ਗਿਆ ਬਿਆਉਣ ਵਾਲੀਆਂ ਤੇ ਮੈਂ ਕਿੱਥੇ ਜਾऊं ਮੇਰਾ ਠੇਕਾ ਕੈਨਸਲ ਕਰਤਾ ਮੇਰੀ ਕੋਈ ਸ਼ਿਕਾਇਤ ਵੀ ਨਹੀਂ ਸੀ ਤੇ ਮੈਂ ਮਤਲਬ ਖਾਣੇ ਪੀਣੇ ਚ ਕੋਈ ਮਾੜਾ ਮੋਟਾ ਨਿਕਲਿਆ ਨਾ ਕੋਈ ਕੀੜਾ ਕਾੜਾ ਜਾ ਨਿਕਲਿਆ ਬੱਚੇ ਤੇ ਟਰਾਈ ਕਰ ਹੀ ਦਿੰਦੇ ਨਾ ਜੀ 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 ਮੈਂ ਕਿਹਾ ਠੀਕ ਹੈ ਤਾਂ ਸਾਬ ਤੁਸੀਂ ਮੈਨੂੰ ਪਛਾਣਿਆ ਨਹੀਂ ਹੂੰ ਕਹਿੰਦਾ ਜੀ ਕਿਉਂ ਨਹੀਂ ਤੁਹਾਨੂੰ ਕੋਣ ਨਹੀਂ ਜਾਂਦਾ ਮੈਂ ਕਿਹਾ ਨਹੀਂ ਯਾਰ ਉਹ ਨਹੀਂ ਇੱਕ ਮੇਰੀ ਮਿਸ਼ਾਨ ਹੋਰ ਹੈ ਜੀ ਕਹਿੰਦਾ ਨਹੀਂ ਮੈਂ ਨਹੀਂ ਪਛਾਣਿਆ ਉਹਨੇ ਕਿਥੋਂ ਜਾਣਣਾ ਸੀ ਉਹਨੂੰ ਥੋੜੀ ਬਤਾ ਇਹ ਉਹੀ ਬਾਸਕਟਬਾਲ ਵਾਲਾ ਹੈ ਬਿਲਕੁਲ ਉਹ ਮੈਂ ਕਿਹਾ ਮੈਂ ਨਾ 97 98 99 98 ਦੀ ਗੱਲ ਹੋਣੀ ਨਾ 99 ਦੀ ਗੱਲ ਹੈ 2 ਸਾਲ ਪਹਿਲਾਂ ਕੈਂਪ ਲਾਇਆ ਸੀ ਮੈਂ ਕਿਹਾ ਮੇਰਾ ਖਤ ਮੈਂ ਕੈਂਪ ਲੌਣ ਆਇਆ ਸੀ ਬਾਸਕਟਬਾਲ ਇੰਟਰਵਰਸਟੀ ਦਾ ਤੇ ਤੂੰ ਮੇਰਾ ਖਾਤਾ ਨਹੀਂ ਕੋਲਿਆ ਮੈਂ ਕਿਹਾ ਪਰ ਤੇਰਾ ਮੈਂ ਨਾ ਠੇਕਾ ਨਹੀਂ ਕੈਨਸਲ ਹੋਣ ਦਿੰਦਾ ਜੋ ਮਰਜ਼ੀ ਹੋਵੇ ਡਾਕਟਰ ਨਰਮਲ ਸਿੰਘ ਸੀਗੇ ਬੀਬੀ ਜਗੀਰ ਕੁਆਰ ਦੇ ਭਰਾ ਡੀਨ ਡੀਨ ਸੀਗੇ ਸਾਡੇ ਉਹ ਬੜੇ ਵਧੀਆ ਬੰਦੇ ਸੀ ਸਾਡੇ ਮਤਲਬ ਮੇਰੀ ਲੜਾਈ ਬੜੀ ਹੁੰਦੀ ਉਹਨਾਂ ਨਾਲ ਪਿਆਰ ਵੀ ਬੜਾ ਹੈ ਜੀ ਤੇ ਮੈਂ ਡਾਕਟਰ ਸਾਹਿਬ ਕੋ ਗਿਆ ਥੱਲੇ ਮੈਂ ਕਿਹਾ ਡਾਕਟਰ ਸਾਹਿਬ ਇਸ ਤਰ੍ਹਾਂ ਹੈ ਵੀ ਕੋਈ ਨਹੀਂ ਉਹ ਬੱਚਾ ਨਹੀਂ ਟਰਾਈ ਕਰਦੀ ਕੋਈ ਨਹੀਂ ਇੰਨੇ ਸਾਲਾਂ ਦਾ ਹੁਣ ਇਹ ਕਿੱਥੇ ਜਾਊ ਕਹਿੰਦੇ ਮੈਂ ਕਹਿੰਦਾ ਕੀ ਕਰੀਏ ਮੈਂ ਕਿਹਾ ਐਂ ਕਰੋ ਇਹਨੂੰ ਹੋਸਟਲ ਚੇਂਜ ਕਰ ਦਿਓ ਪਰ ਇਹਦਾ ਠੇਕਾ ਕੈਨਸਲ ਨਾ ਕਰੋ ਤੇ ਅੱਜ ਵੀ ਹੈਗਾ ਯੂਨੀਵਰਸਿਟੀ ਠੇਕੇਦਾਰ ਹੈਗਾ ਜੀ ਸੋ ਮੈਂ ਕਹਿੰਦਾ ਵੀ ਰੱਬਾ ਯੂਨੀਵਰਸਿਟੀ ਜਾਣੇ ਹੁਣ ਮੈਂ ਜਾਣਾ ਪਰਸੋਂ ਗਿਆ ਹੀ ਮੈਂ ਪਰਸੋਂ ਬੜੀ ਮੰਦਪਾਗੀ ਘਟਨਾ ਘਟੀ ਸਾਡੇ ਇੱਕ ਪ੍ਰੋਫੈਸਰ ਸੀਗੇ ਨਾਮ ਲਖਸ਼ੋਰ ਬੜਾ ਉਹਨਾਂ ਦਾ ਵੀ ਬੜਾ ਰੋਲ ਰਿਹਾ ਯੂਨੀਵਰਸਿਟੀ ਪਾਲ ਸਾਡੇ ਨਾਲ ਸਾਡੀ ਸਾਰਿਆਂ ਨਾਲ ਇਵਨ ਬਰਿੰਦਰ ਉਹਨਾਂ ਨਾਲ ਬੜਾ ਰਿਹਾ ਸਾਰਿਆਂ ਨਾਲ ਸਾਰੀਆਂ ਬਾਟ ਉਦੋਂ ਸੀਗੇ ਹਰਪ੍ਰੀਤ ਮਲਤਾਨੀ ਉਹਨੇ ਸਾਰੇ ਅਸੀਂ ਇਕੱਠੇ ਬੈਠੇ ਤੇ ਉਹ ਉਹ ਜਾਰੇ ਡੈਥ ਹੋ ਗਈ ਉਹਨਾਂ ਅਸੀਂ ਸਕਾਰ ਤੋਂ ਬਾਅਦ ਫਿਰ ਉੱਥੇ ਯੂਨੀਵਰਸਿਟੀ 'ਚ ਬੈਠੇ ਰਹੇ ਬਾਬਾ ਦੇਰ ਗੈਸਟ ਹੁੰ ਜਾਣੇ ਕਦੀ 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 ਜਾਣੇ ਰੋਜ਼ ਤਾਂ ਨਹੀਂ ਹੋਸਟਲ ਗਏ ਹੁੰਦੇ ਆਪਦੇ ਹੋਸਟਲ ਬਹੁਤ ਚਿਰ ਨਹੀਂ ਗਿਆ ਪਰ ਮੈਂ ਜਾਣਾ ਹਾਂ ਹੁਣ ਹੈਗਾ ਮਾਣ ਹੁਣ ਮੇਰਾ ਮਨ ਹੈ ਉੱਥੇ ਸਾਡਾ ਦੋਸਤ ਹੈ ਗਾਰਡਨ ਤੇ ਉਹਨੇ ਨਾ ਮੈਨੂੰ ਕਿਸੇ ਨੇ ਦੱਸਿਆ ਵੀ ਉਹਨੇ ਨਾ ਹੋਸਟਲ ਦੇ ਜਿਹੜਾ ਡਾਈਨਿੰਗ ਹਾਲ ਹੁੰਦਾ ਨਾ ਉਹ ਫੋਟੋ ਲਾਈਆਂ ਉਹਨੇ ਮੈਨੂੰ ਕਿਸੇ ਨੇ ਦੱਸਿਆ ਤੁਹਾਡੀ ਫੋਟੋ ਲਈ ਆ ਵੀ ਜਿਹੜੀਆਂ ਇੱਥੋਂ ਦੀਆਂ ਮਤਲਬ ਉਹਨੇ ਆਪਣੇ ਹਿਸਾਬ ਨਾਲ ਤੇ ਪਰਸਨਲਿਟੀਆਂ ਵੱਡੀਆਂ ਲਈਆਂ ਅਸੀਂ ਵੱਡੇ ਤਾਂ ਨਹੀਂ ਹੈਗੇ ਚਲੋ ਪਰ ਉਹਨੇ ਉਹ ਮੈਨੂੰ ਕੋਈ ਦੱਸ ਰਿਹਾ ਕਹਿੰਦਾ ਭਾਜੀ ਤੁਹਾਡੀ ਫੋਟੋ ਲੱਗੀ ਇੱਕ ਨੰਬਰ ਹੋਸਟਲ ਚ ਮੈਂ ਕਿਹਾ ਮੈਂ ਦੇਖ ਕੇ ਆਉਂਗਾ ਨਾਲੇ ਉੱਥੇ ਜਿਹਦੇ ਦਿਨ ਪਰੌਂਠੇ-ਪਰੌਂਠੇ ਖਾ ਕੇ ਆਉਂਨੇ ਆ ਸਹੀ ਅੱਛਾ ਡਾਈਟ ਕੀ ਪਸੰਦ ਡਾਈਟ ਮੈਂ ਬੜਾ ਮਤਲਬ ਬੈਲੈਂਸ ਸਾਰਾ ਕੁਝ ਖਾਈਦਾ ਕਾਣ ਵੀਂਚ ਭਰੇਜ ਕੋਈ ਨਹੀਂ ਪਰ ਮੈਂ ਨਾ ਹੁਣ ਉਹ ਬੜਾ ਰੱਖਦਾ ਧਿਆਨ ਸੇ ਇਹ ਸ਼ੁਰੂ ਤੋਂ ਹੀ ਟੁੱਟੀ ਨਹੀਂ ਜਾਂਦੇ ਅੱਜ ਕੱਲ ਅੱਜ ਕੱਲ ਮੈਂ ਪਿਛਲੇ ਡੇਢ ਦੋ ਮੈਨੂੰ ਨਾ ਪਿੱਛੇ ਜਿਹੜੀਆਂ ਹੱਡੀਆਂ ਵਿੱਚ ਦਰਦ ਹੋਣ ਲੱਗ ਗਿਆ ਅੱਛਾ ਜੀ ਡਾਕਟਰ ਮੇਰੇ ਦੋਸਤ ਰਵੀ ਗੁਪਤਾ ਆਰਥੋ ਦੇ ਤੇ ਮੈਂ ਗਿਆ ਡਾਕਟਰ ਸਾਹਿਬ ਪਰ ਮੈਂ ਉਮਰ ਦਾ ਚੱਕਰ ਪੈ ਗਿਆ ਹਾਂ ਜੀ ਠੀਕ ਹੈ ਕੀ ਦਿੱਕਤ ਮੈਨੂੰ ਕਹਿੰਦੇ ਤੇਰਾ weight ਕਿੰਨਾ ਮੈਂ ਕਿਹਾ 97 ਕਿਲੋ ਲਗਦਾ ਨਹੀਂ ਹਾਂ ਨਹੀਂ ਹੁਣ ਨਹੀਂ ਆਏਗਾ ਹੁਣ ਨਹੀਂ ਆਏਗਾ ਤੇ ਕਹਿੰਦੇ ਪਹਿਲਾਂ ਕਿੰਨਾ ਮੈਂ ਕਿ ਮੇਰਾ ਵੈਸੇ 88 90 ਮੈਂ ਬੈਲੈਂਸ ਰੱਖਦਾ ਰਿਹਾ ਪਰ 3-4 ਸਾਲ ਹੋ ਗਏ ਮੈਂ ਗਰਾਊਂਡ ਜਿੰ ਜਾ ਪਾ ਰਿਹਾ ਵਰਕਆਊਟ ਨਹੀਂ ਹੁੰਦਾ ਤੇ ਹੁਣ ਕਹਿੰਦੇ ਕੋਈ ਦਿੱਕਤ ਨਹੀਂ ਤੈਨੂੰ ਤੂੰ weight ਘਟਾ ਮੈਂ 1.5-2 ਮਹੀਨੇ ਹੋ ਗਏ ਆਟਾ ਬੰਦ ਕੀਤਾ ਸਿਰਫ ਆਟਾ ਅੱਛਾ ਜੀ ਤੇ ਮੇਰਾ weight ਘਟ ਗਿਆ 7 ਕਿਲੋ ਤੇ ਸਾਰੇ ਦਰਦ ਦਰਦ ਸਭ ਖਤਮ ਹੋ ਗਿਆ ਕੋਈ ਅੱਛੀ ਗੱਲ ਨਹੀਂ ਬਾਦਰભાઈ ਅਦਰੇ ਕੈਕ ਐਕਸੈਸ ਨਾ ਹਾਉ ਜਿੰਨੀ ਭੁੱਖ ਆ ਤੈਨ ਰੋਟੀਆਂ ਦੇ ਭੁੱਖ ਦੋ ਖਾ ਲੋ ਫਿਰ ਤੁਸੀਂ ਕਦੀ ਭਾਰ ਨਹੀਂ ਵਾਦਾ ਸਹੀ ਅਜੀ ਹਮ ਅੱਛਾ ਆ ਕੀ ਇੱਕ ਤੂੰ ਸਵਾਰ ਨਹੀਂ ਮੈਂ ਕਰਦੇ ਹਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਮੈਂ ਫਾਦਰ ਸਾਹਿਬ ਨੂੰ ਉਹਨਾਂ ਦੀ ਡੈਥ ਹੋ ਗਈ ਤੇ ਯਾਰ ਇਹ ਵੀ ਕੀ ਮਤਲਬ ਹੈ ਨਾ ਪਚਾਉਂਦੇ ਸੀ ਕਿ ਤੁਸੀਂ ਡੈਵਲਸ ਹਾਂ ਤੁਸੀਂ ਜੋ Yeah. <laughs>

ਪਾਰਟੀ ਨੇ ਪ੍ਰੋਗਰਾਮ ਦਿੱਤਾ ਹੈ ਵੀ ਹਰੇਕ ਪਿੰਡ ਚ 21 ਮੈਂਬਰੀ ਕਮੇਟੀ ਬਣਾਉਣੀ ਹੈ ਪਹਿਲਾਂ 11 ਮੈਂਬਰੀ ਆਲਰੇਡੀ ਹੈਗੇ ਜੀ ਤੇ ਉਹ ਉਹਦੇ ਲਈ ਹੁਣ ਪਿੱਛੇ ਸੰਦੀਪ 파ਟਕ ਜੀ ਨੇ ਮੀਟਿੰਗ ਲਈ ਸੀ ਸਾਡੀ ਆਨਲਾਈਨ ਜੀ ਬਹੁਤ ਬਹੁਤ ਹੀ ਵਧੀਆ ਕਨਸੈਪਟ ਦਿੱਤਾ ਹਾਂਜੀ ਸਾਰੇ ਆਫਸਰ ਜੀ ਜੀ ਮਤਲਬ ਬੁੱਧਰਾਮ ਜੀ ਤੋਂ ਲੈ ਕੇ ਜਿਹੜੇ ਸਾਡੇ ਵਰਕਿੰਗ ਪ੍ਰਾਈਟ ਜੀ ਤੇ ਜਿੰਨੇ ਵੀ ਸਾਡੇ ਡਿਲੇ ਲੈਵਲ ਦੇ ਆਫਿਸ ਬਿਟਰ ਹੈ ਸਾਰਿਆਂ ਨੂੰ ਕੁਛ 6 6 7 7 ਬਲੌਗ ਦੇਤੇ ਹਰੇਕ ਕਨਸਟੈਂਸੀ ਤੇ ਉਹਨਾਂ ਨੇ ਜਾਣਾ ਬਲੌਗ ਪ੍ਰਧਾਨਾਂ ਨਾਲ ਲੈ ਕੇ ਡੋਰ ਟੂ ਡੋਰ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਜਾਣਾ ਤੇ ਨਾਲ-ਨਾਲ 21 ਮੈਂਬਰੀ ਟੀਮ ਜਿਹੜੀ ਹੈ ਹਰੇਕ ਪਿੰਡ ਚ ਜਾਂ ਹਰੇਕ ਵਾਰਡ ਚ ਹੂੰ ਉਹ ਖੜੀ ਕਰਨੀ ਉਹ ਅੱਜ ਕੱਲ ਇਹ ਪ੍ਰੋਗਰਾਮ ਚੱਲ ਰਿਹਾ ਹੂੰ ਵਿਆਹ ਸ਼ਾਦੀਆਂ ਵੀ ਚੱਲ ਰਹੀਆਂ ਅੱਜ ਵਿਆਹ ਸੀਗੇ ਹਨ ਵਿਆਹ ਰੋਜ਼ ਹੀ ਹੁੰਦੇ ਆ ਅੱਛਾ ਵਿਆਹ ਤੇ ਚ ਰੋਜ਼ ਰੋਜ਼ ਤੋਂ ਹੀ ਸਮਾਜਿਕ ਸੋਸ਼ਲ ਲਾਈਫ ਚੋਂ ਤੇ ਜਾਣਾ ਜਾਈਦਾ ਵੀ ਚਲੋ ਅਗਲਾ ਵੀ ਮਾਨਤਾੜਨਾ ਸਦਾ ਹੈ ਜੀ ਕੋਸ਼ਿਸ਼ ਕਰੀਦੀ ਆ ਜਿੱਥੇ ਜਿੱਥੇ ਹਾਜ਼ਰੀ ਭਰ ਸਕੀਏ ਜੀ ਹਾਂ ਐਵਰੀ ਡੇ 2-4 ਫੰਕਸ਼ਨ ਹੁੰਦੇ ਆ ਤੇ ਜਾਈਦਾ ਵੀ ਆ ਮਤਲਬ ਸਾਰਾ ਕੁਝ ਕਰੀਦਾ ਮੈਨੇਜ ਹੋ ਜਾਂਦਾ ਫੈਮਿਲੀ ਨੂੰ ਟਾਈਮ ਦਿੱਤਾ ਜਾਂਦਾ ਹਾਂ ਫੈਮਲੀ ਨੂੰ ਦੇਖੋ ਐਵੇਂ ਕਹੀਏ ਜਿੰਨਾ ਦੇਣਾ ਚਾਹੀਦਾ ਉਹਨਾਂ ਤੱਕ ਨਹੀਂ ਦਿੱਤਾ ਜਾਂਦਾ ਐ ਕਿ ਨਹੀਂ ਅੱਛਾ ਹੁਣ ਕਿੱਥੇ ਜਾਣਾ ਤੁਸੀਂ ਨਹੀਂ ਹੁਣ ਤੇ ਮੈਂ ਆਫਟਰ ਪੋਡਕਾਸਟ ਉਹ ਮੇਰੇ ਨਾਲ ਮਦਰ ਦੀ ਕੱਲ ਫਲਾਈਟ ਹੈ ਓਕੇ ਯੂਕੇ ਉਹਨਾਂ ਛੋਟੇ ਬ੍ਰਦਰ ਕੋ ਜਾਣਾ ਅੱਛਾ ਜੀ ਤੇ ਉਹਦੀ ਤਿਆਰੀ ਕਰਨੀ ਆ ਹੂੰ ਹੂੰ ਸ਼ੁਕਰੀਆ ਕਾਂਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਚੋਈਆਂ ਗੱਲਾਂ ਕੀਤੀਆਂ ਤੁਸੀਂ ਜੱਟਨਾ ਸਾਜੀਆਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਬੋਡਕਾਸਟ ਕਰਕੇ। ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਸਤਿ ਸ਼ਕਰ। ਨਹੀਂ ਨਹੀਂ ਨਹੀਂ। ਇੱਕ ਤੇ ਤੁਹਾਡਾ ਸਟਾਈਲ ਜਿਮਰਨ ਇੱਕ ਤੁਹਾਡੀ ਏਜ ਦੇ ਹਿਸਾਬ ਨਾਲ ਮੈਚਿਓਰਿਟੀ ਜੀ ਤੇ ਉਹ ਹਰ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ। ਮਿਹਰਬਾਨੀ ਤੇ ਤੁਸੀਂ ਪੋਲਿਟਿਕਸ ਤੋਂ ਬਿਯੋਂਡ ਪੋਲਿਟਿਕਸ ਜਿਹੜੀਆਂ ਚੀਜ਼ਾਂ ਆ ਉਹ ਬੰਦੇ ਨੂੰ ਇੱਕ ਮਤਲਬ ਉਹ ਨੀ ਤੇ ਸਾਡਾ ਰੋਜ਼ ਆਈ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਹੀ ਚੱਲੀ ਜਾਂਦਾ ਹੈ ਨਾ ਆਡੀਅנס ਨੂੰ ਇੱਕ ਵੱਖਰਾ ਰੂਪਰੇਖਣ ਨੂੰ ਮਿਲਦਾ ਹੈ ਇਹੋ ਇੱਕ ਫਰੇਮ ਚ ਦਿਖਾਇਆ ਜਾਂਦਾ ਨਾ ਉਹ ਇੱਕ ਉਹਨਾਂ ਇੱਕ ਡਾਇਰੈਕਟਰ ਨੇ ਜਿਹੜੀ ਚੀਜ਼ ਦਿਖਾਤੀ ਉਹ ਹੀ ਦੇਖਦਾ ਬੰਦਾ ਹਮ ਬਿਲਕੁਕੁਲ ਐਕਟਰ ਦੇ ਹੋਰ ਵੀ ਕਈ ਕਰੈਕਟਰ ਹੁੰਦੇ ਆ ਇੱਥੇ ਹੋਰ ਕਰੈਕਟਰ ਸੀ ਥੈਂਕ ਯੂ ਥੈਂਕ ਯੂ ਸਿਮਰਨ ਥੈਂਕ ਯੂ ਸਾਰਿਆਂ ਦਾ ਧੰਨਵਾਦ ਤੁਹਾਡਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤਾਂ ਇਸੇ ਮਲਵਿੰਦਰ ਸਿੰਘ ਕਾਂਗਰ ਸਾਡੇ ਨਾਲ ਜਿੰਦਗੀ ਦੀਆਂ ਰੌਚਕ ਗੱਲਾਂ ਸਾਂਝੀਆਂ ਕੀਤੀਆਂ ਨੇ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਵੀ ਹੋ ਗਈ ਸੀ ਯੂਨੀਵਰਸਿਟੀ ਵਿਦਿਆਰਥੀਆਂ ਗੱਲਾਂ ਯਾਦ ਕੀਤੀਆਂ ਨੇ ਅੱਜ ਦਾ ਪੌਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ